Chamadan. ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸਵਰਨ ਸਿੰਘ ਦਾਨੇਵਾਲੀਆ ਵੱਲੋਂ ਅਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਦਿਨ ਹੈ ਜੀ, ਸ਼ੁੱਕਰਵਾਰ, ਤਰੀਕ ਹੈ 10 ਅਪ੍ਰੈਲ, ਸ਼ਾਮ ਦੇ 5:30 ਹੋਏ ਨੇ। ਪ੍ਰੋਗਰਾਮ ਸ਼ਮਾਦਾਨ ਲੈ ਕੇ ਮੈਂ ਤੁਹਾਡੀਆਂ ਬਰੂਹਾਂ 'ਤੇ ਹਾਜ਼ਰ ਹਾਂ ਜੀ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 5:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ। ਇਸ ਪ੍ਰੋਗਰਾਮ ਦੇ ਵਿੱਚ ਚਲੰਤ ਮਸਲਿਆਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ, ਟੀਕਾ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ। ਪੰਜਾਬ ਭਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਤੁਹਾਡੇ ਤੱਕ ਖਬਰਾਂ ਲੈ ਕੇ ਪੁੱਜਦੇ ਨੇ। ਸੋ ਆਗਾਜ਼ ਕਰਦੇ ਹਾਂ ਜੀ ਅੱਜ ਦੀਆਂ ਅਹਿਮ ਖਬਰਾਂ ਤੋਂ, ਅਤੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਸਾਡੇ ਨਾਲ ਜੁੜ ਗਏ ਨੇ। ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦਾਨੇਵਾਲੀ ਸਰ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਸ਼੍ਰੋਮਣੀ ਕਮੇਟੀ ਹੁਣ ਲੰਗਰ ਨਹੀਂ ਵੰਡੇਗੀ, ਸਗੋਂ ਗੁਰਦੁਆਰਿਆਂ ਦੇ ਵਿੱਚ ਹੀ ਵਰਤਾਏਗੀ। ਪਹਿਲਾਂ ਵੀ ਢਿੱਲੋਂ ਸਾਹਿਬ ਤੇ ਅਸੀਂ ਚਰਚਾ ਕਰਕੇ ਹਟੇ ਹਾਂ, ਤੁਸੀਂ ਥੋੜਾ ਜਿਹਾ ਉਹਦੇ ਚ ਹੋਰ ਐਡ ਆਨ ਕਰੋ ਕਿ ਫੈਸਲਾ ਕਿਉਂ ਲਿਆ ਗਿਆ ਜੀ। ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਇਹ ਦੱਸ ਦਿਆਂ ਵੀ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਪੰਜਾਬ ਰੈਡੀਜ਼ ਨੇ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਲੰਗਰ ਵੰਡਣਾ ਨਹੀਂ ਵਰਤਾਉਣਾ ਚਾਹੀਦਾ, ਤੁਹਾਨੂੰ ਪਤਾ ਹੈਗਾ, ਠੀਕ ਹੈ ਜੀ। ਉਸ ਤੋਂ ਬਾਅਦ ਕੁਛ ਲੋਕ ਬੋਲੇ, ਉਹਨਾਂ ਨੇ ਕਿਹਾ ਵੀ ਵਾਕਿਆ ਗੱਲ ਠੀਕ ਹੈ ਕਿ ਇਹ ਜਿਹੜਾ ਲੰਗਰ ਹੈ ਇਸ ਤਰੀਕੇ ਨਾਲ ਵੰਡਿਆ ਜਿਹੜਾ ਜਾ ਰਿਹਾ ਵਾ, ਇਹਦੀ ਦੁਰਵਰਤੋਂ ਹੋ ਰਹੀ ਹੈ ਜੀ। ਦੁਰਵਰਤੋਂ ਕਿਵੇਂ ਹੋ ਰਹੀ ਹੈ ਵੀ ਬੇਕਦਰੀ ਜ਼ਿਆਦਾ ਹੋ ਰਹੀ ਸੀ ਜੀ। ਹਾਂ ਨਹੀਂ, ਜਿਹੜੇ ਨਹੀਂ ਲੋੜਵੰਦ ਉਹਨਾਂ ਨੂੰ ਦਿੱਤਾ ਜਾਂਦਾ, ਤੁਸੀਂ ਲੈ ਜਾਓ ਜੀ, ਲੈ ਜਾਓ ਕੋਈ ਗੱਲ, ਲੈ ਜਾਓ ਤੁਸੀਂ, ਲੈ ਜਾਓ, ਲੈ ਜਾਓ। ਸਿਰਫ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਸੀ ਉਹ ਆਪਣੀ ਸੁਪਰੇਮੇਸੀ ਬਣਾਉਣ ਦੀ ਖਾਤਰ ਵੀ ਚਲੋ ਸਾਡੀਆਂ 4 ਵੋਟਾਂ ਗੰਨੀਆਂ ਜਾਣ, ਵੋਟਾਂ ਦੇ ਨਾਂ ਤੇ, ਮਤਲਬ ਇਸ ਮੌਕੇ ਵੀ ਉਹਨਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਸੀ ਨਾ ਆਪਣੀ ਸਿਆਸਤ, ਇਹਦੇ ਤੇ ਸਰਦਾਰ ਸੁਖਬੀਰ ਸਿੰਘ ਭੌਰ ਨੇ ਵੀ ਕਿਹਾ, ਇਹਦੇ ਤੇ ਤੁਹਾਡੇ ਦਿੱਲੀ ਵਾਲੇ ਆਪਣੇ ਸਰਦਾਰ ਤਲੋਚਨ ਸਿੰਘ ਜੀ ਕਿਹਾ, ਹੋਰ ਵੀ ਕਈ ਲੋਕਾਂ ਨੇ ਕਿਹਾ ਵੀ ਇਹ ਗਲਤ ਪ੍ਰੈਕਟਿਸ ਬੰਦ ਕੀਤੀ ਜਾਵੇ। ਲੰਗਰ ਤੇ ਹਮੇਸ਼ਾ ਹੀ ਪੰਗਤ ਦੇ ਵਿੱਚ ਬੈਠ ਕੇ ਛਕਿਆ ਜਾਂਦਾ ਜੀ ਜੀ, ਤੇ ਜੇ ਉਹ ਲੰਗਰ ਪੰਗਤ ਵਿੱਚ ਨਹੀਂ ਬੈਠ ਕੇ ਛਕਿਆ ਜਾਂਦਾ, ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੋ ਦਿਆਂ ਵੀ ਜਦੋਂ ਮੱਕੜ ਸਾਹਿਬ ਨਵੇਂ ਨਵੇਂ ਪ੍ਰਧਾਨ ਬਣੇ ਸੀ ਤੇ ਉਹਨਾਂ ਇੱਕ ਸਤਵਾਂ ਜਾਰੀ ਕਰਤਾ ਸੀਗਾ ਵੀ ਕਿਸੇ ਵੀ ਦਫ਼ਤਰ ਦੇ ਵਿੱਚ ਲੰਗਰ ਨਹੀਂ ਆਏਗਾ। ਦੁਪਹਿਰੇ ਜੇ ਕਿਸੇ ਨੇ ਲੁੱਟਦੀ ਛੁੱਟੀ ਵੇਲੇ ਲੰਗਰ ਛਕਣਾ ਤੇ ਉਹ ਜਾ ਕੇ ਲੰਗਰ ਹਾਲ ਜਾ ਕੇ ਛਕੇ ਜੀ, ਤੇ ਇੰਨੀ ਪ੍ਰੋਬਲਮ ਆਈ ਸੀ ਵੀ ਉਸ ਟਾਈਮ ਤੇ ਲੰਗਰ ਹਾਲ ਵਾਲਿਆਂ ਨੂੰ ਇਹਨਾਂ ਵਾਸਤੇ ਵੱਖਰੇ ਪ੍ਰਬੰਧ ਕਰਨੇ ਪਏ ਸੀ, ਵੱਖਰੇ ਇੱਕ ਇਹਨਾਂ ਵਾਸਤੇ ਜਿਹੜੀ ਸੀ ਉਹ ਪੰਗਤ ਲਾਉਣੀ ਪਈ ਸੀ ਇਹਨਾਂ ਵਾਸਤੇ ਜੀ। ਤੇ ਜਦੋਂ ਜਹੇਦਰ ਗੁਰਚੰਦ ਸਿੰਘ ਟੌੜਾ ਸੀ ਤੇ ਉਦੋਂ ਇਹ ਹੁੰਦਾ ਸੀ ਵੀ ਜਿਹਦੇ ਲੰਗਰ ਛਕਣਾ ਉਹਦੀ ਤਨਖਾਹ ਦੇ ਵਿੱਚੋਂ ਕੁਛ ਪੈਸੇ ਕੱਟੇ ਜਾਂਦੇ ਸੀਗੇ। ਉਹ ਜਦੋਂ ਫਿਰ ਸੰਤ ਭਿੰਡਰਾ ਵਾਲੇ ਆਏ, ਉਹਨਾਂ ਨੇ ਫਿਰ ਮਨਾ ਕਰਤਾ, ਨਹੀਂ ਵੀ ਲੰਗਰ ਲੰਗਰ ਜਿਹੜਾ ਮਰਜ਼ੀ ਛਕੇ, ਇਹਦੇ ਵਿੱਚ ਕੋਈ ਗੱਲ ਨੀ ਹੈਗਾ ਵੀ ਸਾਡਾ ਮੁਲਾਜ਼ਮ ਹੈ ਸਾਡਾ ਬਾਹਰ ਦਾ ਬੰਦਾ, ਫਿਰ ਉਹ ਪੈਸੇ ਨੀ ਕੱਟੇ ਜਾਂਦੇ ਸੀਗੇ। ਲੇਕਿਨ ਆਮ ਤੌਰ ਤੇ ਲੰਗਰ ਜਿਹੜਾ ਇਹਨਾਂ ਦੇ ਦਫ਼ਤਰਾਂ ਚ ਆ ਜਾਂਦਾ ਸੀ ਤੇ ਉੱਥੇ ਜਿਹੜੇ ਸਾਰੇ ਲੱਗ ਪਏ ਸੀ, ਡੀਲਕਸ ਲੰਗਰ ਮਟਰ ਪਨੀਰ ਹਾਂਜੀ, ਤੇ ਉਹ ਫਿਰ ਮੱਕੜ ਸਾਹਿਬ ਨੇ ਕਿਹਾ, ਈਵਨ ਇਸ ਤਰ੍ਹਾਂ ਜਿੱਦਣ ਕਿਤੇ ਮੀਟਿੰਗ ਇਹਨਾਂ ਦੀ ਹੁੰਦੀ ਸੀ ਇੱਥੇ ਆਪਣੀ ਸ਼ੁਰੂ ਸ਼ੁਰੂ ਦੇ ਵਿੱਚ ਰਿਜੈਕਟਿਵ ਦੀ ਮੀਟਿੰਗ ਹੁੰਦੀ, ਇਹ ਆਪ ਵੀ ਜਾ ਕੇ ਲੰਗਰ ਚ ਬਹਿ ਕੇ ਲੰਗਰ ਛਕਦੇ ਸੀ ਜੀ। ਪਰੰਪਰਾ ਦੁਬਾਰਾ ਫਿਰ ਸ਼ੁਰੂ ਹੋ ਗਈ ਸੀ ਜੀ।
ਲੇਕਿਨ ਉਹ ਪਰੰਪਰਾ ਮੱਕੜ ਸਾਹਿਬ ਇਸ ਗੱਲ ਦੀ ਮੈਂ ਸੋਚਦਾ ਵੀ ਚੰਗਾ ਕੰਮ ਕੀਤਾ ਸੀ ਉਹਨਾਂ ਉਸ ਟਾਈਮ ਦੇ ਉੱਤੇ ਵੀ ਇਹ ਲੰਗਰ ਜਿਹੜਾ ਲੰਗਰ ਉਹ ਪੰਗ ਚ ਲੈ ਕੇ ਛਕਿਆ ਜਾਵੇ। ਹੁਣ ਵੀ ਸਰਦਾਰ ਰੂਪ ਸਿੰਘ ਨੇ ਜਿਹੜੇ ਐਲਾਨ ਕੀਤਾ ਕਿ ਲੰਗਰ ਜਿਹੜਾ ਸੀ ਅਸੀਂ ਜਿਹੜਾ ਪੰਗ ਗੁਰਦੁਆਰੇ ਚ ਵਰਤਾਵਾਂਗੇ, ਇਹ ਆਪਣਾ ਸੁਝਾਅ ਸੀ ਸਭ ਤੋਂ ਪਹਿਲਾਂ ਆਪਣੇ ਪੰਜਾਬ ਰੈਡੀਓ ਦਾ ਵੀ ਅਸੀਂ ਇਹ ਲੰਗਰ ਜਿਹੜੇ ਗੁਰਦੁਆਰੇ ਜਾ ਕੇ ਵਰਤਾਏ ਜਾਣ ਨਾ ਕਿ ਵੰਡੇ ਜਾਣ। ਜੀ ਜੀ, ਉਸ ਦੇ ਵਿੱਚ ਸਾਡੇ ਜਿਹੜੇ ਸੀ ਉਸ ਤੋਂ ਬਾਅਦ ਵੀ ਅੱਜ ਦੀ ਡੇਟ ਦੇ ਵਿੱਚ ਹੀ ਮੈਨੂੰ ਪਤਾ ਲੱਗਿਆ ਸੀ ਵੀ ਜਿਹੜਾ ਇੱਕ ਸਾਡੇ ਇੱਥੇ ਹੈਗੇ ਨੇ ਸਰਦਾਰ ਮਜੀਠੀਆ ਜੀ, ਉਹਨਾਂ ਦੇ ਆਪਣੇ ਖਾਸਮ ਖਾਸ ਨੇ, ਉਹ ਆਪਣੇ ਹਲਕੇ ਜਿਹੜੇ ਦੌਕਾ ਮਾਰ ਕੇ ਲੰਗਰ ਰਾਜ ਨੇ ਦਿਓ ਦੇਖੋ ਤੁਸੀਂ ਮੈਨੂੰ। ਅੱਛਾ, ਉਹ ਮੁਲਾਜ਼ਮ ਮੁਲਾਜ਼ਮ ਕਿਹੜੀ ਸ਼ਿਕਾਇਤ ਵੀ ਕਰਦੇ ਉਹਨਾਂ ਨੂੰ, ਕਿਹਾ ਜੀ ਤੁਸੀਂ ਮੈਨੂੰ ਵਿਖਾ ਦੇ ਕਰੀ ਫਿਰ ਮੈਂ ਗੱਲ ਕਰੂੰ ਮੇਰਾ ਕੰਮ ਜਾਣੇ ਨਾ, ਮੈਂ ਸੰਭਾਲੂ ਉਹਨਾਂ ਨੂੰ। ਉਹ ਕਈ ਵਾਰੀ ਮੈਨੂੰ ਕਹੂਗਾ ਜੀ ਮੇਰੇ ਹੱਥ ਵੀ ਸਫਲ ਆ ਜਾਊਗਾ, ਮੈਂ ਤੇਰੇ ਹੱਥ ਚ ਬੜੀਆਂ ਲਾਈਆਂ ਚੰਗਾ ਕੰਮ ਕਰੇਗਾ, ਜੇ ਮਾੜਾ ਕਰੇਗਾ ਤੇ ਫਿਰ ਠੋਕ ਕੇ ਲਾਓ ਤੇਰੇ ਖਿਲਾਫ਼, ਕੋਈ ਰਾਜ ਨਹੀਂ ਹੈਗੇ ਤੇਰਾ। ਤੇ ਇਸ ਕਰਕੇ ਮੈਂ ਸੋਚਦਾ ਵੀ ਇਹ ਵਾਕਿਆ ਜਿਹੜਾ ਸੀ ਇਹਦਾ ਫੈਸਲਾ ਲਿਆ ਚੰਗੀ ਗੱਲ, ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਇਹਨਾਂ ਦੇ ਉੱਤੇ ਅਜੇ ਕੰਮ ਸ਼ੁਰੂ ਨਹੀਂ ਹੋਇਆ, ਜਿਸ ਤਰੀਕੇ ਨਾਲ ਇਹਨਾਂ ਦੀ ਗੋਲੋ ਖਾਲੀ ਹੋ ਰਹੀ ਆ, ਆਉਣ ਵਾਲੇ ਸਮੇਂ 'ਚ ਇਹਨਾਂ ਕੋਲੋਂ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਮੁਲਾਜ਼ਮਾਂ ਨੂੰ। ਜੀ ਜੀ, ਆਪਾਂ ਕਹਿ ਰਹੀਏ ਕਾਲ ਨੀ ਚੱਲ ਸਕੇ, ਨਹੀਂ ਉਹਦਾ ਕਾਰਨ ਹੈ ਜੀ, ਉਹਦਾ ਕਾਰਨ ਸਾਕਾ ਨੀਲਾ ਤਾਰਾ ਹੋਇਆ ਸੀ ਉਦੋਂ ਇੱਕ ਹਫਤਾ ਦੇ ਕਰੀਬ, ਜਿਹੜਾ ਹਰਿਮੰਦਰ ਸਾਹਿਬ ਜਿਹੜਾ ਉਹ ਦੋ ਤਿੰਨ ਬੰਦ ਰਿਹਾ ਸੀਗਾ, ਲੇਕਿਨ ਬਾਕੀ ਗੁਰਦੁਆਰੇ ਜਿਹੜੇ ਇੱਕ ਹਫਤੇ ਬਾਅਦ ਖੋਲ ਦਿੱਤੇ ਗਏ ਸੀ ਜੀ। ਫਿਰ ਵੀ ਇਹਨਾਂ ਦੀ ਉਦੋਂ ਜ਼ਿਆਦਾ ਤਾਂ ਬਾਕੀ ਕੰਮ ਚੱਲਦੇ ਰਹੇ ਸੀ, ਅੱਜ ਕੀ ਤੇ ਕੰਮ ਟੋਟਲੀ ਸਟਾਪ ਹੋ ਗਿਆ ਟੋਟਲੀ। ਉਦੋਂ ਖੇਤੀਬਾੜੀ ਦਾ ਕੰਮ ਚੱਲਦਾ, ਅੱਜ ਕੀ ਤੇ ਖੇਤੀਬਾੜੀ ਵੀ ਚੱਲੀ ਉਹਨਾਂ ਦੀ ਭੱਠਾ ਮਿੱਠਾ ਪਿਆ, ਨਾਲੇ ਉਦੋਂ ਜਹਿਦਰ ਗੁਰਚਰਨ ਸਿੰਘ ਤੌੜਾ ਨੇ ਕੁਛ ਪੈਸੇ ਸੰਭਾਲ ਕੇ ਰੱਖੇ ਸੀ, ਕੁਝ FDR ਕਰਾਈਆਂ ਸੀ, ਕੁਛ ਉਹਨਾਂ ਨੇ ਆਪਣੇ ਡੱਬਿਆਂ ਦੇ ਪਾ ਕੇ ਰੱਖੀ, ਅੱਗੇ ਵੀ ਗੱਲ ਕੀਤੀ ਹੈ ਜੀ। ਉਹਦਾ ਮੈਂ ਦਾਵਾ ਨਹੀਂ ਕਰਦਾ ਪੈਸੇ ਉਹਨਾਂ ਕਿਸੇ ਕੋਲ ਮੰਗਾਇਆ ਸੀ ਜਾਂ ਉਹਨਾਂ ਦੇ ਆਪਣੇ, ਇਹ ਸੀ ਮੇਰੇ ਸਾਹਮਣੇ ਖੋਲੇ ਗਏ ਸੀ ਡੱਬੇ ਉਹ ਜਿਹੜੇ ਸੀ ਪੈਕਟ ਦੇ, ਤੇ ਨਾ ਮੈਂ ਪੁੱਛਿਆ ਉਹਨਾਂ ਨੇ ਤੁਸੀਂ ਇਹ ਡੱਬਿਆਂ ਚ ਕਿਉਂ ਪਾਇਆ, ਮੇਰਾ ਉਹ ਖੇਤਰ ਹੀ ਤੁਸੀਂ ਮੈਂ ਕਿਉਂ ਪੁੱਛਦਾ ਉਹਨਾਂ ਨੇ, ਇੱਥੇ ਦੱਸਦਾ ਤੁਹਾਨੂੰ ਜਿਹੜਾ ਇਸ ਕਰਕੇ ਉਦੋਂ ਪੈਸੇ ਜਮ੍ਹਾਂ ਹੈਗੇ ਸੀ, ਅੱਜ ਦੀ ਡੇਟ ਦੇ ਵਿੱਚ ਇਹਨਾਂ ਕੋਲ ਜਮ੍ਹਾਂ ਪੈਸੇ ਨਹੀਂ। ਜਿਹੜਾ ਮੀਰੀ ਪੀਰੀ ਵਾਲੀ ਅਕੈਡਮੀ ਬਣੀ ਆ ਹਰਿਆਣੇ ਦੇ ਵਿੱਚ, ਉਹਦਾ ਜਿਹੜਾ ਹੋਸਪਿਟਲ ਬਣਦਿਆ ਉੱਥੇ ਬਣਦਿਆ, ਉਹਦੇ ਵਿੱਚ ਕੀ ਆ ਵੀ ਉਹ ਟਰੱਸਟ ਬਾਦਲ ਸਾਹਿਬ ਦਾ ਪ੍ਰਧਾਨ ਬਾਦਲ ਸਾਹਿਬ ਕੰਮ ਉੱਥੇ ਮੁਲਾਜ਼ਮ ਜਿਹੜੇ SEBC ਤੇ ਕਰ ਰਿਹਾ, ਤੇ ਪ੍ਰਾਪਰਟੀ ਜਿਹੜੀ ਆ ਲੀਜ਼ ਜਿਹੜੀ ਆ ਉਹ ਬਾਦਲ ਸਾਹਿਬ ਦੇ ਨਾਮ ਤੇ ਪਰਵਾਹ ਦਿੱਤੀ ਗਈ, ਪ੍ਰਧਾਨ ਬਾਦਲ ਸਾਹਿਬ ਨੇ ਉਹਦੇ ਜੀ ਉਹਦਾ 30 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਲੋਨ ਲਿਆ ਸੀ ਉਹਦੀਆਂ ਕਿਸ਼ਤਾਂ SEBC ਦੇ ਰਹੀ ਹੈ। ਅੱਛਾ ਦੱਸੋ, ਤੇ ਜੇ ਇਹ ਕੰਮ ਤੇ ਬਾਕੀ ਕੀ ਰਹਿ ਗਿਆ ਉਹਦੇ ਵਾਸਤੇ? ਜਿਹੜਾ ਬਲਦੇਵ ਸਿੰਘ ਸਿਰਸਾ ਬੜੀਆਂ ਕੋਸ਼ਿਸ਼ਾਂ ਕਰਦਾ, ਲੇਕਿਨ ਤੁਹਾਡੀਆਂ ਅਦਾਲਤਾਂ ਵੀ ਜਿਹੜੀਆਂ ਨੇ ਉਹ ਵੀ ਛਿੱਤੇ ਕੀਤੇ ਜਿਹੜੇ ਉਹ ਨਹੀਂ ਫੈਸਲੇ ਦਿੰਦੀਆਂ, ਉਹ ਵੀ ਗਾਂਧੀ ਗਾਹ ਤੋੜ ਦਿੰਦੀਆਂ ਤੇ ਗੇਟਾਂ ਪੈਂਦੀਆਂ 2-2.5 ਸਾਲ ਦੀਆਂ, 1.5-1.5 ਸਾਲ ਦੀਆਂ, ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਹੈ। ਤੇ ਮੈਨੂੰ ਕੱਲ ਵੀ ਕੋਈ ਕਹਿ ਰਿਹਾ ਸੀ ਕਿ ਉੱਥੇ ਬਣ ਰਿਹਾ, ਮੈਂ ਸੋਚਦਾ ਸ਼ਾਇਦ ਰੋਕ ਲੱਗ ਗਈ ਹੋਊਗੀ, ਲੇਕਿਨ ਕਹਿੰਦਾ ਜੀ ਬਣ ਰਿਹਾ ਉੱਥੇ SEBC ਦੇ ਮੁਲਾਜ਼ਮ ਜਿਹੜੇ ਉਹ ਕੰਮ ਕਰ ਰਹੇ ਨੇ, ਗੁਰੂ ਦੀ ਗੋਦ ਵਿੱਚ ਜਾਂਦੀ ਤੈਨੂੰ ਪਤਾ ਨੀ ਇਹਨਾਂ ਲੋਕਾਂ ਦੇ ਪੈਸੇ ਰੱਖਣੇ ਕਿੱਥੇ, ਮੈਨੂੰ ਅਜੇ ਤੱਕ ਸਮਝ ਨੀ ਆਈ। ਬੜਾ ਹੈਰਾਨੀ ਹੁੰਦੀ ਹੈ ਜੀ। ਡਾਕਟਰ ਤ੍ਰੇਨ ਜਿਹੜੇ ਉਹ ਫੌਜੀ ਸਰਫ ਜਿਹੜੇ ਐਸਕੋਰਟ ਅਫਸਰ ਡਾਇਰੈਕਟਰ ਨੇ ਸੀ ਜੀ, ਪੱਟੀ ਦੇ ਸੀ, ਜਿਨ੍ਹਾਂ ਦੇ ਚਾਚਾ ਜੀ ਨੂੰ ਜੱਸਾ ਸਿੰਘ ਵਲਟੋਏ ਦੇ ਦੋਸ਼ ਲੱਗੇ ਸੀ, ਉਹਨਾਂ ਨੂੰ ਗੋਲੀ ਮਾਰ ਕੇ ਮਾਰਿਆ ਸੀ 83 ਦੇ ਵਿੱਚ, ਉਹ ਵੀ ਡਾਕਟਰ ਸੀ। ਜਦੋਂ ਉਹਨਾਂ ਦੀ ਗੱਲ ਚੱਲੀ ਉਹਨਾਂ ਦੀ ਡਾਕਟਰ ਸਾਹਿਬ ਦੀ, ਤੇ ਉਸ ਟਾਈਮ ਤੇ ਉਹਨਾਂ ਮੈਨੂੰ ਇੱਕ ਗੱਲ ਕਹੀ ਸੀ, ਟੈਸਟ ਹੋ ਰਹੀ ਸੀ ਤੇ ਮੈਂ ਉਹਨੂੰ ਪੁੱਛਿਆ ਵੀ ਡਾਕਟਰ ਸਾਹਿਬ ਤੁਹਾਡੀ ਤਨਖਾਹ ਕਿੰਨੀ ਹੈ? ਕਹਿੰਦੇ ਕਿਉਂ ਕੀ ਗੱਲ? ਉਹ ਕਹਿੰਦੇ ਜੀ ਮੈਂ ਕਿਹਾ ਜੀ ਤੁਹਾਨੂੰ ਵੇਖੋ ਬੜੀ ਤਨਖਾਹ ਮਿਲਣੀ, ਘੱਟੋ 10-15 ਲੱਖ ਤਨਖਾਹ ਤੁਸੀਂ ਲੈਂਦੇ ਹੋ, ਡਾਇਰੈਕਟਰ ਹੈ ਤੁਸੀਂ ਕੰਮ ਕਰਦੇ ਹੋ ਹਰ ਦੁਨੀਆਂ ਦੇ ਵਿੱਚ ਕੰਮ ਕਰਕੇ ਆਉਂਦੇ, ਕਹਿੰਦਾ ਬਿਲਕੁਲ ਨਹੀਂ, 125 ਲੱਖ ਮੇਰੀ ਤਨਖਾਹ ਵਾ ਸਿਰਫ,
ਮੈਂ ਤਨਖਾਹ ਸਮਾਂ ਦਾ ਲੈਂਦਾ ਵੀ ਜਿਹੜੇ ਮੇਰੇ ਘਰ ਦੇ ਖਰਚੇ ਆ, ਮੇਰੇ ਬੱਚਿਆਂ ਦੇ ਖਰਚੇ, ਉਹ ਪੂਰੇ ਹੋ ਜਾਣ, ਮੈਨੂੰ ਵੱਧ ਪੈਸੇ ਨਹੀਂ ਚਾਹੀਦੇ, ਵੱਧ ਪੈਸੇ ਮੇਰਾ ਦਿਮਾਗ ਖਰਾਬ ਕਰਨਗੇ ਜੀ। ਉਹ ਗੱਲ ਠੀਕ, ਵੱਧ ਪੈਸੇ ਬੰਦੇ ਦਿਮਾਗ ਖਰਾਬ ਕਰ ਦਿੰਦੇ ਆ। ਇਸ ਵੇਲੇ ਵੀ ਗੁਰੂ ਦੀ ਗੋਲਕ ਨੂੰ ਜਿਹੜੇ ਆ ਉਹ ਬਾਇਕ, ਮੈਂ ਕੀ ਕਹਾਂ, ਸਾਡੇ ਇੱਥੇ ਜਿਹੜਾ ਗੁਰੂ ਰਾਮਦਾਸ ਮੈਡੀਕਲ ਕਾਲਜ ਬਣਿਆ, ਰਿਸਰਚ ਸੈਂਟਰ ਬਣਿਆ, ਯੂਨੀਵਰਸਿਟੀ ਬਣੀ ਆ ਜੀ, ਉਹਦਾ ਇੱਕ ਅਧਿਕਾਰੀ ਨੇ ਇੱਕ ਟੀਵੀ ਤੇ ਬੈਠਿਆ ਸ਼ਰੇਆਮ ਝੂਠ ਬੋਲਿਆ। ਅੱਛਾ ਜੀ। ਉਹਦੇ ਨਾਲ ਇੱਕ ਸਾਬਕਾ ਸਕੱਤਰ ਵੀ ਬੈਠਾ ਸੀਗਾ, ਮੈਂ ਉਹ ਸਕੱਤਰ ਨੂੰ ਲਾਂਤਾ ਪਾਉਂਦਾ ਵੀ ਉਹਦਾ ਫਰਜ਼ ਬਣਦਾ ਸੀ, ਕਹਿੰਦਾ ਵੀ ਨਹੀਂ ਆਪਾਂ ਗਲਤ ਨਾ ਬੋਲੀਏ ਜੀ। ਮੇਰੇ ਸਾਹਮਣੇ ਦੀ ਗੱਲ ਆ ਵੀ ਹਰ ਮਹੀਨੇ 1 ਕਰੋੜ ਰੁਪਇਆ ਹੋਸਪਿਟਲ ਨੂੰ ਗੁਰੂ ਦੀ ਗੋਲਕ ਜਾਂਦਾ ਸੀ, ਤੇ ਇੱਕ ਵਾਰੀ ਇੱਥੇ ਮੱਲੀ ਮੱਲੀ ਮੈਨੇਜਰ ਸੀ ਉਹ ਅੜ ਗਿਆ। ਅੱਛਾ ਜੀ। ਕਹਿੰਦਾ ਸੀ ਕਿਉਂ ਨਹੀਂ ਯਾਰ ਹਰ ਮਹੀਨੇ 1 ਕਰੋੜ ਰੁਪਇਆ। ਉਹ ਫਿਰ ਉਹਨੂੰ ਅਧਿਕਾਰੀਆਂ ਨੇ ਬੁਲਾਇਆ ਵੀ ਨਹੀਂ ਦੇ ਦੇ, ਉੱਤੋਂ ਬਾਦਸ਼ਾਹ ਦਾ ਹੁਕਮ ਆ ਤੇ ਦੇ ਦੇ ਪੈਸੇ, ਕੋਈ ਗੱਲ ਨੀ। ਉਹ ਪੈਸੇ ਦਿੱਤੇ ਗਏ। ਉਹ ਕਹਿੰਦਾ ਜੀ ਅਸੀਂ ਕਦੀ ਪੈਸੇ ਲਏ ਹੀ ਨੀ, ਖਾਲੀ ਕੇ ਗੁਰਦੁਆਰਾ ਜਿਹੜਾ ਬਜਟ ਆ, ਐਸੀ ਪੀ ਦਾ ਬਜਟ ਆ, ਬਜਟ ਦੇ ਵਿੱਚ ਬਕਾਇਦਾ ਤੌਰ ਤੇ ਸਹਾਇਤਾ ਦੇ ਤੌਰ ਤੇ ਕਰੋੜਾਂ ਰੁਪਈਏ ਹਰ ਸਾਲ ਨੂੰ ਦਿੱਤੇ ਜਾਂਦੇ ਆ ਜੀ। ਜੇ ਕਿਤੇ ਗੁਰਦੁਆਰੇ ਦੀ ਹੈਲਪ ਬੰਦ ਹੋ ਜਾਵੇ ਤੇ ਉਹ ਹਸਪਤਾਲ ਸਵੇਰੇ ਬੰਦ ਹੋ ਜਾਏ। ਇੰਨੀ ਹਾਲਤ ਪਤਲੀ ਸੀ। ਪਿੱਛੇ ਜੇ ਕਹਿਣ ਲੱਗਾ ਜਿਵੇਂ 50 ਕਰੋੜ ਰੁਪਇਆ ਜੋੜ ਲਿਆ ਤੇ ਉਹਦੇ ਵਿੱਚ ਧਰ ਜੇ ਗਿਆ ਬੰਦਾ, ਬੜਬੋਲਾ ਬੈਠਾ ਸੀ, ਕਹਿੰਦਾ ਜਿਹੜੇ ਐਸੀ ਪੀ ਸੀ ਪੈਸੇ ਤੇ ਵਾਪਸ ਕਰ ਦਿਓ ਪਹਿਲਾਂ ਤੁਸੀਂ ਦੱਸੋ ਜਿਹੜੇ ਉੱਥੋਂ ਲੈ ਗੁਰੂ ਘਰ ਤੋਂ ਦਰਬਾਰ ਸਾਹਿਬ ਦੀ ਗੋਲ ਉੱਤੇ ਲੈ ਪੈਸੇ ਵਾਪਸ ਕਰ ਦਿਓ ਜੀ। ਹਾਂਜੀ ਹਾਂਜੀ। ਤੇ ਮੇਰਾ ਕਹਿਣ ਤੋਂ ਬਾਅਦ ਵੀ ਇਸ ਵੇਲੇ ਜਿਹੜੀ ਗੁਰੂ ਦੀ ਗੋਲਕ ਨੂੰ ਬੜੇ ਮੋਹ ਨਾ ਕਹਿਣਾ ਨੀ ਚਾਹੁੰਦਾ, ਕਿਹੜੇ ਲੱਗੇ ਨੇ ਉਹ ਆਮ ਤੌਰ ਤੇ ਕਹਿ ਦਿੰਦੇ ਕਿ ਅੱਟ ਦੀ ਬੁਰੀ ਦੀ ਕੌਣ ਲੱਗਾ ਵਾ, ਉਹ ਆਪਾਂ ਕਹਿਣਾ ਨੀ ਗਾ, ਮਤਲਬ ਉਹ ਲੱਗੇ ਨੇ ਸਾਰੇ, ਤੇ ਫਿਰ ਗੋਲਕ ਕਿੱਥੇ ਖਲੋਊਗੀ, ਖਜ਼ਾਨਾ ਕਿੱਥੇ ਖਲੋਊਗਾ। ਇਹਨਾਂ ਨੂੰ ਹੋ ਸਕਦਾ ਵੀ ਆਉਣ ਵਾਲੇ ਸਮੇਂ ਚ ਬੈਂਕਾਂ ਕੋਲੋਂ ਕਰਜ਼ੇ ਲੈ ਕੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣੀਆਂ ਪੈ, ਤੇ ਫਿਰ ਤਾਂ ਉਹੀ ਕੰਮ ਹੋਗਾ ਪੰਜਾਬ ਸਰਕਾਰ ਵਾਲਾ, ਫਿਰ ਮੁੜ ਕੇ ਤਾਂ ਨਹੀਂ ਲੈਣ ਦਾ ਜੀ ਕੰਮ। ਚਲੋ ਵੇਖੋ ਕੀ ਬਣਦਾ ਜੀ, ਹੁਣ ਵੇਖੋ ਕੱਲ ਪਰਸੇ ਗਿਲਤੀਆਂ ਵੀ ਹੈਗਾ ਸੀ, 5 ਲੱਖ ਰੁਪਏ ਦਾ ਚੈੱਕ ਦੇ ਕੇ ਇਹਨਾਂ ਨੂੰ ਵੀ ਅਸੀਂ ਦੰਦਰ ਦੀ ਸਵੇਰ ਪਾਉਣੀ, ਚੰਗੀ ਗੱਲ ਹੈ ਜੀ, ਪਾਉਣੀ ਚਾਹੀਦੀ, ਅਸੀਂ ਤੇ ਕਹੀ ਨੀ ਪਾਉਣੀ ਚਾਹੀਦੀ, ਮਾੜੀ ਗੱਲ ਕੋਈ ਨੀ ਹੈਗੀ। ਲੇਕਿਨ ਇਹ ਵੀ ਬੰਦੇ ਦੇ ਪੁੱਤਾਂ ਨੇ ਕੰਮ ਕਰਨਾ, ਲੰਗਰ ਨੂੰ ਲੰਗਰ ਸਮਝਣ ਜੀ, ਬਿਲਕੁਲ। ਤੇ ਇਸ ਕਰਕੇ ਜੇ ਇਹ ਲੰਗਰ ਇਹਨਾਂ ਨੇ ਕਹਿਤਾ ਵੀ ਅਸੀਂ ਜਿਹੜਾ ਗੁਰਦੁਆਰਾ ਜਾ ਕੇ ਵਰਤਾਵਾਂਗੇ, ਤੇ ਪਹਿਲ ਕਦਮੀ ਜਿਹੜੀ ਪੰਜਾਬ ਰੇਡੀਓ ਨੇ ਕੀਤੀ ਸੀ, ਆਪਾਂ ਇਹ ਗੱਲ ਉਸਾਰੀ ਸੀ, ਉਸ ਤੋਂ ਬਾਅਦ ਸਾਰੇ ਬੋਲੇ ਸੀ, ਬੋਲਣ ਤੋਂ ਬਾਅਦ ਜੇ ਉਹਨਾਂ ਕੀਤਾ ਤੇ ਬਹੁਤ ਚੰਗੀ ਗੱਲ, ਬਿਲਕੁਲ। ਚਲੋ ਕੋਈ ਤਾਂ ਕਿਤੇ ਦਾ ਅਸਰ ਹੋਇਆ ਜੀ ਕਿਸੇ ਗੱਲ ਦਾ ਜੀ 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 ਜੀ। ਸੋ ਸਰੋਤੋ, ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਜ਼ਰੀਏ ਤੁਸੀਂ ਪ੍ਰੋਗਰਾਮ ਸ਼ਮਾਦਾਨ ਸੁਣ ਰਹੇ ਹੋ, ਮੇਰੇ ਨਾਲ ਸਰਦਾਰ ਜਸਬੀਰ ਸਿੰਘ ਭੱਟੀ ਨੇ, ਅਤੇ ਜਲ੍ਹਿਆਂਵਾਲੇ ਬਾਗ ਦਾ ਵੀ ਜਿਹੜਾ ਹੈਗਾ ਉਹਨੂੰ ਕਹਿੰਦੇ ਲੰਮੇ ਸਮੇਂ ਲਈ ਬੰਦ ਕਰ ਦਿੱਤਾ ਜੀ, ਰੈਨੋਵੇਸ਼ਨ ਦਾ ਬਹਾਨਾ ਜਾਂ ਕੀ? ਜਲ੍ਹਿਆਂਵਾਲਾ ਬਾਗ ਤੇ ਪਹਿਲਾਂ ਹੀ ਬੰਦ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਕਰਫਿਊ ਲੱਗਾ, ਉੱਥੇ ਜਾਂਦਾ ਹੀ ਕੋਈ ਨਹੀਂ, ਤੇ ਨਾ ਜਾਣ ਦਿੰਦੇ ਕਿਸੇ ਨੂੰ, ਦਰਬਾਰ ਸਾਹਿਬ ਨੂੰ ਜਾਣਦੇ, ਜਲ੍ਹਿਆਂਵਾਲਾ ਬਾਗ ਕਿਸੇ ਨੂੰ ਕੀ ਜਾਣ ਦੇਣਾ। ਉਹ ਬੰਦ ਕਰਨ ਦੇ ਦੋ ਕਾਰਨ ਨੇ ਜੀ। ਪਹਿਲਾ ਕਾਰਨ ਤੇ ਉਹਦਾ ਇਹ ਆ ਵੀ ਉੱਥੇ ਰੈਨੋਵੇਸ਼ਨ ਚੱਲ ਰਹੀ ਆ। ਅੱਛਾ ਜੀ। ਰੈਨੋਵੇਸ਼ਨ ਚੱਲ ਕਰਕੇ ਪਿੱਛੇ ਜੀ ਵੀ ਬੰਦ ਕੀਤਾ ਸੀ, ਕਾਫੀ ਵਿਰੋਧ ਹੋਇਆ ਸੀ, ਉਦੋਂ ਇਹਨਾਂ ਟਿਕਟ ਲਾਉਣ ਦੀ ਵੀ ਕੋਸ਼ਿਸ਼ ਕੀਤੀ ਸੀ, ਫਿਰ ਕਾਫੀ ਰੌਲਾ ਭਾਰ ਪਿਆ ਸੀ, ਮੁੜ ਕੇ ਟਿਕਟ ਵਾਲਾ ਸਿਲਸਿਲਾ ਨੇ ਬੰਦ ਕਰਤਾ ਸੀ। ਅੱਛਾ ਜੀ। ਹੁਣ ਇਹਨਾਂ ਨੇ ਰੈਨੋਵੇਸ਼ਨ ਦੇ ਨਾਂ ਤੇ ਕਹਿਤਾ ਜੀ 15 ਜੂਨ ਤੱਕ ਉੱਥੇ ਜਿਹੜਾ ਇਹ ਬੰਦ ਰਹੇਗਾ, ਤੇ ਜਿਹੜੇ ਐਤਕੀ 13 ਅਪ੍ਰੈਲ ਨੂੰ ਸਮਾਗਮ ਹੋਣੇ ਉੱਥੇ ਨਹੀਂ ਹੋਣਗੇ, ਵੈਸੇ ਵੀ ਨਹੀਂ ਹੋਣੇ ਚਾਹੀਦੇ, ਕਿਉਂਕਿ ਜਦੋਂ ਅਸੀਂ ਕਹਿੰਦੇ ਵੀ ਇੰਨੇ ਬੰਦੇ ਇਕੱਠੇ ਨਹੀਂ ਕਰਨੇ ਚਾਹੀਦੇ, ਹਾਂਜੀ ਹਾਂਜੀ, ਹੋਣੇ ਚਾਹੀਦੇ ਵੀ ਨੀ, ਠੀਕ ਕੀਤਾ ਉਹਨਾਂ ਨੇ। ਉਹ 15 ਜੂਨ ਤੱਕ ਇਸ ਕਰਕੇ ਬੰਦ ਕੀਤਾ ਟੋਟਲੀ, ਵੀ ਉਹਦੇ ਵਿੱਚ ਜੇ ਕਿਤੇ ਖੁੱਲਾ ਹੁੰਦਾ ਤੇ ਜਿੰਨੇ ਮੰਗਤੇ ਮੁੰਗਤੇ ਸਾਰੇ ਜਲ੍ਹਿਆਂਵਾਲੇ ਬਾਗ ਵੜਨੇ ਸੀ। ਹਾਂਜੀ।
ਉਹਨਾਂ ਤੋਂ ਰੋਕਣ ਵਾਸਤੇ ਜਿਹੜਾ ਮੈਂ ਕੀਤਾ, ਅੱਜ ਵੀ ਜਿਹੜਾ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ਬਣਿਆ ਉੱਥੇ ਮੰਗਤੇ ਜਾਂਦੇ ਆ, ਪੁਲਿਸ ਉਹਨਾਂ ਨੂੰ ਉੱਥੋਂ ਤੋਰਦੀ ਆ, ਭਜਾਉਂਦੀ ਆ, ਮੁੜ ਕੇ ਫਿਰ ਉੱਥੇ ਆ ਜਾਂਦੇ ਆ। ਜਾਣ ਕਿੱਥੇ ਵਿਚਾਰੇ, ਜਿਵੇਂ ਘਰ ਘੱਟ ਕੋਈ ਨੀ। ਜੇ ਕਿਤੇ ਕਾਹਨ ਸਿੰਘ ਪੰਨੂ ਵਰਗਾ ਡੀਸੀ ਹੁੰਦਾ ਤੇ ਇਹਨਾਂ ਵਾਸਤੇ ਵੀ ਰਹਿਣ ਬਸੇਰਾ ਬਣਾ ਕੇ ਇਹਨਾਂ ਉੱਥੇ ਖਾਣਾ ਵੀ ਦਿੰਦਾ, ਉੱਥੇ ਸ਼ੈਲਟਰ ਵੀ ਦਿੰਦਾ ਵੀ ਇੱਥੇ ਰਹੋ ਤੁਸੀਂ, ਤੁਹਾਨੂੰ ਕੋਈ ਪ੍ਰੋਬਲਮ ਨੀ ਆਉਂਦੀ, ਕਿ ਉਹਨੇ ਸ਼ੁਰੂ ਕੀਤਾ ਸੀ ਸਿਸਟਮ ਇਹ। ਦਾਨੇ ਵਾਲੀਆ ਸਾਹਿਬ 1900 ਮੇਰੇ ਖਿਆਲ ਸ਼ਾਇਦ 93 ਦੀ ਕਿ 94 ਦੀ ਗੱਲ, ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਬੈਠੇ ਇੱਕ ਹੋਟਲ 'ਚ ਰੋਟੀ ਖਾਣ ਲੱਗੇ ਤੇ ਉਸ ਹੋਟਲ ਦੇ ਵਿੱਚ ਇੱਕ ਬੰਦਾ ਬੈਠਾ ਸੀ। ਉਹ ਮੇਰਾ ਮਿੱਤਰ ਕਹਿੰਦਾ ਵੀ ਉਹ ਕੀ ਹਾਲ ਪ੍ਰਧਾਨ, ਤੇ ਮੈਂ ਉਹਨੂੰ ਪੁੱਛਿਆ ਕੀ ਕਾਹਦਾ ਪ੍ਰਧਾਨ ਹੈ, ਇਹ ਕਹਿੰਦਾ ਮੰਗਤਾ ਯੂਨੀਅਨ ਦਾ ਪ੍ਰਧਾਨ। ਮੈਂ ਕਿਹਾ ਬੁਲਾਇਆ ਪ੍ਰਧਾਨ ਹੋ ਗਏ? ਅੱਛਾ, ਹਾਂਜੀ। ਮੈਂ ਕਿਹਾ ਬੁਲਾਇਆ ਇਹਨੂੰ, ਉਹਨੂੰ ਅਸੀਂ ਬੁਲਾਇਆ ਜੀ, ਉਹਨੂੰ ਅਸੀਂ ਪੈਗ ਸ਼ੈਗ ਲਵਾਇਆ ਚੰਗੀ ਤਰ੍ਹਾਂ, ਪੈਗ ਸ਼ੈਗ ਲਵਾਉਣ ਤੋਂ ਬਾਅਦ ਸਾਰੀ ਕਹਾਣੀ ਪੁੱਛੀ ਉਹਨੂੰ ਅਸੀਂ। ਅੱਛਾ ਜੀ। ਉਹ ਕਹਿੰਦਾ ਵੀ ਸਾਡੀ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਉਦੋਂ ਦਾਰੂ ਦੇ ਖੁੱਲੇ ਗੱਫੇ ਵਰਤਾਏ ਜਾਂਦੇ ਵਗੈਰਾ ਤੌਰ ਤੇ, ਵੋਟਾਂ ਲੈਣ ਵਾਸਤੇ ਰਿਸ਼ਵਤ ਦਿੱਤੀ ਜਾਂਦੀ ਹੈ। ਤੇ ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਵੀ ਤੁਹਾਡੇ ਜਿਵੇਂ ਬਾਬੇ ਸ਼ਹੀਦਾਂ ਦੇ ਬਾਹਰ ਇੱਥੇ 50 ਮੰਗਤੇ ਬੈਠੇ ਆ ਤੇ ਕੋਈ ਬੰਦਾ 5 ਕੰਬਲ ਲੈ ਕੇ ਆਉਂਦਾ ਦੇਖ ਕੇ ਜਾਂਦਾ, ਤੁਹਾਡੇ ਮੰਗਤੇ ਰਮਾਨ ਨਾਲ ਬੈਠੇ ਰਹਿੰਦੇ ਆ, ਉਹ ਪਹਿਲੇ 5 ਨੂੰ ਦੇਖ ਕੇ ਚਲੇ ਜਾਂਦਾ, ਬਾਕੀ ਤੇ ਉਹਦੇ ਬੈਠੇ ਹੁੰਦੇ ਆ, ਉਹ ਰੌਲਾ ਕੋਈ ਨੀ ਪਾਉਂਦੇ। ਕਹਿੰਦਾ ਇਹ ਸਭ ਜਿਹੜਾ ਸਾਰਾ ਸਮਾਨ ਆ ਇਹ ਸ਼ਾਮ ਨੂੰ ਸਾਡੇ ਕੋਲ ਆ ਜਾਂਦਾ, ਇਹ ਅਸੀਂ ਵੇਚ ਕੇ ਤੇ ਬਰਾਬਰ ਦੀ ਲਿਸਟ ਬਣੀ ਹੁੰਦੀ ਆ ਵੀ ਇੱਥੇ ਮੰਗਤੇ ਕਿਹੜੇ ਕਿਹੜਾ ਬਹਿੰਦਾ, ਉਹਨੂੰ ਵੰਡੇ ਜਾਂਦੇ ਬਕਾਇਦ ਤੌਰ ਤੇ ਪੁੱਠਾ ਵੇਚ ਦਿੰਦਾ, ਜਿਵੇਂ ਹੁਣ ਅੱਜ ਕੱਲ੍ਹ ਰਾਸ਼ਨ ਵਿਕਦਾ। ਪੂਰਾ ਬਿਲਕੁਲ ਪੂਰਾ ਸਿਸਟਮੈਟਿਕ ਸੰਬੰਧ ਸੀ। ਹਾਂਜੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਇਹ ਦੱਸ ਵੀ ਜੇ ਕਿਤੇ ਕੋਈ ਮੰਗਤਾ ਹੈਰਿਆ ਫਰੀ ਕਰਦਾ ਫੜੇ ਜੇ ਫਿਰ ਤੁਸੀਂ ਕੀ ਕਰਦੇ ਜੀ? ਕਹਿੰਦਾ ਫਿਰ ਉਹਦੀ ਉਸ ਜਗ੍ਹਾ ਬਦਲੀ ਕਰਦੀ ਜਿੱਥੇ ਕੋਈ ਜਾਂਦਾ ਕੋਈ ਨੀ। ਅੱਛਾ, ਭੁੱਖਾ ਮਾਰ ਭੁੱਖਾ ਮਾਰ। ਤੇ ਮੈਂ ਕਿਹਾ ਬਦਲੀ ਰੋਕਣ ਦਾ ਤਰੀਕਾ ਕੀ ਆ? ਕਹਿੰਦਾ ਉਹ ਫਿਰ ਸਾਡੀ ਸੇਵਾ ਪਾਣੀ ਕਰਦਾ, ਸਾਨੂੰ ਮੁੜੇ ਥੋੜੇ ਬੜੇ ਪੈਸੇ ਵੀ ਦਿੰਦਾ, ਫਿਰ ਬਦਲੀ ਰੋਕ ਦਿੰਦੀ ਮਸਤੀ ਰੋਕ ਦਿੰਦੀ ਬਦਲੀ ਬਦਲੀ ਰੋਕ ਦਿੰਦੀ ਆ। ਉਹ ਇੱਕ ਮੈਂ ਸਟੋਰੀ ਗੱਲ ਆਈ ਸੀ ਉਸ ਟਾਈਮ ਦੇ ਉੱਤੇ, ਤੇ ਮੰਤਿਆਂ ਦੇ ਪ੍ਰਧਾਨ ਦੀ ਚੋਣ ਚ ਦਾਰੂ ਦੇ ਖੁੱਲੇ ਗੱਫੇ। ਹਾਲੀ ਉਹ ਜਿਹੜਾ ਬੰਦਾ ਸਾਨੂੰ ਮਿਲਿਆ ਸੀ ਉਦੋਂ ਉਹ ਬੰਦਾ ਵਾਈਸ ਪ੍ਰਧਾਨ ਸੀ, ਜੇ ਪ੍ਰਧਾਨ ਦੀ ਕਿੰਨੀ ਜ਼ਹਿਰ ਉਹ ਤੇ ਮੈਨੂੰ ਨੀ ਪਤਾ। ਸ਼ੁਕਰ ਕਰੋ ਤੁਸੀਂ ਪ੍ਰਧਾਨ ਲੱਭ ਲੈ, ਨਹੀਂ ਤਾਂ ਇਹਨਾਂ ਦੇ ਲੱਭਣਾ ਕਿੱਥੇ ਕਿਹਨੇ ਨਹੀਂ ਹੋ ਗਾ। ਗੱਲ ਸੁਣੋ ਜੀ, ਸੰਦੀਪ ਗੋਇਲ ਇੱਥੇ ਐਸ ਐਸ ਪੀ ਹੁੰਦੇ ਸੀਗੇ, ਜਿਹੜੇ ਅੱਜ ਕੱਲ੍ਹ ਆਈਬੀ ਚੀਜ਼ ਆ। ਅੱਛਾ ਜੀ, ਆਈਬੀ ਦੀ ਰਾਜ ਰਾਜ ਲਿਖੇ ਸ਼ਾਦੇ ਕਹਿੰਦੇ। ਅੱਛਾ ਜੀ, ਉਹ ਇੱਥੇ ਹੁੰਦੇ ਸੀ ਤੇ ਸਮੰਤ ਗੋਇਲ, ਸਮੰਤ ਗੋਇਲ ਉਹਨਾਂ ਨੂੰ ਉੱਤੋਂ ਆ ਗਿਆ ਜੀ, ਪੁਰਾਣਾ ਆ ਗਿਆ ਨਾਲ ਡੀਸੀ ਨੂੰ ਆ ਗਿਆ ਵੀ ਇਹ ਮੰਗਤੇ ਇੱਥੇ ਬੈਠੇ ਨਾ, ਪ੍ਰਬੰਧ ਕਰੋ ਇੱਥੇ ਨਾ ਕੋਈ ਜੀ। ਇਹਨਾਂ ਨੇ ਉਹਨਾਂ ਮੰਗਤਿਆਂ ਨੂੰ ਚੁੱਕਿਆ ਤੇ ਚੁੱਕ ਕੇ ਤੇ ਵੱਖ ਵੱਖ ਫੈਕਟਰੀ ਚ ਲੋਕੀ ਲਵਾਤੀ, ਕਿਸੇ ਨੂੰ ਉਹਨਾਂ ਜਿਹੜਾ 1000 ਰੁਪਏ ਚ ਲਵਾਤੀ, ਕਿਸੇ ਨੂੰ 1500 ਲਵਾਤੀ, ਕਿਸੇ ਨੂੰ 2000 ਚ ਲਵਾ, ਜਿੰਨਾ ਕੋਈ ਕੰਮ ਕਰ ਸਕਦਾ ਜੀ। ਉਹ 15 ਦਿਨ ਬੰਦੇ ਰਹੇ ਤੇ 15 ਦਿਨਾਂ ਬਾਅਦ ਫਿਰ ਇੱਥੇ ਆ ਗਏ। ਉਹਨਾਂ ਨੂੰ ਫਿਰ ਪੁੱਛਿਆ, ਭਾਈ ਤੁਸੀਂ ਇੱਥੇ ਕਿਉਂ ਆ ਗਏ? ਆਂਦਾ ਉੱਥੇ ਸਾਨੂੰ ਮਿਲਣੇ 50 ਰੁਪਏ ਦਿਹਾੜੀ, ਇੱਥੇ ਮਿਲਣੀ ਸਾਨੂੰ 250 ਰੁਪਏ ਦਿਹਾੜੀ, ਅਸੀਂ ਉੱਥੇ ਕੀ ਕਰੀਏ ਜਾ ਕੇ ਉੱਥੇ। ਇਹ ਹਾਲ ਸੀਗਾ ਮੰਗਤਿਆਂ ਦਾ, ਵੀ ਮੰਗਤਿਆਂ ਦੇ ਪ੍ਰਧਾਨ ਦੀ ਵੀ ਜਿਹੜੀ ਚੋਣ ਦੀ ਬਕਾਇਦ ਉਹਦੇ ਇਲਾਕਾ ਵੰਡਿਆ ਜਾਂਦਾ ਵੀ ਆਹ ਇਲਾਕਾ ਤੇਰੇ, ਵੀ ਇੱਕ ਦੂਜੇ ਇਲਾਕੇ ਜਾਂਦੇ, ਲੜਾਈਆਂ ਉਹਨਾਂ ਦੀਆਂ ਬਕਾਇਦ ਤੌਰ ਤੇ ਉੱਥੇ। ਤੇ ਉਦੋਂ ਫਿਰ ਇਹਨਾਂ ਨੂੰ ਕੀਤਾ ਸੀ, ਲੇਕਿਨ ਉਹ ਇਹਨਾਂ ਸਿਸਟਮ ਨਹੀਂ ਰਸੇ। ਕਾਹਨ ਸਿੰਘ ਪੰਨੂ ਇੱਥੇ ਆਏ, ਉਹਨਾਂ ਨੇ ਫਿਰ ਇਹ ਮੰਗਤੇ ਜਿਹੜੇ ਸੀ ਪਹਿਲੀ ਗੱਲ ਤੇ ਰਾਤ ਨੂੰ ਕੋਈ ਸੁੱਤਾ ਸਿਆਲ ਦੇ ਵਿੱਚ ਜਾ ਕੇ ਆਪ ਉੱਤੇ ਕੰਬਲ ਪਾਉਂਦੇ ਸੀ, ਤੇ ਆਪਣੇ ਥਾਣੇ ਨੂੰ ਇੱਦਾਂ ਕਹਿੰਦੇ ਵੀ ਜਦੋਂ ਸਵੇਰੇ ਉੱਠਿਆ ਨਾ ਇਹਨੂੰ ਚੁੱਪ ਕਰਕੇ ਗੱਡੀ 'ਚ ਪਾਇਆ ਤੇ ਉਹ ਰਹਿਣ ਬਸੇਰੇ ਪਹੁੰਚਾ ਦਿੱਤਾ। ਅੱਛਾ ਜੀ। ਲੇਕਿਨ ਉੱਥੇ ਭੱਜ ਆਉਂਦੇ ਸੀ ਮੰਗਤੇ, ਭੱਜੇ ਕਰਕੇ ਆਉਂਦੇ ਵੀ ਉੱਥੇ ਮਿਲਣ, ਰੋਟੀ ਮਿਲਣੀ ਹੈ, ਰਹਿਣ ਨੂੰ ਜਗ੍ਹਾ ਮਿਲੂ, ਮਿਲਣਾ ਕੱਖ ਨਹੀਂ ਇੱਥੇ। ਮੈਂ ਇੱਥੇ ਜੀ ਲੜਕੀਆਂ ਬੜੀਆਂ ਜਿਹਨੂੰ ਆਪਾਂ ਤੰਦਰੁਸਤ ਕੁੜੀਆਂ, ਛੋਟੇ ਛੋਟੇ ਬੱਚੇ ਮੰਗਦੇ ਨੇ,
ਮੈਂ ਦੇਖਿਆ, ਮੈਂ ਅੱਜ ਬੜਾ ਧਿਆਨ ਨਾਲ ਦੇਖਿਆ ਕਿ ਉਹਨਾਂ ਨੂੰ ਮੋਟਰਸਾਈਕਲ ਤੇ ਇੱਥੇ ਛੱਡਣ ਆਏ ਚੌਂਕ 'ਚ। ਇੱਥੇ ਧੋਬੀਆਣਾ ਬਸਤੀ ਹੈ ਸਾਡੇ, ਪਾਵਰ ਹਾਊਸ ਰੋਡ ਦੇ ਉੱਤੇ ਬੜਾ ਪੌਸ਼ ਏਰੀਆ ਦੱਬਿਆ ਹੋਇਆ, 30,000 ਰੁਪਏ 35,000 ਰੁਪਏ ਗਜ ਦੀ ਜਗ੍ਹਾ ਜੀ, ਜਿੱਥੇ ਝੁੱਗੀ ਝੋਂਪੜੀਆਂ ਪਈਆਂ, 2-3 ਵਾਰੀ ਖਾਲੀ ਹੋ ਗਿਆ, ਪਰ ਵੋਟਾਂ ਨੇ, ਕੌਣ ਇਹਨਾਂ ਨੂੰ ਹੱਥ ਪਾਵੇ। ਹੁਣ ਉਹ ਮੋਟਰਸਾਈਕਲ 'ਤੇ 3 ਕੁੜੀਆਂ 4 ਜਣੇ ਮੋਟਰਸਾਈਕਲ ਦੇ ਉੱਤੇ ਗਏ, ਹੁਣ ਤਾਂ ਚਲੋ ਫਿਰ ਵੀ ਉਹ ਜਿਹੜਾ ਸਵੇਰੇ ਸਵੇਰੇ ਗਲੀਆਂ 'ਚ ਅਤੇ ਘਰਾਂ 'ਚ ਮੰਗਦੇ ਆ, ਇਕੱਠਾ ਕਰਕੇ ਲੈ ਆਉਂਦੇ ਆ। ਚਲੋ ਉਹ ਤਾਂ ਗੱਲ ਛੱਡੋ ਤੁਸੀਂ ਜੀ, ਅੰਮ੍ਰਿਤਸਰ ਦੇ ਵਿੱਚ ਭੰਡਾਰੀ ਪੋਲ ਆ, ਇਹ ਵੀ ਤੁਹਾਨੂੰ ਉਹਨਾਂ ਦਿਨਾਂ ਦੀ ਗੱਲ ਕਰਦਾ ਜੀ। ਮੈਂ ਸੋਚਿਆ ਚੱਲ ਯਾਰ ਚੱਕਰ ਲਾ ਕੇ ਤੇ ਤੁਰ ਕੇ ਜਾਂਦੇ, ਇੱਧਰ ਨੀ ਜਾਣਾ। ਮੇਰੇ ਨਾਲ ਇੱਕ ਮੁੰਡਾ ਹੋਰ ਸੀ ਪੱਤਰਕਾਰ, 2 ਜਣੇ ਸੀ। ਹਾਂਜੀ। ਤੇ ਸਵੇਰ ਦਾ ਟਾਈਮ ਸੀ, ਸਵੇਰੇ ਸਵੇਰ ਦਾ ਹੀ। ਜਦੋਂ ਅਸੀਂ ਗਏ ਤੇ ਇੱਕ ਬੰਦਾ ਉੱਥੇ ਅਪਲਾਈਡ ਫਰ ਮੋਟਰਸਾਈਕਲ, ਤੇ ਉਹ ਜਿਹੜੇ ਹੁੰਦਾ ਨਾ ਸ਼ਨੀਵਾਰ ਵਾਲੇ ਦਿਨ 2 ਕਿੱਟਾਂ ਰੱਖ ਕੇ ਤੇ ਉੱਤੇ ਕੱਪੜਾ ਜਿਹਾ ਪਾ ਕੇ, ਪਾਟਾ ਰੱਖ ਕੇ ਤੇਲ ਰੱਖਤਾ ਵਿੱਚ, ਸ਼ਨੀ ਦੀ ਥੋੜੀ ਜਿਹੀ ਪਾਤੀ, ਇਹਨਾਂ ਨਾਲ ਗੱਲਾਂ ਕਰਨ ਲੱਗ ਪਏ। ਗੱਲਾਂ ਕਰਦਿਆਂ ਕਰਦਿਆਂ ਮੈਂ ਉਹਨੂੰ ਕਿਹਾ, ਮੈਂ ਕਿਹਾ ਬਾਈ ਜੀ ਮੈਨੂੰ ਦੱਸੋ ਵੀ ਕਿੰਨੇ ਕੁ ਪੈਸੇ ਬਣ ਜਾਂਦੇ ਹਫ਼ਤੇ ਬਾਅਦ, ਸਾਨੂੰ ਹਫ਼ਤੇ ਦਾ ਜਿਹੜਾ ਸਾਡਾ ਖਰਚਾ ਇੱਥੋਂ ਨਿਕਲ ਜਾਂਦਾ ਇਹਦੇ ਚੋਂ। ਉਹ ਮੈਂ ਕਿਹਾ ਚੱਲ ਜੀ ਬੇਰੁਜ਼ਗਾਰ ਕੁਛ ਕਰ ਲਈਏ, ਸਾਨੂੰ ਦੱਸ ਕੀ ਕਰੀਏ। ਆਹ ਫਲਾਣਾ ਪੁੱਲ ਖਾ ਲਈ, ਉੱਥੇ ਤੁਸੀਂ ਰੱਖ ਲਓ ਜਾ ਕੇ ਦੱਸੋ ਕੀ ਪਤਾ। ਫਿਰ ਮੈਂ ਖਬਰ ਲਾਈ ਸੀ ਵੀ ਸ਼ਨੀ ਮਹਾਰਾਜ ਦੀ ਕਿਰਪਾ ਹੈ ਜੀ। ਦੱਸੋ ਇਹ ਸ਼ਨੀ ਦੀ ਕਿਰਪਾ, ਕਾਲ ਲੈ ਲਈਏ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ 91.64 ਤੇ ਆਉਂਦੇ ਰਹੋ। ਚੰਡੀਗੜ੍ਹ ਤੋਂ ਐਲਾਨ ਆਇਆ ਅੰਗਰੇਜ਼ੀ ਦੇ ਵਿੱਚ ਜਿਹੜਾ ਬੋਲਦੇ ਸੀਗੇ ਕਿ ਇਹ ਅਪ੍ਰੈਲ ਤੱਕ, ਸੋਰੀ ਅਕਤੂਬਰ ਤੱਕ, ਦਾਦਾ ਜੀ ਜਿਹੜੀ ਉਹਨਾਂ ਨੇ ਅਕਤੂਬਰ ਦੀ ਗੱਲ ਕੀਤੀ, ਉਹਨਾਂ ਕੱਲ ਉਹ ਪ੍ਰੈਸ ਕੀਤੀ ਆ ਦਿੱਲੀ ਦੇ ਵਿੱਚ ਜੀ। ਅੱਜ ਇਹਨਾਂ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ, ਇਹਨਾਂ ਨੇ ਜਿਹੜਾ ਜਿਹੜੀ ਆਹ ਜਿਹੜਾ ਸਾਡਾ ਕਰਫਿਊ ਆ ਉਹ 1 ਮਈ ਤੱਕ ਵਧਾ ਦਿੱਤਾ ਵਾ ਜੀ। ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੀ, ਇਸ ਵੇਲੇ ਅਸੀਂ ਦੂਸਰੀ ਸਟੇਜ ਦੇ ਉੱਤੇ ਹੈਗੇ ਆ, ਤੀਸਰੀ ਸਟੇਜ ਤੇ ਜੇ ਅਸੀਂ ਜੂਨ ਅਗਸਤ ਚਲੇ ਗਏ ਜੁਲਾਈ ਅਗਸਤ ਦੇ ਵਿੱਚ, ਸਾਡੇ ਵਾਸਤੇ ਥੋੜੀ ਭਿਆਨਕ ਹੋਊਗੀ। ਲੇਕਿਨ ਇਹਨੂੰ ਜਿਹੜੀ ਆ ਉਹ ਰੋਕ ਜਿਹੜੀ ਜਾ ਕੇ ਅਕਤੂਬਰ ਦੀ ਮੌਤ ਲੱਗੇਗੀ ਸਾਨੂੰ, ਅਜੇ ਸਾਡਾ ਖਤਰਾ ਹੀ ਖਤਰਾ ਸਾਡੇ ਤੇ ਹੈਗਾ। ਬਿਲਕੁਲ ਅਸੀਂ ਉਹਦੇ ਵਾਸਤੇ ਸੁਚੇਤ ਰਹੀਏ ਜਿੰਨੇ ਵੀ ਰਹਿ ਸਕਦੇ ਹਾਂ ਜੀ, ਇਹ ਅਸੀਂ ਉਹਨਾਂ ਦਾ ਜੀ ਜੀ। ਤੇ ਪੱਟੀ ਸਾਹਿਬ, ਬੜੇ ਸੁੱਖ ਦੀ ਖਬਰ ਵੀ ਕਈ ਵਾਰੀ ਆਉਂਦੀ ਹੈ ਕਿ ਦੇਸ਼ ਦੇ 400 ਜ਼ਿਲ੍ਹੇ ਜਿਹੜੇ ਆ ਉਹ ਹਜੇ ਵੀ ਬਚੇ ਹੋਏ ਆ, ਜਿਨ੍ਹਾਂ 'ਚ ਇੱਕ ਬਠਿੰਡਾ ਵੀ ਹੈ। ਹਾਂ ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, 3 ਜ਼ਿਲ੍ਹੇ ਤਾਂ ਆਪਣੇ ਬਚੇ ਜੀ ਮੇਰੇ ਖਿਆਲ, ਬਠਿੰਡਾ ਤੇ 2 ਹੋਰ ਹੈਗੇ ਆ ਜੀ, ਬਾਕੀ ਜਿਹੜੇ ਟੋਟਲ ਸਾਡੇ 718 ਜ਼ਿਲ੍ਹੇ ਆ ਜੀ ਜੀ, 718 ਜ਼ਿਲ੍ਹਿਆਂ ਦੇ ਵਿੱਚੋਂ 400 ਜ਼ਿਲ੍ਹੇ, ਮਤਲਬ ਅਜੇ ਵੀ ਸਾਡੇ 60% ਜਿਹੜੇ ਆ ਉਹ ਜ਼ਿਲ੍ਹੇ ਬਚੇ ਨੇ ਜਿੱਥੇ ਕੋਰੋਨਾ ਦਾ ਕੋਈ ਪ੍ਰਕੋਪ ਨਹੀਂ ਹੈਗਾ। ਅੱਛਾ ਜੀ, ਉਹ ਬੱਚੇ ਨੇ ਤੇ ਚੰਗੀ ਗੱਲ ਆ। ਤੇ ਇਹ ਸੋਚ ਰਹੇ ਨੇ ਜਿਵੇਂ ਕਰਨਾਟਕਾ ਦੇ ਮੁੱਖ ਮੰਤਰੀ ਜੈਦੀ ਜਰੂਪਾ ਨੇ ਕਿਹਾ ਵੀ ਜਿੰਨਾ ਸਾਡੇ ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਨਹੀਂ ਹੈਗਾ, ਅਸੀਂ ਸੋਚਦੇ ਵੀ ਉਹਨਾਂ ਜ਼ਿਲ੍ਹਿਆਂ ਨੂੰ ਖੋਲ ਕੇ ਸੀਲ ਕੀਤਾ ਜਾਵੇ, ਤੁਸੀਂ ਜਿਹੜੇ ਲੋਕ ਜ਼ਿਲ੍ਹੇ ਸੀ ਉਹ ਬਾਹਰ ਕਿੱਥੇ ਜਾਓ ਤੁਸੀਂ ਜੀ, ਉੱਥੇ ਆਪਣਾ ਕੰਮ ਕਾਰ ਕਰੋ। ਤੇ ਸਾਡੀ ਸਰਕਾਰ ਵੀ ਸੋਚ ਰਹੀ ਹੈ ਵੀ ਜਿਹੜੇ ਲੋਕ ਜਿਹੜੇ ਏਦਾਂ ਜ਼ਿਲ੍ਹੇ ਬਚੇ ਆ, ਸਾਡੀ ਆਰਥਿਕਤਾ ਜਿਹੜੀ ਬੜੀ ਭੁੰਜੇ ਰੱਖੇਗੀ ਤੇ ਅਸੀਂ ਕੁਛ ਨਾ ਕੁਛ ਬਾਰੇ ਕਰੀਏ ਜੀ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਕਿਹਾ ਵੀ ਅਸੀਂ ਇੱਕ ਟਾਸਕ ਫੋਰਸ ਬਣਾਵਾਂਗੇ 15 ਮੈਂਬਰੀ, ਤੇ ਉਹਨਾਂ ਨੇ ਅਪੀਲ ਕੀਤੀ ਆ ਸਰਦਾਰ ਮਨਪ੍ਰੀਤ ਸਿੰਘ ਆਹਲੂਵਾਲੀਆ ਜਿਹੜੇ ਬੜੇ ਵੱਡੇ ਅਰਥ ਸ਼ਾਸਤਰੀ ਆ, ਵੀ ਤੁਸੀਂ ਇਹਦੀ ਕਮਾਂਡ ਸੰਭਾਲੋ ਤੇ ਸਾਨੂੰ ਦੱਸੋ ਜੀ ਹੁਣ ਆਪਣੀ ਅਰਥ ਵਿਵਸਥਾ ਨੂੰ ਅਸੀਂ ਕਿਸ ਤਰੀਕੇ ਨਾਲ ਲੀਹੇ ਚਾੜ ਸਕਦੇ ਹਾਂ। ਚੰਗੀ ਗੱਲ ਆ।
ਟਾਸਕ ਫੋਰਸ ਤਾਂ ਹੀ ਕੁਛ ਕਰੂਗਾ ਜੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਗਏ ਤੇ ਤੂੰ ਘਰੋਂ ਕੰਮ ਹੀ ਨੀ ਕਰਨਾ ਬਾਹਰ ਨਿਕਲ ਨੀ ਦੇਣਾ ਤੇ ਫਿਰ ਟਾਸਕ ਫੋਰਸ ਅਸੀਂ ਕੀ ਕਰੂਗੀ? ਬਿਲਕੁਲ ਸਿਆਣੀ ਗੱਲ ਹੈ। ਫਿਰ ਵੀ ਉਹਨਾਂ ਨੇ ਟਾਸਕ ਫੋਰਸ ਬਣਾਉਣੀ ਚੰਗੀ ਗੱਲ ਆ, ਉਹ ਆਪੇ ਕੋਈ ਨਾ ਕੋਈ ਆਪਣੀ ਰਾਏ ਦੇਣਗੇ, ਘਰਾਂ ਚ ਕੰਮ ਕਰਨ ਨੂੰ ਦੇਣਗੇ, ਜਿਹੜੀਆਂ ਭਾਵੇਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ, ਜਿਹਨੇ ਮਰਜ਼ੀ ਕਹਿਤਾ, ਪ੍ਰਾਈਵੇਟ ਕੰਪਨੀਆਂ ਵਾਲੇ ਨੇ ਕਹਿਤਾ ਭਾਈ ਤੁਹਾਨੂੰ ਅਪ੍ਰੈਲ ਦੀ ਤਨਖਾਹ ਦੇਤੀ ਆ, ਸਾਡੇ ਕੋਲ ਮਈ ਦੀ ਆਸ ਨਾ ਰੱਖਿਓ। ਜੀ ਮੇਰੇ ਕੋਲ ਅੰਮ੍ਰਿਤਸਰ ਵਿੱਚ ਬੜੀ ਵੱਡੀ ਫਰਮ ਹੈਗੀ ਆ, ਉਹਦੇ ਮੁਲਾਜ਼ਮਾਂ ਦਾ ਫੋਨ ਆਇਆ ਸੀ ਵੀ ਸਾਨੂੰ ਆਹ ਗੱਲ, ਮੈਂ ਕਿਹਾ ਆਪਾਂ ਕੀ ਕਰ ਸਕਦੇ ਦੱਸੋ, ਆਪਾਂ ਕੁਛ ਨੀ ਕਰ ਸਕਦੇ ਇੱਥੇ। ਜੇ ਉਹ ਮਾਲਕ ਮਾਲਕ ਕਹਿੰਦੇ ਸਾਡੇ ਕੋਲ ਕਮਾਈ ਆਊਗੀ ਤੁਸੀਂ ਦਿਆਂਗੇ ਤੁਹਾਨੂੰ, ਜੇ ਸਾਡੇ ਕੋਲ ਕਮਾਈ ਨੂੰ ਦਿਆਂਗੇ ਤੁਹਾਨੂੰ ਕਿੱਥੋਂ ਅਸੀਂ? ਇਸ ਕਰਕੇ ਹਾਲਾਤ ਜਿਹੜੇ ਆ ਉਹਦੇ ਹਾਲ ਦੀ ਗੱਲ ਵੱਧ ਤੋਂ ਬਦਤਰ ਹੋਣ ਦੀ ਜਿਹੜੀ ਵੱਲ ਵੱਧ ਰਿਹਾ, ਉਹਦਾ ਇੱਕੋ ਹੀ ਹੱਲ ਆ ਵੀ ਇਹੋ ਹੀ ਆਈਸੋਲੇਸ਼ਨ, ਜਿੰਨੀ ਕਰਨੀ ਕਰ ਦਿਓ। ਕੱਲ ਫਿਰ ਉਹਨਾਂ ਦੇਸ਼ ਜਾਰੀ ਕਰ ਦਿੱਤਾ ਵਾ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਖੁੱਲਾ ਨਾ ਰੱਖਿਆ ਜਾਵੇ, ਸਾਰੇ ਧਾਰਮਿਕ ਸਥਾਨ ਵੀ ਬੰਦ ਕੀਤੇ ਜਾਣ, ਲੋਕ ਇਕੱਠੇ ਨਾ ਹੋਣ। ਲੇਕਿਨ ਅਫਸੋਸ ਉਦੋਂ ਹੁੰਦਾ ਵਾ ਜਦੋਂ ਇਹ ਲੀਡਰ ਆਪ ਲੈ ਕੇ 100-100 ਦੀ ਢਾਣੀਆਂ ਤੁਰੇ ਫਿਰਦੇ, ਉਦੋਂ ਕੋਈ ਨਹੀਂ ਪੁੱਛਦਾ। ਬਿਲਕੁਲ ਜੀ, ਲੀਡਰ 100-100 ਦੀਆਂ ਢਾਣੀਆਂ, ਪ੍ਰੈਸ ਕਾਨਫਰੰਸ ਕਰਨੀ ਹੈ ਅਫਸਰਾਂ ਦੇ ਅੱਗੇ, ਸਾਡੇ ਪੱਤਰਕਾਰ ਜਿਹੜੇ ਉਹ ਮਾਈਕ 100-100 ਮਾਈਕ ਥਾਂ ਲਾ ਦਿੰਦੇ ਆ, ਉਹ ਮਾਈਕ ਦੇ ਵਿੱਚ ਪਤਾ ਨਹੀਂ ਕੀ ਕੁਛ ਜਾਂਦਾ, ਉਹਦੇ ਬਾਰੇ ਕੋਈ ਧਿਆਨ ਨਹੀਂ। ਬਿਲਕੁਲ ਬਿਲਕੁਲ, ਉਹਦੇ ਤੇ ਕੰਟਰੋਲ ਕਰਨਾ ਪਊਗਾ। ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਜਿਹੜੇ ਮਾਲ ਮੰਤਰੀ ਨੇ ਤ੍ਰਿਪ ਬਾਜਵਾ ਸਰੀ, ਉਹਨਾਂ ਨੇ ਕਹਿ ਦਿੱਤਾ ਵੀ ਪੰਚਾਇਤੀ ਜ਼ਮੀਨਾਂ ਦੀ ਨਿਲਾਮੀ ਕਰਾਓ ਜੀ। ਉਹਦੇ ਵਿੱਚ ਜਿਹੜੀ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਕਿਹਾ ਜੀ ਸਾਨੂੰ ਸਸਤੇ ਜਿਹੜੀ ਸੀ ਰੇਟ ਤੇ ਤੁਹਾਨੂੰ ਕਿਹਾ ਸੀ, ਥੋੜੇ ਤੁਹਾਡੇ ਕੋਲ ਲੈ ਕੇ ਪੈਸੇ ਸਾਨੂੰ ਦਿੱਤਾ ਜਾਵੇ, ਕਿਉਂ ਅਸੀਂ ਬੱਚੇ ਪਾਲ ਸਕੀਏ ਆਪਣੇ। ਪਹਿਲਾਂ ਕਿਹਾ ਵੀ ਸੀ ਦਿਆਂਗੇ, ਪਰ ਦੇ ਨਹੀਂ ਰਹੇ। ਹੁਣ ਜੇ ਬੋਲੀ ਹੁੰਦੀ ਤੇ ਲੋਕ ਇਕੱਠੇ ਹੋਣਗੇ। ਕੁਛ ਸੁਝਾਅ ਵੀ ਆਇਆ ਵੀ ਜਿਹੜੇ ਪਹਿਲਾਂ ਲੋਕ ਕਾਸ਼ਤ ਕਰ ਰਹੇ ਉਹਨਾਂ ਨੂੰ ਉਸੇ ਰੇਟ ਤੇ ਜਾਂ 1% 2% 5% ਵਧਾ ਕੇ ਉਹਨਾਂ ਨੂੰ ਦੇ ਦਿਓ, ਤੇ ਲੋਕ ਇਕੱਠੇ ਨਾ ਕਰੋ। ਸੁਝਾਅ ਵੀ ਠੀਕ ਆ, ਲੇਕਿਨ ਜੇ ਤੁਸੀਂ ਪੰਚਾਇਤੀ ਬੋਲੀਆਂ ਕਰੋਗੇ ਤੇ ਮੇਰੇ ਖਿਆਲ 1.3 ਲੱਖ ਜਿੰਨੀ ਹੈਕਟਰ ਜ਼ਮੀਨ ਹੈਗੀ ਸਾਡੀ ਇੱਥੇ, ਉਹਦੇ ਵਿੱਚ ਜਿਹੜੀ ਹੈਗੀ ਬਿਲਕੁਲ ਮੇਰੇ ਕੋਲ 350 ਕਰੋੜ ਰੁਪਇਆ ਜਿਹੜਾ ਉੱਥੇ ਇਕੱਠਾ ਹੋਣਾ ਵਾ ਰੈਵੀਨਿਊ ਵੇਖ ਕੇ, ਤੇ ਜਿਹੜੀ ਲਾਲਾ ਸਿੰਘ ਡਿੱਗਦੀ ਆ ਨਾ ਜੀ, ਤੁਹਾਨੂੰ ਪਤਾ ਹੀ। ਤੇ ਪੱਟੀ ਸਾਹਿਬ, ਆਪਾਂ ਨਾਲ ਦੀ ਨਾਲ ਕਈ ਸੱਜਣਾਂ ਦੀਆਂ ਕਾਲਾਂ ਵੀ ਆ ਜਾਂਦੀਆਂ ਨੇ, ਉਹ ਚਲੇ ਜਾਂਦੇ, ਮੇਰੀ ਗੁਜ਼ਾਰਿਸ਼ ਹੁੰਦੀ ਹੈ ਜੀ ਅਸੀਂ ਖਬਰ ਤੋਂ ਬਾਅਦ ਤੁਹਾਡੀ ਗੱਲ ਲੈ ਸਕਦੇ ਹਾਂ, ਵਿਚਾਲੇ ਸਾਨੂੰ ਗੱਲ ਕੱਟਣੀ ਔਖੀ ਲੱਗਦੀ। ਜਿਹੜੇ ਬੰਦੇ ਕਾਲੇ ਹੁੰਦੇ ਲੈ ਲਓ, ਵੇਖੋ ਵੀਰ ਨੇ ਆਪਣੀ ਗੱਲ ਕੀਤੀ ਤਾਂ ਆਪਾਂ ਨਾਲ ਜਵਾਬ ਦੇ ਦਿੱਤਾ, ਗੱਲ ਵਿੱਚੋਂ ਟੁੱਟ ਜਾਂਦੀ ਹੈ ਨਾ ਪੱਟੀ ਸਾਹਿਬ, ਟੁੱਟ ਜਾਂਦੀ ਆਪਣੀ ਲੈ ਟੁੱਟ ਜਾਂਦੀ ਹੈ ਨਾ ਜੀ, ਟੁੱਟ ਜਾਂਦੀ ਤੇ ਗੱਲ ਤਾਂ ਠੀਕ ਟੁੱਟ ਜਾਂਦੀ। ਹਾਂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਕੁਰਸੀ ਕਹਿੰਦੇ ਉਹ ਬਚਾਉਣ ਲਈ ਕਹਿੰਦੇ ਹੋ ਆਪਦਾ ਔੜ ਪੌੜ ਕਰਨ ਲੱਗੇ ਹੋਏ ਨੇ ਜੀ। ਨਹੀਂ ਔੜ ਪੌੜੇ ਆ ਜੀ, ਊਧਮ ਠਾਕਰੇ ਹੋਰੀ MLA ਨਹੀਂ ਬਣੇ। ਉੱਥੇ ਹੁਣ ਜਿਹੜੀ ਵਿਧਾਨ ਪ੍ਰੀਸ਼ਦ ਹੈਗੀ ਹੈ ਉਹਦੇ ਵਿੱਚ ਦੋ ਬੰਦੇ ਜਿਹੜੇ ਨੋਮੀਨੇਟ ਕਰ ਰਹੇ ਹੁੰਦੇ ਰਾਜਪਾਲ ਨੇ ਜੀ, ਉਹ ਰਾਜਪਾਲ ਜਿਹੜਾ ਵਾ ਇਹਨਾਂ ਨੇ ਸਿਫਾਰਿਸ਼ ਕਰਕੇ ਭੇਜੀ ਹੈ ਵੀ ਊਧਮ ਠਾਕਰੇ ਨੂੰ ਤੁਸੀਂ ਨੋਮੀਨੇਟ ਕਰ ਦਿਓ ਕਿ ਹਾਲ ਦੀ ਕੜੀ ਕੋਈ ਚੋਣ ਹੋ ਨਹੀਂ ਸਕਦੀ, ਕੋਈ ਵੀ ਚੋਣ ਨਹੀਂ ਹੋ ਸਕਦੀ। ਜੇ ਕਿਸੇ ਮੈਂਬਰ ਨੂੰ ਅਸੀਂ ਵਿਧਾਨ ਸਭਾ ਵਿਧਾਇਕ ਨੂੰ ਅਸੀਂ ਦੁਆ ਕੇ ਚੁਣ ਦੇ, ਹੁਣ ਚੋਣ ਹੋ ਨਹੀਂ ਸਕਦੀ। ਤੇ ਫਰਵਰੀ ਮਈ 29 ਤੱਕ ਇਹਨਾਂ ਦੀ ਹੈਗੀ ਆ ਪ੍ਰਧਾਨ ਮੁੱਖ ਮੰਤਰੀ ਸ਼ੇਪਨ ਦੀ, ਤੇ ਫਿਰ ਇਹਨਾਂ ਨੂੰ ਸਪਸ਼ਟ ਇਸਤੀਫਾ ਦੇ ਕੇ ਦੁਬਾਰਾ ਸਹੁੰ ਚੁੱਕਣੀ ਪਊ, ਦੁਬਾਰਾ ਸਭ ਕੁਛ ਕਰਨਾ ਪਊਗਾ। ਉਹਨਾਂ ਨੇ ਰਾਜਪਾਲ ਨੂੰ ਲਿਖਿਆ ਵਾ, ਪੱਤਰ ਲਿਖਿਆ ਸਾਰਾ ਜਿਹੜਾ ਕੈਬਨਿਟ ਨੇ ਪਾਸ ਕਰਕੇ ਵੀ ਵੇਖੋ ਇਹ ਤੁਸੀਂ ਜਿਹੜੇ ਬੰਦੇ ਹੋ ਊਧਮ ਠਾਕਰੇ ਨੂੰ ਇਹਦੇ ਵਿੱਚ ਜਿਹੜੀ ਆ ਪ੍ਰੀਸ਼ਦ ਦੇ ਵਿੱਚ ਜਿਹੜਾ ਵਾ ਉਹਦੀ ਚੋਣ ਕੀਤੀ ਜਾਵੇ, ਦੋ ਬੰਦੇ ਤੁਸੀਂ ਕਰਨੇ ਕਿਹਨਾਂ ਨੂੰ ਕੀਤਾ ਜਾਵੇ। ਜੀ ਜੀ,
ਹੁਣ ਰਾਜਪਾਲ ਦੀ ਡਿਸਕ੍ਰਿਸ਼ਨ ਪਾਵਰ ਉਹ ਕਰਦਾ ਕਿ ਨਹੀਂ ਕਰਦਾ, ਜੇ ਤਾਂ ਉਹਨੇ ਕਰਤਾ ਤੇ ਸਰਕਾਰ ਬਚਜੂ, ਜੇ ਨਾ ਕੀਤਾ ਤੇ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ, ਭਾਵੇਂ ਇੱਕ ਦਿਨ ਵਾਸਤੇ ਹੋਵੇ, ਦੋ ਦਿਨ ਵਾਸਤੇ, ਮੁੜ ਕੇ ਫਿਰ ਨਵੇਂ ਸਿਰੇ 6 ਮਹੀਨੇ ਵਾਸਤੇ ਸਹੁੰ ਚੁੱਕਣੀ ਪਏਗੀ, ਫਿਰ ਨਵੇਂ ਸਿਰੇ ਕੰਮ ਕਰਨਾ ਪਿਆ, ਤੇ ਉਹ ਕੰਮ ਲੰਮਾ ਹੋ ਜਾਂਦਾ, ਫਿਰ ਜ਼ੋਰ ਤੋਂ ਵੀ ਸ਼ੁਰੂ ਹੋ ਜਾਂਦੀ ਆ। ਵੇਖੋ ਨਾ, ਮਹਾਰਾਸ਼ਟਰ ਦੀ ਕਬਜ਼ਾ ਕਰਨ ਵਾਸਤੇ ਮੋਦੀ ਸਾਹਿਬ ਨੇ ਜਿਹੜਾ ਸੀ ਕਰਫਿਊ ਲੇਟ ਕੀਤਾ, ਜੇ ਕਿਤੇ ਕਰਫਿਊ ਲੇਟ ਨਾ ਕਰਦੇ, ਪਹਿਲਾਂ ਕਰਦੇ, ਤੇ ਜਿਹੜੇ ਹਾਲਾਤ ਹੋਣੇ ਇਹ ਵੀ ਨਾ ਹੁੰਦੇ, ਸ਼ਾਇਦ ਥੋੜਾ ਜਿਹਾ ਬਚਾਅ ਹੋ ਜਾਂਦਾ। ਤੇ ਇੱਥੇ ਵੀ ਪੋਸੀਬਿਲਿਟੀ ਪੈਦਾ, ਨੇ ਕਹਿਣਾ ਵੀ ਜੋ ਮਰਜ਼ੀ ਹੈ, ਬੰਦੇ ਇਕੱਠੇ ਹੁੰਦੇ, ਜੋ ਮਰਜ਼ੀ ਹੁੰਦਾ, ਆਪਾਂ ਕਬਜ਼ਾ ਕਰੀ ਕਿਸੇ ਤਰੀਕੇ ਨਾਲ, ਕੋਸ਼ਿਸ਼ ਕਰਨੀ ਆ। ਲੇਕਿਨ ਰਾਜਪਾਲ ਸਾਨੂੰ ਚਾਹੀਦਾ ਵੀ ਜੇ ਉਹ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਅਪਲਾਈ ਕੀਤਾ, ਸਰਬਸੰਮਤੀ ਨਾਲ ਉਹਨਾਂ ਪਾਸ ਕਰਕੇ ਆਪਣਾ ਮਤਾ ਭੇਜਿਆ ਤੇ ਉੱਤੇ ਗੁਆ ਫਰਮਾਇਆ ਜਾਵੇ, ਤੇ ਨਹੀਂ ਤੇ ਫਿਰ ਉੱਥੇ ਡਾਂਸ ਸੁੱਟਾ ਖੜੂਗਾ, ਕੋਈ ਬੱਚਾ ਦਾ ਕੀ ਹੋਣਾ ਨੀ, ਉਹ ਮਾੜੀ ਗੱਲ ਹੋਏਗੀ। ਆਪਾਂ ਇੱਕ ਕਾਲ ਲੈ ਲਈਏ ਜੀ, ਕਾਲ ਲੈ ਕੇ ਅੱਗੇ ਚੱਲਦੇ। 98-149 ਤੇ ਤੁਸੀਂ ਆਉਣ ਰਹੇ ਹੋ ਜੀ। ਸਤਿ ਸ੍ਰੀ ਅਕਾਲ, ਕੌਣ ਸਾਹਿਬ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਮੈਂ ਰਜਿੰਦਰ ਸ਼ਰਮਾ ਬੋਲ ਰਿਹਾ ਜੀ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ ਜੀ। ਜੀ 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 ਰਜਿੰਦਰ ਜੀ, ਸਰ ਮੈਂ ਪੁੱਛਣਾ ਚਾਹੁੰਦਾ ਸੀਗਾ, ਪੱਟੀ ਸਾਹਿਬ ਹੈਗੇ ਨੇ ਲਾਈਨ ਤੇ, ਕਿ ਨਵਜੋਤ ਸਿੰਘ ਸਿੱਧੂ ਜੀ ਨੇ ਪਿੱਛੇ ਜੇ ਕੱਲ ਵੀ ਉਹ ਆਪੋ ਬਾਹਰ ਆਏ ਨੇ ਪਬਲਿਕ ਦੇ ਵਿੱਚ, ਤੇ ਉਹਨਾਂ ਨੇ ਰਾਸ਼ਨ ਵਗੈਰਾ ਵੀ ਵੰਡਿਆ ਫੋਟੋਆਂ ਲਗਾ ਕੇ, ਤੇ ਉਸ ਤੋਂ ਇਲਾਵਾ ਹੁਣ ਜਿਹੜਾ ਉਹ ਕਿ ਆਪਣੀ ਜਿਹੜੀ ਪਬਲਿਕ ਦੇ ਵਿੱਚ ਆਏ ਨੇ, ਉਹਨਾਂ ਦਾ ਕੀ ਆਪਣਾ ਆਪਣੇ ਲਈ ਆਏ ਨੀ ਹੈ, ਕੰਸਟੀਟਿਊਐਂਸੀ ਦੇ ਲੋਕਾਂ ਲਈ ਆਏ, ਮੀਡੀਆ ਨਾਲ ਗੱਲ ਕਰਦੇ, ਨਾ ਲੋਕਾਂ ਨਾਲ ਗੱਲ ਕਰਦੇ, ਬਾਹਰ ਆ ਕੇ ਸ਼ਗਲ ਵੇਖੇ ਫਿਰ ਅੰਦਰ ਵੜ ਜਾਂਦੇ ਆ। ਆਪਣੇ ਕੌਂਸਲ ਨੂੰ ਕਹਿ ਦਿੰਦੇ ਵੀ ਆਹ ਚੀਜ਼ਾਂ ਤੁਸੀਂ ਵੰਡ ਦਿਓ, ਉਹਨਾਂ ਆਪਣੀ ਫੋਟੋ ਲਾਈ ਜੀ ਸਤ ਕੇ ਲਾਉਣ। ਲੇਕਿਨ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਭਾਈ, ਜਿਹੜੇ ਲੋਕ ਗਰੀਬ ਨੇ ਉਹਨਾਂ ਨੂੰ ਰਾਸ਼ਨ ਵੰਡੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਨਾ ਪਾਓ ਜੀ, ਉਹਨਾਂ ਦੀ ਗਰੀਬੀ ਦਾ ਮਜ਼ਾਕ ਨਾ ਉਡਾਓ। ਇਸ ਕਰਕੇ ਸਿੱਧੂ ਸਾਹਿਬ ਨੇ ਕਹਿਤਾ ਜੀ ਮੈਂ ਸਲੂਟ ਕਰਨਾ ਜੀ, ਵੇਖੋ ਪੁਲਿਸ ਨੇ ਬੜੇ ਵਧੀਆ ਪ੍ਰਬੰਧ ਕੀਤੇ, ਲੋਕਾਂ ਨੂੰ ਕਹਿਤਾ ਵੀ ਆਈਸੋਲੇਸ਼ਨ ਚ ਰਹੋ, ਤੁਸੀਂ ਆਪਣੇ ਘਰਾਂ ਚ ਰਹੋ, ਇਹਦਾ ਬਚਾਅ ਇੱਕੋ ਹੀ ਹੈਗਾ, ਬਾਕੀ ਕੋਈ ਨੀ। ਹੋਰ ਇਸ ਤੋਂ ਬਾਅਦ ਉਹਨਾਂ ਕੋਈ ਗੱਲ ਕੀਤੀ ਨੀ ਜੀ, ਬਾਕੀ ਉਹਨਾਂ ਆਪਣੇ ਹਲਕੇ ਦੇ ਲੋਕਾਂ ਨੂੰ ਰਾਸ਼ਨ ਵੰਡ ਰਹੇ ਆ। ਸਿਰਫ ਇੱਕੋ ਹੀ ਗੱਲ ਆ ਵੀ ਉਹ ਕਿਸੇ ਲੈ ਨਹੀਂ ਰਹੇ, ਉਹ ਆਪਣੀ ਜੇਬ ਚ ਪੈਸੇ ਖਰਚ ਕਰੇ, ਇਹ ਉਹਨਾਂ ਦੀ ਫਿਦਰਤ ਤੇ ਉਹਨਾਂ ਦੀ ਸਿਫਤ ਆ ਜੀ। ਜੀ ਤੇ ਪਟੇਲ ਸਾਹਿਬ, ਚੰਗੀ ਗੱਲ ਆ ਜੀ, ਕੁਛ ਲੋਕ ਅੱਗੇ ਹੌਲੀ ਹੌਲੀ, ਪਰ ਗੱਲ ਇਹ ਹੈ ਜਿਵੇਂ ਆਪਾਂ ਆਖਿਆ ਕਿ ਮਦਦ ਕਰਨੀ ਜ਼ਰੂਰੀ ਹੈ, ਤੇ ਮਹਾਮਾਰੀ ਫੈਲਣ ਦੇ ਬਾਵਜੂਦ ਵੀ ਅਮਰੀਕੀ ਲੋਕ ਕਹਿੰਦੇ ਹਥਿਆਰ ਖਰੀਦ ਰਹੇ ਨੇ, ਇਹ ਕਿੱਥੋਂ ਆ ਰਹੀ ਹੈ ਜੀ ਖਬਰ? ਕਿਆ ਬਾਤ ਹੈ ਜੀ, ਕਿਆ ਬਾਤ! ਵੇਖੋ ਮਹਾਮਾਰੀ ਫੈਲੀ ਪਈ ਆ ਤੇ ਉਹਨਾਂ ਲੋਕਾਂ ਨੇ 19 ਲੱਖ ਹਥਿਆਰ ਖਰੀਦ ਲਏ, 19 ਲੱਖ। ਅੱਛਾ ਜੀ, ਕਿ ਸਾਨੂੰ ਖਤਰਾ ਪੈਦਾ ਹੋ ਜਾਣਾ ਜੀ, ਇੱਥੇ ਮਹਾਮਾਰੀ ਫੈਲ ਗਈ ਜੀ, ਜੋ ਸਾਡੇ ਕੋਲ ਸਮਾਨ ਫੁੱਲ ਰਹੇ ਭੁੱਖ ਲੈ ਗਿਆ, ਹੁਣ ਕੱਖ ਨੀ ਲੁੱਟ ਕੇ ਕੀ ਕਰਨਾ, ਤੁਸੀਂ ਆਪ ਰਹਿਣਾ ਕਿਦਾਂ ਪਤਾ ਕੋਈ ਨੀ ਹੈਗਾ ਜੀ, ਤੇ ਇਹ ਉਹਨਾਂ ਦੀ ਕੀ ਮਾਨਸਿਕਤਾ ਵਾ, ਕਿਉਂ ਉੱਥੇ ਹਿਸਾਬ ਉਹਨਾਂ ਦੇ ਉਤਰਮ ਦਾ, ਕਿਉਂਕਿ ਇਹ ਜਿਹੜੇ 19 ਲੱਖ ਹਥਿਆਰ ਖਰੀਦੇ, ਜਿਵੇਂ ਤੁਹਾਨੂੰ ਪਤਾ ਪਿੱਛੇ ਜੇ ਸਕੂਲ ਦੇ ਇੱਕ ਦੋ ਸਕੂਲਾਂ ਦੇ ਵਿੱਚ ਜਾ ਕੇ ਗੜਬੜ ਕੀਤੀ ਗਈ, ਇਹਨਾਂ ਗੋਲੀਆਂ ਚਲਾਈਆਂ ਉੱਥੇ, ਗੋਲੀਆਂ ਚਲਾ ਕੇ ਬੱਚੇ ਵੀ ਮਾਰੇ, ਬੰਦੇ ਵੀ ਮਾਰੇ, ਇਸ ਕਰਕੇ ਇੰਨੀ ਖੁੱਲ ਨਹੀਂ ਹੋਣੀ ਚਾਹੀਦੀ। ਉਦੋਂ ਥੋੜੀ ਜਿਹੀ ਨਾ ਟਾਈਟ ਕੀਤੀ ਸੀ ਟਿੱਬੀ, ਲੇਕਿਨ ਜਿਹੜੇ ਟਰੰਪ ਸਰਕਾਰ ਜਦੋਂ ਬਣੀ, ਟਰੰਪ ਨੇ ਕਹਿਤਾ ਸੀਗਾ ਕਿ ਮੇਰੀ ਸਰਕਾਰ ਪਈ ਹੋਊਗੀ ਤੇ ਹਥਿਆਰਾਂ ਦੀ ਵਿਕਰੀ ਓਪਨ ਹੋਏਗੀ, ਇਹਨਾਂ ਨੇ ਓਪਨ ਕਰਤੀ, ਤੇ ਹੁਣ ਲੋਕਾਂ ਨੇ ਇੱਕ ਪਾਸੇ ਰੋਟੀ ਦੇ ਲਾਲੇ ਪਏ, ਲੋਕ ਮਰ ਰਹੇ ਨੇ ਉੱਥੇ ਅਮਰੀਕਾ ਦੇ ਵਿੱਚ ਕੋਰੋਨਾ ਤੋਂ ਪੀੜਿਤ ਹੋ ਰਹੇ ਆ, ਤੇ ਕੁਛ ਮੇਰੇ ਵਰਗੇ ਬੰਦੇ ਜਿਹੜੇ ਉਹ ਆਪਣੇ ਘਰ ਦੇ ਵਿੱਚ ਸਮਾਨ ਵੀ ਖਰੀਦ ਕੇ ਵੱਡੀ ਗਿਣਤੀ ਚ ਪਾ ਰਹੇ ਆ, ਤੇ ਹਥਿਆਰ ਵੀ ਖਰੀਦ ਰਹੇ, ਤੇ ਸਾਡੇ ਕੋਲ ਖੋਖ ਜਾਂਦਾ ਜੇ ਕੋਈ ਨਾ ਕੋਈ। ਦੱਸੋ ਇਹ ਤਾਂ ਵੈਸੇ ਹਾਲਾਤ ਤਾਂ ਜੇ ਲੰਮੇ ਰਹੇ ਜੀ ਤਾਂ
ਪੈਣਾ ਤਾਂ ਇਹ ਕਿਤੇ ਵੀ ਹੋ ਸਕਦਾ ਵੀ ਜਿੱਥੇ ਨਾ ਹੋ ਸਕੇ। ਤੇ ਇੰਦੌਰ ਦੇ ਵਿੱਚ ਕਹਿੰਦੇ ਕਿ ਡਾਕਟਰ ਦੀ ਮੌਤ ਹੋਈ ਹੈ। ਹਾਂ ਜੀ, ਵੈਸੇ ਮੈਂ ਸੋਚਦਾ ਵੀ ਉਹ ਡਾਕਟਰ ਦੀ ਬੜੀ ਬਹਾਦਰੀ ਆ। ਉਹਦੇ ਤਿੰਨ ਬੱਚੇ ਜਿਹੜੇ ਆ ਉਹ ਵਿਦੇਸ਼ ਚ ਰਹਿੰਦੇ ਆ ਇਸ ਵੇਲੇ ਜੀ, ਵਿਦੇਸ਼ ਚ ਰਹਿੰਦੇ ਵੀ ਕਿੱਥੇ ਆ, ਆਸਟ੍ਰੇਲੀਆ ਚ ਰਹਿੰਦੇ ਆ। ਤੇ ਉਹਨਾਂ ਨੂੰ ਹੁਕਮ ਨੀ ਸੀਗਾ ਵੀ ਵਿਚਾਰੇ ਆ ਕੇ ਆਪਣੇ ਫਾਦਰ ਦੀ ਜਿਹੜੀ ਆ ਉਹ ਅੱਥੀ ਨੂੰ ਮੋਢਾ ਦੇ ਸਕਣ। ਔਰ ਉਹਨੇ ਆਪਣੇ ਕੈਬਨ ਚ ਬੈਠ ਕੇ ਪ੍ਰਾਈਵੇਟ ਤੌਰ ਤੇ ਕੋਰੋਨਾ ਮਰੀਜ਼ਾਂ ਦੀ ਡਟ ਕੇ ਜਿਹੜੀ ਸੀ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਦੇ ਇਲਾਜ ਕੀਤਾ ਡਾਕਟਰ ਨੇ ਜੀ। ਤੇ ਜਦੋਂ ਕੋਈ ਪੁੱਛਦਾ ਡਾਕਟਰ ਸਾਹਿਬ ਤੁਹਾਨੂੰ ਆ ਨਾ ਯਾਰ, ਮੈਂ ਆਪਣੇ ਕੈਬਨ ਚ ਬੈਠਾ ਇਲਾਜ ਕਰਨਾ, ਮੈਨੂੰ ਕੀ ਇੱਥੇ ਹੋਣਾ ਵਾ। ਔਰ ਉਹਨੇ ਮਾਸਕ ਵੀ ਨਹੀਂ ਸੀ ਪਾਇਆ ਜਵਾਨ ਨੇ, 62 ਸਾਲ ਦੀ ਉਮਰ ਸੀ ਤੇ ਕੋਰੋਨਾ ਤੋਂ ਪੀੜਤ ਹੋ ਗਿਆ, ਉਹਦੀ ਡੈਥ ਹੋ ਗਈ। ਉਹਨੇ ਬੜੇ ਮਰੀਜ਼ਾਂ ਨਾਲ ਇਲਾਜ ਕੀਤਾ, ਉਹਦੇ ਬੇਟਿਆਂ ਨੇ ਫਿਰ ਜਿਹੜਾ ਸੀ ਔਨਲਾਈਨ ਔਨਲਾਈਨ ਜਿਹੜਾ ਸੀ ਉਹਦਾ ਸੰਸਕਾਰ ਵੇਖਿਆ, ਲੇਕਿਨ ਆ ਨਹੀਂ ਸੀ ਸਕਦੇ ਇੱਥੇ। ਲੇਕਿਨ ਉਸ ਡਾਕਟਰ ਨੂੰ ਸਲਾਮ ਆ, ਉਹ ਆਪਣੀ ਜਾਨ ਦੀ ਹੋਤੀ ਦੇਖੇ, ਲੇਕਿਨ ਲੋਕਾਂ ਦਾ ਉਹਨਾਂ ਡਟ ਕੇ 24 ਘੰਟੇ ਇਲਾਜ ਕੀਤਾ। ਉਹ ਕਹਿੰਦੇ ਸੌਂਦਾ ਵੀ ਬੜਾ ਘੱਟ ਸੀ ਡਾਕਟਰ, ਜਦੋਂ ਕਿ ਮਰੀਜ਼ ਆ ਗਿਆ ਉਸ ਵੇਲੇ ਕਹਿੰਦਾ ਦੱਸੋ ਜੀ ਕੀ ਪ੍ਰੋਬਲਮ ਹੈਗੀ ਹੈ। ਇਹੋ ਜਿਹੇ ਡਾਕਟਰ ਚਾਹੀਦੇ ਆ ਸਾਡੇ। ਮੇਰੇ ਖਿਆਲ ਇੰਦੌਰ ਇੰਦੌਰ ਦੇ ਵਿੱਚ ਪਹਿਲਾਂ ਮੱਧ ਪ੍ਰਦੇਸ਼ ਪਹਿਲਾਂ ਕੇਸ ਹੋਇਆ ਵੀ ਡਾਕਟਰ ਦੀ ਮੌਤ ਹੋਈ ਹੈ ਜੀ ਇੱਥੇ। ਜੀ 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 ਜੀ, ਮਿਹਰਬਾਨੀ। ਤੇ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਸਾਡੇ ਨਾਲ ਜੁੜ ਗਏ ਨੇ। ਪੱਟੀ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦਾਨੇ ਵਾਲੀ ਸਰ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ। ਸ਼੍ਰੋਮਣੀ ਕਮੇਟੀ ਹੁਣ ਲੰਗਰ ਨਹੀਂ ਵੰਡੇਗੀ, ਸਗੋਂ ਗੁਰਦੁਆਰਿਆਂ ਦੇ ਵਿੱਚ ਹੀ ਵਰਤਾਏਗੀ। ਪਹਿਲਾਂ ਵੀ ਢਿੱਲੋਂ ਸਾਹਿਬ ਤੇ ਅਸੀਂ ਚਰਚਾ ਕਰਕੇ ਹਟੇ ਹਾਂ, ਤੁਸੀਂ ਥੋੜਾ ਜਿਹਾ ਉਹਦੇ ਵਿੱਚ ਹੋਰ ਐਡ ਆਨ ਕਰੋ ਕਿ ਫੈਸਲਾ ਕਿਉਂ ਲਿਆ ਗਿਆ ਜੀ। ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਇਹ ਦੱਸ ਦਿਆਂ ਵੀ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਪੰਜਾਬ ਰੈਡੀਜ਼ ਨੇ ਕੀਤੀ ਕਿ ਸ਼੍ਰੋਮਣੀ ਕਮੇਟੀ ਨੂੰ ਲੰਗਰ ਵੰਡਣਾ ਨਹੀਂ ਵਰਤਾਉਣਾ ਚਾਹੀਦਾ, ਤੁਹਾਨੂੰ ਪਤਾ ਹੈਗਾ ਠੀਕ ਹੈ ਜੀ। ਉਸ ਤੋਂ ਬਾਅਦ ਕੁਛ ਲੋਕ ਬੋਲੇ, ਉਹਨਾਂ ਨੇ ਕਿਹਾ ਵੀ ਵਾਕਿਆ ਗੱਲ ਠੀਕ ਹੈ ਕਿ ਇਹ ਜਿਹੜਾ ਲੰਗਰ ਆ ਇਸ ਤਰੀਕੇ ਨਾਲ ਵੰਡਿਆ ਜਿਹੜਾ ਜਾ ਰਿਹਾ ਵਾ, ਇਹਦੀ ਦੁਰਵਰਤੋਂ ਹੋ ਰਹੀ ਜੀ। ਦੁਰਵਰਤੋਂ ਕਿਵੇਂ ਹੋ ਰਹੀ ਆ ਵੀ ਬੇਕਦਰੀ ਜ਼ਿਆਦਾ ਹੋ ਰਹੀ ਸੀ ਜੀ। ਹਾਂ ਨਹੀਂ, ਜਿਹੜੇ ਨਹੀਂ ਲੋੜਵੰਦ ਉਹਨਾਂ ਨੂੰ ਦਿੱਤਾ ਜਾਂਦਾ ਤੁਸੀਂ ਲੈ ਜਾਓ ਜੀ, ਲੈ ਜਾਓ ਕੋਈ ਗੱਲ, ਲੈ ਜਾਓ ਤੁਸੀਂ, ਲੈ ਜਾਓ ਲੈ ਜਾਓ। ਸਿਰਫ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਸੀ ਉਹ ਆਪਣੀ ਸੁਪਰੇਮੇਸੀ ਬੁਲਾਉਣ ਦੀ ਖਾਤਰ ਵੀ ਚਲੋ ਸਾਡੀਆਂ 4 ਵੋਟਾਂ ਗੰਨੀਆਂ ਜਾਣ, ਵੋਟਾਂ ਦੇ ਨਾਂ ਤੇ ਮਤਲਬ ਇਸ ਮੌਕੇ ਵੀ ਉਹਨਾਂ ਵੱਲੋਂ ਜਿਹੜੀ ਕੀਤੀ ਜਾ ਰਹੀ ਸੀ ਨਾ ਆਪਣੀ ਸਿਆਸਤ, ਇਹਦੇ ਤੇ ਸਰਦਾਰ ਸੁਖਦੇਵ ਸਿੰਘ ਭੌਰ ਨੇ ਵੀ ਕਿਹਾ, ਇਹਦੇ ਤੇ ਤੁਹਾਡੇ ਇਸ ਦਿੱਲੀ ਵਾਲੇ ਆਪਣੇ ਸਰਦਾਰ ਤਲੋਚਨ ਸਿੰਘ ਜਿੱਤਿਆ, ਹੋਰ ਵੀ ਕਈ ਲੋਕਾਂ ਨੇ ਕਿਹਾ ਵੀ ਇਹ ਗਲਤ ਪ੍ਰੈਕਟਿਸ ਬੰਦ ਕੀਤੀ ਜਾਵੇ। ਲੰਗਰ ਤੇ ਹਮੇਸ਼ਾ ਹੀ ਪੰਗਤ ਦੇ ਵਿੱਚ ਬੈਠ ਕੇ ਛਕਿਆ ਜਾਂਦਾ ਜੀ ਜੀ, ਤੇ ਜੇ ਉਹ ਲੰਗਰ ਪੰਗਤ ਵਿੱਚ ਨਹੀਂ ਬੈਠ ਕੇ ਛਕਿਆ ਜਾਂਦਾ, ਮੈਂ ਤੁਹਾਨੂੰ ਥੋੜਾ ਜਿਹਾ ਹੋਰ ਦੋ ਦਿਆਂ ਵੀ ਜਦੋਂ ਮੱਕੜ ਸਾਹਿਬ ਨਵੇਂ ਨਵੇਂ ਪ੍ਰਧਾਨ ਬਣੇ ਸੀ ਤੇ ਉਹਨਾਂ ਇੱਕ ਸਤਵਾਂ ਜਾਰੀ ਕਰਤਾ ਸੀਗਾ ਵੀ ਕਿਸੇ ਵੀ ਦਫ਼ਤਰ ਦੇ ਵਿੱਚ ਲੰਗਰ ਨਹੀਂ ਆਏਗਾ। ਦੁਪਹਿਰੇ ਜੇ ਕਿਸੇ ਨੇ ਲੁੱਟਦੀ ਛੁੱਟੀ ਵੇਲੇ ਲੰਗਰ ਛਕਣਾ ਤੇ ਉਹ ਜਾ ਕੇ ਲੰਗਰ ਹਾਲ ਜਾ ਕੇ ਛਕੇ ਜੀ। ਇੰਨੀ ਪ੍ਰੋਬਲਮ ਆਈ ਸੀ ਕਿ ਉਸ ਟਾਈਮ ਤੇ ਲੰਗਰ ਹਾਲ ਵਾਲਿਆਂ ਨੂੰ ਇਹਨਾਂ ਵਾਸਤੇ ਵੱਖਰੇ ਪ੍ਰਬੰਧ ਕਰਨੇ ਪਏ ਸੀ, ਵੱਖਰੇ ਇੱਕ ਇਹਨਾਂ ਵਾਸਤੇ ਜਿਹੜੀ ਸੀ ਉਹ ਪੰਗਤ ਲਾਉਣੀ ਪਈ ਸੀ ਇਹਨਾਂ ਵਾਸਤੇ ਜੀ। ਤੇ ਜਦੋਂ ਜਹੇਦਰ ਗੁਰਚੰਦ ਸਿੰਘ ਟੌੜਾ ਸੀ ਤੇ ਉਦੋਂ ਇਹ ਹੁੰਦਾ ਸੀ ਵੀ ਜਿਹਦੇ ਲੰਗਰ ਛਕਣਾ ਉਹਦੀ ਤਨਖਾਹ ਦੇ ਵਿੱਚੋਂ ਕੁਛ ਪੈਸੇ ਕੱਟੇ ਜਾਂਦੇ ਸੀਗੇ,
ਉਹ ਜਦੋਂ ਫਿਰ ਸੰਤ ਭਿੰਡਰਾਂ ਵਾਲੇ ਆਏ ਉਹਨਾਂ ਨੇ ਫਿਰ ਮਨਾ ਕਰਤਾ ਨਹੀਂ ਵੀ ਲੰਗਰ ਲੰਗਰ ਜਿਹੜਾ ਮਰਜ਼ੀ ਛਕੇ ਇਹਦੇ ਵਿੱਚ ਕੋਈ ਗੱਲ ਨਹੀਂ ਹੈਗਾ ਵੀ ਸਾਡਾ ਮੁਲਾਜ਼ਮ ਹੈ ਸਾਡਾ ਬਾਹਰ ਦਾ ਬੰਦਾ ਫਿਰ ਉਹ ਪੈਸੇ ਨਹੀਂ ਕੱਟੇ ਜਾਂਦੇ ਸੀਗੇ ਲੇਕਿਨ ਆਮ ਤੌਰ ਤੇ ਲੰਗਰ ਜਿਹੜਾ ਇਹਨਾਂ ਦੇ ਦਫ਼ਤਰਾਂ ਚ ਆ ਜਾਂਦਾ ਸੀ ਤੇ ਉੱਥੇ ਜਿਹੜੇ ਸਾਰੇ ਕਹਿਣ ਲੱਗ ਪਏ ਸੀ ਡੀਲਕਸ ਲੰਗਰ ਮਟਰ ਪਨੀਰ ਉਹ ਅੱਡ ਅੱਡ ਬਣਦਾ ਸੀ ਹਾਂਜੀ ਤੇ ਉਹ ਫਿਰ ਮੱਕੜ ਸਾਹਿਬ ਨੇ ਕਿਹਾ ਈਵਨ ਇਸ ਤੱਕ ਜਿੱਦਣ ਕਿਤੇ ਮੀਟਿੰਗ ਇਹਨਾਂ ਦੀ ਹੁੰਦੀ ਸੀ ਇੱਥੇ ਆਪਣੀ ਸ਼ੁਰੂ ਸ਼ੁਰੂ ਦੇ ਵਿੱਚ ਰਿਜੈਕਟ ਦੀ ਮੀਟਿੰਗ ਹੁੰਦੀ ਇਹ ਆਪ ਵੀ ਜਾ ਕੇ ਲੰਗਰ ਚ ਬੈਠ ਕੇ ਲੰਗਰ ਛਕਦੇ ਸੀ ਜੀ ਤੇ ਸਿੰਘ ਸਿੰਘੇ ਫਿਰ ਜਿਹੜੇ ਸੀ ਕੁਝ ਜਿਹੜੇ ਹਾਈ ਫਾਈ ਜਿਹੜੇ ਸਾਡੇ ਮੈਂਬਰ ਹੈਗੀ ਸੀ ਉਹਨਾਂ ਕਹਿ ਤਾ ਪ੍ਰਧਾਨ ਜੀ ਛੱਡੋ ਜੀ ਵੇਖੋ ਤੁਸੀਂ ਸਾਡੇ ਗੋਡੇ ਦੀ ਕੰਮ ਕਰਦੇ ਸੀ ਬਹਿ ਨਹੀਂ ਸਕਦੇ ਸਾਨੂੰ ਢੇਡਾ ਲੈਣ ਦਿਓ ਉਹ ਫਿਰ ਪਰੰਪਰਾ ਦੁਬਾਰਾ ਫਿਰ ਸ਼ੁਰੂ ਹੋ ਗਈ ਸੀ ਲੇਕਿਨ ਉਹ ਪਰੰਪਰਾ ਮੱਕੜ ਸਾਹਿਬ ਇਸ ਗੱਲ ਦੀ ਮੈਂ ਸੋਚਦਾ ਵੀ ਚੰਗਾ ਕੰਮ ਕੀਤਾ ਸੀ ਉਹਨਾਂ ਉਸ ਟਾਈਮ ਦੇ ਉੱਤੇ ਵੀ ਇਹ ਲੰਗਰ ਜਿਹੜਾ ਲੰਗਰ ਉਹ ਪੰਗ ਚ ਲੈ ਕੇ ਛਕਿਆ ਜਾਵੇ ਹੁਣ ਵੀ ਇਸ ਦੌਰਾਨ ਰੂਪ ਸਿੰਘ ਨੇ ਜਿਹੜੇ ਐਲਾਨ ਕੀਤਾ ਕਿ ਇਹ ਲੰਗਰ ਜਿਹੜਾ ਸੀ ਅਸੀਂ ਜਿਹੜਾ ਪੰਗ ਗੁਰਦੁਆਰੇ ਚ ਵਰਤਾਵਾਂਗੇ ਇਹ ਆਪਣਾ ਸੁਝਾਅ ਸੀ ਸਭ ਤੋਂ ਪਹਿਲਾਂ ਆਪਣੇ ਪੰਜਾਬ ਰੈਡੀਓ ਦਾ ਵੀ ਅਸੀਂ ਇਹ ਲੰਗਰ ਜਿਹੜੇ ਗੁਰਦੁਆਰੇ ਜਾ ਕੇ ਵਰਤਾਏ ਜਾਣ ਨਾ ਕੇ ਵੰਡੇ ਜਾਣ ਜੀ ਜੀ ਉਸ ਦੇ ਵਿੱਚ ਸਾਡੇ ਜਿਹੜੇ ਸੀ ਉਸ ਤੋਂ ਬਾਅਦ ਵੀ ਅੱਜ ਵੀ ਡੇਟ ਦੇ ਵਿੱਚ ਹੀ ਮੈਨੂੰ ਪਤਾ ਲੱਗਾ ਸੀ ਵੀ ਜਿਹੜਾ ਇੱਕ ਸਾਡੇ ਇੱਥੇ ਹੈਗੇ ਨੇ ਸਰਦਾਰ ਮਜੀਠੀਆ ਜੇ ਉਹਨਾਂ ਦੇ ਆਪਣੇ ਖਾਸਮ ਖਾਸ ਨੇ ਉਹ ਆਪਣੇ ਹਲਕੇ ਜਿਹੜੇ ਦੌਕਾ ਮਾਰ ਕੇ ਲੰਗਰ ਰਾਜ ਨੇ ਦਿਓ ਦੇਖੋ ਤੁਸੀਂ ਮੈਨੂੰ ਅੱਛਾ ਉਹ ਮੁਲਾਜ਼ਮ ਕਿਉਂ ਦੱਸੋ ਮੁਲਾਜ਼ਮ ਕਿਉਂ ਸ਼ਿਕਾਇਤ ਵੀ ਕਰਦੇ ਉਹਨੂੰ ਕਹਿੰਦੇ ਤੁਸੀਂ ਮੈਨੂੰ ਵਿਖਾ ਦੇ ਕਰੀ ਫਿਰ ਮੈਂ ਗੱਲ ਕੋਈ ਮੇਰਾ ਕੰਮ ਜਾਣੇ ਮੈਂ ਤਾਂ ਸੰਭਾਲ ਲੂ ਉਹਨਾਂ ਨੂੰ ਉਹ ਕਈ ਵਾਰੀ ਮੈਨੂੰ ਕਹੂਗਾ ਜੀ ਮੇਰੇ ਹੱਥ ਚ ਸਫਲ ਆ ਜਾਊਗਾ ਮੈਂ ਤੇਰੇ ਹੱਥ ਚ ਬੜੀਆਂ ਲਾਇਆ ਚੰਗਾ ਕੰਮ ਕਰੇਗਾ ਜੇ ਮਾੜਾ ਕਰੇਗਾ ਤੇ ਫਿਰ ਠੋਕ ਕੇ ਲਾਓ ਮੇਰੇ ਖਿਲਾਫ਼ ਕੋਈ ਰਾਜ ਨਹੀਂ ਹੈ ਜਿੱਦਾਂ ਤੇ ਇਸ ਕਰਕੇ ਮੈਂ ਸੋਚਦਾ ਵੀ ਇਹ ਵਾਕਿਆ ਜਿਹੜਾ ਸੀ ਇਹਦਾ ਫੈਸਲਾ ਲਿਆ ਚੰਗੀ ਗੱਲ ਔਰ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਇਹਨਾਂ ਦੇ ਉੱਤੇ ਅਜੇ ਕੰਮ ਸ਼ੁਰੂ ਨਹੀਂ ਹੋਇਆ ਜਿਸ ਤਰੀਕੇ ਨਾਲ ਇਹਨਾਂ ਦੀ ਗੋਲੋ ਖਾਲੀ ਹੋ ਰਹੀ ਆ ਆਉਣ ਵਾਲੇ ਸਮੇਂ 'ਚ ਇਹਨਾਂ ਕੋਲੋਂ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਮੁਲਾਜ਼ਮਾਂ ਨੂੰ ਜੀ ਜੀ ਆਪਾਂ ਕਹਿ ਦਈਏ ਕਾਲ ਨੀ ਚੱਲ ਸਕੇ ਨਹੀਂ ਉਹਦਾ ਕਾਰਨ ਹੈ ਜੀ ਉਹਦਾ ਕਾਰਨ ਸਾਕਾ ਨੀਲਾ ਤਾਰਾ ਹੋਇਆ ਸੀ ਉਦੋਂ ਇੱਕ ਹਫ਼ਤਾ ਦੇ ਕਰੀਬ ਜਿਹੜਾ ਹਰਿਮੰਦਰ ਸਾਹਿਬ ਉਹ ਦੋ ਤਿੰਨ ਬੰਦ ਰਿਹਾ ਸੀਗਾ ਲੇਕਿਨ ਬਾਕੀ ਗੁਰਦੁਆਰੇ ਜਿਹੜੇ ਇੱਕ ਹਫ਼ਤੇ ਬਾਅਦ ਖੋਲ ਦਿੱਤੇ ਗਏ ਸੀ ਜੀ ਫਿਰ ਵੀ ਇਹਨਾਂ ਦੀ ਉਦੋਂ ਜ਼ਿਆਦਾ ਤਾਂ ਬਾਕੀ ਕੰਮ ਚੱਲਦੇ ਰਹੇ ਸੀ ਅੱਜ ਕੀ ਤੇ ਕੰਮ ਟੋਟਲੀ ਸਟਾਪ ਹੋ ਗਿਆ ਟੋਟਲੀ ਉਦੋਂ ਤਾਂ ਖੇਤੀਬਾੜੀ ਦਾ ਕੰਮ ਚੱਲਦਾ ਅੱਜ ਕੀ ਤੇ ਖੇਤੀਬਾੜੀ ਵੀ ਜਿਹੜੀ ਉਹਨਾਂ ਦੀ ਭੱਠਾ ਮਿੱਠਾ ਪਿਆ ਨਾਲੇ ਉਦੋਂ ਜਹਿਦਰ ਗੁਰਚਰਨ ਸਿੰਘ ਟੌੜਾ ਨੇ ਕੁਛ ਪੈਸੇ ਸੰਭਾਲ ਕੇ ਰੱਖੇ ਸੀ ਕੁਝ ਐਫਡੀਆਰ ਕਰਾਈਆਂ ਸੀ ਕੁਛ ਉਹਨਾਂ ਨੇ ਆਪਣੇ ਡੱਬਿਆਂ ਦੇ ਪਾਗ ਰੱਖੀ ਅੱਗੇ ਵੀ ਗੱਲ ਕੀਤੀ ਹੈ ਉਹਦੇ ਮੈਂ ਦਾਵਾ ਨਹੀਂ ਕਰਦਾ ਪੈਸੇ ਉਹਨਾਂ ਕਿਸੇ ਕੋਲ ਮੰਗਾਇਆ ਸੀਗਾ ਉਹਨਾਂ ਦੇ ਆਪਣੇ ਇਹ ਸੀ ਮੇਰੇ ਸਾਹਮਣੇ ਖੋਲੇ ਗਏ ਸੀ ਡੱਬੇ ਉਹ ਜਿਹੜੇ ਸੀ ਪੈਕਟ ਦੇ ਤੇ ਨਾ ਮੈਂ ਪੁੱਛਿਆ ਉਹਨਾਂ ਨੇ ਤੁਸੀਂ ਇਹ ਡੱਬਿਆਂ ਕਿਉਂ ਪਾਇਆ ਮੇਰਾ ਉਹ ਖੇਤਰ ਹੀ ਕਿਸੇ ਮੈਂ ਕਿਉਂ ਪੁੱਛਦਾ ਉਹਨਾਂ ਨੇ ਇੱਥੇ ਦੱਸਦਾ ਤੁਹਾਨੂੰ ਜਿਹੜਾ ਇਸ ਕਰਕੇ ਉਦੋਂ ਪੈਸੇ ਜਮ੍ਹਾਂ ਹੈਗੇ ਸੀ ਅੱਜ ਦੀ ਡੇਟ ਦੇ ਵਿੱਚ ਇਹਨਾਂ ਕੋਲ ਜਮ੍ਹਾਂ ਪੈਸੇ ਨਹੀਂ ਜਿਹੜਾ ਮੀਰੀ ਪੀਰੀ ਵਾਲੀ ਅਕੈਡਮੀ ਬਣੀ ਆ ਹਰਿਆਣੇ ਦੇ ਵਿੱਚ ਉਹਦਾ ਜਿਹੜਾ ਹੋਸਪਿਟਲ ਬਣਦਿਆ ਉੱਥੇ ਬਣਦਿਆ ਉਹਦੇ ਵਿੱਚ ਕੀ ਆ ਵੀ ਉਹ ਟਰੱਸਟ ਬਾਦਲ ਸਾਹਿਬ ਦਾ ਪ੍ਰਧਾਨ ਬਾਦਲ ਸਾਹਿਬ ਕੰਮ ਉੱਥੇ ਮੁਲਾਜ਼ਮ ਜਿਹੜੇ ਐਸਬੀਸੀ ਤੇ ਕਰ ਰਿਹਾ ਤੇ ਪ੍ਰਾਪਰਟੀ ਜਿਹੜੀ ਆ ਲੀਜ਼ ਜਿਹੜੀ ਆ ਉਹ ਬਾਦਲ ਸਾਹਿਬ ਦੇ ਨਾਮ ਤੇ ਪਰਵਾ ਦਿੱਤੀ ਹੈਗੀ ਪ੍ਰਧਾਨ ਬਾਦਲ ਸਾਹਿਬ ਨੇ ਉਹਦੇ ਉਹਦਾ 30 ਕਰੋੜ ਰੁਪਇਆ ਜਿਹੜਾ ਇਹਨਾਂ ਨੇ ਲੋਨ ਲਿਆ ਸੀ ਉਹਦੀਆਂ ਕਿਸ਼ਤਾਂ ਐਸਬੀਸੀ ਦੇ ਰਹੀ ਹੈ ਅੱਛਾ ਦੱਸੋ ਤੇ ਜੇ ਇਹ ਕੰਮ ਤੇ ਬਾਕੀ ਕੀ ਰਹਿ ਗਿਆ ਉਹਦੇ ਵਾਸਤੇ ਜਿਹੜਾ ਬਲਦੇਵ ਸਿੰਘ ਸਿਰਸਾ ਬੜੀਆਂ ਕੋਸ਼ਿਸ਼ਾਂ ਕਰਦਾ ਲੇਕਿਨ ਤੁਹਾਡੀਆਂ ਅਦਾਲਤਾਂ ਵੀ ਜਿਹੜੀਆਂ ਨੇ ਉਹ ਵੀ ਛਿੱਤੇ ਕੀਤੇ ਜਿਹੜੇ ਉਹ ਨਹੀਂ ਫੈਸਲੇ ਦਿੰਦੀਆਂ ਉਹ ਵੀ ਗਾਂਧੀਆਂ ਗਾਹ ਤੋੜ ਦਿੰਦੀਆਂ ਤੇ ਗੇਟਾਂ ਪੈਂਦੀਆਂ ਸਾਲ ਸਾਲ ਦੀਆਂ ਡੇਢ ਡੇਢ ਸਾਲ ਦੀਆਂ ਜਿਹਦੇ ਕਰਕੇ ਇਹ ਪ੍ਰੋਬਲਮ ਆ ਰਹੀ ਹੈ ਤੇ ਮੈਨੂੰ ਕੱਲ ਵੀ ਕੋਈ ਕਹਿ ਰਿਹਾ ਸੀ ਕਿ ਉੱਥੇ ਬਣ ਰਿਹਾ ਮੈਂ ਸੋਚਦਾ ਸ਼ਾਇਦ ਰੋਕ ਲੱਗ ਗਈ ਹੋਊਗੀ ਲੇਕਿਨ ਕਹਿੰਦਾ ਜੀ ਬਣ ਰਿਹਾ ਉੱਥੇ ਐਸਬੀਸੀ ਦੇ ਮੁਲਾਜ਼ਮ ਜਿਹੜੇ ਉਹ ਕੰਮ ਕਰ ਰਹੇ ਨੇ ਗੁਰੂ ਦੀ ਗੋਲਕ ਤੇ ਜਾਂਦੀ ਤੈਨੂੰ ਪਤਾ ਨੀ ਇਹਨਾਂ ਲੋਕਾਂ ਦੇ ਪੈਸੇ ਰੱਖਣੇ ਕਿੱਥੇ ਮੈਨੂੰ ਅਜੇ ਤੱਕ ਸਮਝ ਨਹੀਂ ਆਈ
ਬੜਾ ਹੈਰਾਨੀ ਹੁੰਦੀ ਹੈ ਜੀ। ਡਾਕਟਰ ਡਾਕਟਰ ਤ੍ਰੇਨ ਜਿਹੜੇ ਉਹ ਫੌਜੀ ਸਰਫ ਜਿਹੜੇ ਐਸਕੋਰਟ ਅਫਸਰ ਡਾਇਰੈਕਟਰ ਨੇ ਸੀ ਜੀ, ਪੱਟੀ ਤੇ ਸੀ। ਜਿਨ੍ਹਾਂ ਦੇ ਚਾਚਾ ਜੀ ਨੂੰ ਜੱਸਾ ਸਿੰਘ ਵਲਟੋਏ ਦੇ ਦੋਸ਼ ਲੱਗੇ ਸੀ, ਉਹਨਾਂ ਨੂੰ ਗੋਲੀ ਮਾਰ ਕੇ ਮਾਰਿਆ ਸੀ 83 ਦੇ ਵਿੱਚ, ਉਹ ਵੀ ਡਾਕਟਰ ਸੀ। ਜਦੋਂ ਉਹਨਾਂ ਦੀ ਗੱਲ ਚੱਲੀ ਉਹਨਾਂ ਦੀ ਡਾਕਟਰ ਸਾਹਿਬ ਦੀ, ਤੇ ਉਸ ਟਾਈਮ ਤੇ ਉਹਨਾਂ ਮੈਨੂੰ ਇੱਕ ਗੱਲ ਕਹੀ ਸੀ, ਟੈਸਟ ਹੋ ਰਹੀ ਸੀ ਤੇ ਮੈਂ ਉਹਨੂੰ ਪੁੱਛਿਆ ਮੈਂ ਡਾਕਟਰ ਸਾਹਿਬ ਤੁਹਾਡੀ ਤਨਖਾਹ ਕਿੰਨੀ ਹੈ? ਕਹਿੰਦੇ ਕਿਉਂ ਕੀ ਗੱਲ? ਉਹ ਕਹਿੰਦੇ ਜੀ ਮੈਂ ਕਿਹਾ ਜੀ ਤੁਹਾਨੂੰ ਵੇਖੋ ਬੜੀ ਤਨਖਾਹ ਮਿਲਣੀ, ਘੱਟੋ 10-15 ਲੱਖ ਤਨਖਾਹ ਤੁਸੀਂ ਲੈਂਦੇ ਹੋ, ਡਾਇਰੈਕਟਰ ਹੈ ਤੁਸੀਂ ਕੰਮ ਕਰਦੇ ਹੋ ਹਰ ਦੁਨੀਆ ਦੇ ਵਿੱਚ ਕੰਮ ਕਰਕੇ ਆਉਂਦੇ। ਕਹਿੰਦਾ ਬਿਲਕੁਲ ਨਹੀਂ ਜੀ, ਕਹਿੰਦਾ 1.25 ਲੱਖ ਮੇਰੀ ਤਨਖਾਹ ਵਾ ਸਿਰਫ, ਮੈਂ ਤਨਖਾਹ 1.25 ਲੱਖ ਲੈਂਦਾ ਵੀ ਜਿਹੜੇ ਮੇਰੇ ਘਰ ਦੇ ਖਰਚੇ ਆ ਮੇਰੇ ਬੱਚਿਆਂ ਦੇ ਖਰਚੇ ਉਹ ਪੂਰੇ ਹੋ ਜਾਣ, ਮੈਨੂੰ ਵੱਧ ਪੈਸੇ ਨਹੀਂ ਚਾਹੀਦੇ, ਵੱਧ ਪੈਸੇ ਮੇਰਾ ਦਿਮਾਗ ਖਰਾਬ ਕਰਨੇ ਜੀ। ਉਹ ਗੱਲ ਠੀਕ, ਵੱਧ ਪੈਸੇ ਬੰਦੇ ਦਿਮਾਗ ਖਰਾਬ ਕਰ ਦਿੰਦੇ ਆ। ਇਸ ਵੇਲੇ ਵੀ ਗੁਰੂ ਦੀ ਗੋਲਖ ਨੂੰ ਜਿਹੜੇ ਆ ਉਹ ਬਾਇਕ, ਮੈਂ ਕੀ ਕਹਾਂ, ਸਾਡੇ ਇੱਥੇ ਜਿਹੜਾ ਗੁਰੂ ਰਾਮਦਾਸ ਮੈਡੀਕਲ ਕਾਲਜ ਬਣਿਆ, ਰਿਸਰਚ ਸੈਂਟਰ ਬਣਿਆ, ਯੂਨੀਵਰਸਿਟੀ ਬਣੀ ਆ ਜੀ, ਉਹਦਾ ਇੱਕ ਅਧਿਕਾਰੀ ਨੇ ਇੱਕ ਟੀਵੀ ਤੇ ਬੈਠਿਆ ਸ਼ਰੇਆਮ ਝੂਠ ਬੋਲਿਆ। ਅੱਛਾ ਜੀ। ਉਹਦੇ ਨਾਲ ਇੱਕ ਸਾਬਕਾ ਸਕੱਤਰ ਵੀ ਬੈਠਾ ਸੀਗਾ, ਮੈਂ ਉਹ ਸਕੱਤਰ ਨੂੰ ਲਾਂਤਾਂ ਪਾਉਂਦਾ ਵੀ ਉਹਦਾ ਫਰਜ਼ ਬਣਦਾ ਸੀ, ਕਹਿੰਦਾ ਵੀ ਨਹੀਂ ਵੀ ਆਪਾਂ ਗਲਤ ਨਾ ਬੋਲੀਏ ਜੀ। ਮੇਰੇ ਸਾਹਮਣੇ ਦੀ ਗੱਲ ਆ ਵੀ ਹਰ ਮਹੀਨੇ 1 ਕਰੋੜ ਰੁਪਇਆ ਹੌਸਪੀਟਲ ਨੂੰ ਗੁਰੂ ਦੀ ਗੋਲਖ ਜਾਂਦਾ ਸੀ, ਤੇ ਇੱਕ ਵਾਰੀ ਇੱਥੇ ਮੱਲੀ ਮੱਲੀ ਮੈਨੇਜਰ ਸੀ ਉਹ ਅੜ ਗਿਆ। ਅੱਛਾ ਜੀ। ਕਹਿੰਦਾ ਸੀ ਕਿਉਂ ਨਹੀਂ ਹੈ ਯਾਰ ਹਰ ਮਹੀਨੇ 1 ਕਰੋੜ ਰੁਪਇਆ? ਉਹ ਫਿਰ ਉਹਨੂੰ ਅਧਿਕਾਰੀਆਂ ਨੇ ਬੁਲਾਇਆ ਵੀ ਨਹੀਂ ਦੇ ਉੱਤੋਂ ਬਾਦਸ਼ਾਹ ਦਾ ਹੁਕਮ ਆ ਤੇ ਦੇ ਦੇ ਪੈਸੇ, ਕੋਈ ਗੱਲ ਨੀ। ਉਹ ਪੈਸੇ ਦਿੱਤੇ ਗਏ। ਉਹ ਕਹਿੰਦਾ ਜੀ ਅਸੀਂ ਕਦੀ ਪੈਸੇ ਲਏ ਹੀ ਨੀ, ਖਾਲੀ ਕੇ ਗੁਰਦੁਆਰਾ ਜਿਹੜਾ ਬਜਟ ਆ, ਐਸੀ ਪੀ ਦਾ ਬਜਟ ਆ, ਬਜਟ ਦੇ ਵਿੱਚ ਬਕਾਇਦਾ ਤੌਰ ਤੇ ਸਹਾਇਤਾ ਦੇ ਤੌਰ ਤੇ ਕਰੋੜਾਂ ਰੁਪਈਏ ਹਰ ਸਾਲ ਨੂੰ ਦਿੱਤੇ ਜਾਂਦੇ ਆ ਜੀ। ਜੇ ਕਿਤੇ ਗੁਰਦੁਆਰੇ ਦੀ ਹੈਲਪ ਬੰਦ ਹੋ ਜਾਵੇ ਤੇ ਉਹ ਹਸਪਤਾਲ ਸਵੇਰੇ ਬੰਦ ਹੋ ਜਾਏ। ਇੰਨੀ ਹਾਲਤ ਪਤਲੀ ਸੀ। ਪਿੱਛੇ ਜੇ ਕਹਿਣ ਲੱਗਾ ਜੀ ਮੈਂ 50 ਕਰੋੜ ਰੁਪਇਆ ਜੋੜ ਲਿਆ, ਤੇ ਉਹਦੇ ਵਿੱਚ ਤੁਹਾਡੇ ਕੇ ਬੰਦਾ ਬੜਬੋਲਾ ਬੈਠਾ ਜੀ, ਕਹਿੰਦਾ ਜਿਹੜੇ ਐਸੀ ਪੀਸੀ ਪੈਸੇ ਤੇ ਵਾਪਸ ਕਰ ਦਿਓ ਪਹਿਲਾਂ ਤੁਸੀਂ ਦੱਸੋ ਜਿਹੜੇ ਉੱਥੋਂ ਲੈ ਗੁਰੂ ਘਰ ਤੋਂ ਦਰਬਾਰ ਸਿੰਘ ਤੇ ਮੇਰਾ ਕਹਿਣ ਤੋਂ ਬਾਅਦ ਇਸ ਵੇਲੇ ਜਿਹੜੀ ਗੁਰੂ ਦੀ ਗੋਲਖ ਨੂੰ ਬੜੇ ਮੋਹ ਨਾ ਕਹਿਣਾ ਨੀ ਚਾਹੁੰਦਾ, ਕਿਹੜੇ ਲੱਗੇ ਨੇ ਉਹ ਆਮਦੋ ਤੇ ਕਹਿ ਦਿੰਦੇ ਅੱਟ ਦੀ ਬੁਰੀ ਦੀ ਕੌਣ ਲੱਗਾ ਵਾ, ਤੇ ਆਪਾਂ ਕਹਿਣਾ ਨੀ ਗਾ, ਮਤਲਬ ਉਹ ਲੱਗੇ ਨੇ ਸਾਰੇ, ਤੇ ਫਿਰ ਗੋਲਖ ਕਿੱਥੇ ਖਲੋਊਗੀ, ਖਜ਼ਾਨਾ ਕਿੱਥੇ ਖਲੋਊਗਾ? ਇਹਨਾਂ ਨੂੰ ਹੋ ਸਕਦਾ ਵੀ ਆਉਣ ਵਾਲੇ ਸਮੇਂ ਚ ਬੈਂਕਾਂ ਕੋਲੋਂ ਕਰਜ਼ੇ ਲੈ ਕੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣੀਆਂ ਪੈ, ਤੇ ਫਿਰ ਤਾਂ ਉਹੀ ਕੰਮ ਹੋਊਗਾ ਪੰਜਾਬ ਸਰਕਾਰ ਵਾਲਾ, ਫਿਰ ਮੁੜ ਕੇ ਤਾਂ ਨਹੀਂ ਲੈਣ ਦਾ ਜੀ ਕੰਮ। ਚਲੋ ਵੇਖੋ ਕੀ ਬਣਦਾ ਜੀ, ਹੁਣ ਵੇਖੋ ਕੱਲ ਪਰਸੋਂ ਗਿਲਟੀਆਂ ਵੀ ਹੈਗਾ ਸੀ, 5 ਲੱਖ ਰੁਪਏ ਦਾ ਚੈੱਕ ਦੇ ਕੇ ਇਹਨਾਂ ਨੂੰ ਵੀ ਅਸੀਂ ਦੰਦਰ ਦੀ ਸਜ਼ਾ ਪਾਉਣੀ, ਚੰਗੀ ਗੱਲ ਹੈ ਜੀ, ਪਾਉਣੀ ਚਾਹੀਦੀ, ਅਸੀਂ ਤੇ ਕਹੀ ਨੀ ਪਾਉਣੀ ਚਾਹੀਦੀ, ਮਾੜੀ ਗੱਲ ਕੋਈ ਨੀ ਹੈਗੀ, ਲੇਕਿਨ ਇਹ ਵੀ ਬੰਦੇ ਪੁੱਤਾਂ ਨੇ ਕੰਮ ਕਰਨਾ, ਲੰਗਰ ਨੂੰ ਲੰਗਰ ਸਮਝਣ ਜੀ ਬਿਲਕੁਲ, ਤੇ ਇਸ ਕਰਕੇ ਜੇ ਇਹ ਲੰਗਰ ਇਹਨਾਂ ਨੇ ਕਹਿਤਾ ਵੀ ਅਸੀਂ ਜਿਹੜਾ ਗੁਰਦੁਆਰਾ ਜਾ ਕੇ ਵਰਤਾਵਾਂਗੇ, ਤੇ ਪਹਿਲ ਕਦਮੀ ਜਿਹੜੀ ਪੰਜਾਬ ਰੇਡੀਓ ਨੇ ਕੀਤੀ ਸੀ, ਆਪਾਂ ਇਹ ਗੱਲ ਉਛਾਲੀ ਸੀ, ਉਸ ਤੋਂ ਬਾਅਦ ਸਾਰੇ ਬੋਲੇ ਸੀ, ਬੋਲਣ ਤੋਂ ਬਾਅਦ ਜੇ ਉਹਨਾਂ ਕੀਤਾ ਤੇ ਬਹੁਤ ਚੰਗੀ ਗੱਲ ਬਿਲਕੁਲ। ਚਲੋ ਕੋਈ ਤਾਂ ਕਿਤੇ ਦਾ ਅਸਰ ਹੋਇਆ ਜੀ ਕਿਸੇ ਗੱਲ ਦਾ ਜੀ 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 ਜੀ। ਸੋ ਸਰੋਤੇ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਜ਼ਰੀਏ ਤੁਸੀਂ ਪ੍ਰੋਗਰਾਮ ਸ਼ਮਾਦਾਨ ਸੁਣ ਰਹੇ ਹੋ, ਮੇਰੇ ਨਾਲ ਸਰਦਾਰ ਜਸਬੀਰ ਸਿੰਘ ਭੱਟੀ ਨੇ, ਤੇ ਜਲਿਆਂਵਾਲੇ ਬਾਗ ਦਾ ਵੀ ਜਿਹੜਾ ਹੈਗਾ ਉਹਨੂੰ ਕਹਿੰਦੇ ਲੰਮੇ ਸਮੇਂ ਲਈ ਬੰਦ ਕਰ ਦਿੱਤਾ ਜੀ, ਪਹਿਲਾ ਕਾਰਨ ਤੇ ਉਹਦਾ ਇਹ ਆ ਵੀ ਉੱਥੇ ਰੈਨੋਵੇਸ਼ਨ ਚੱਲ ਰਹੀ ਆ। ਅੱਛਾ ਜੀ।
ਰੈਨੋਵੇਸ਼ਨ ਚੱਲ ਕਰਕੇ ਪਿੱਛੇ ਜਿਹੀ ਬੰਦ ਕੀਤਾ ਸੀ, ਕਾਫੀ ਵਿਰੋਧ ਹੋਇਆ ਸੀ ਉਦੋਂ, ਇਹਨਾਂ ਟਿਕਟ ਲਾਉਣ ਦੀ ਕੋਸ਼ਿਸ਼ ਕੀਤੀ ਸੀ, ਫਿਰ ਕਾਫੀ ਰੌਲਾ ਭਰ ਪਿਆ ਸੀ, ਮੁੜਕੇ ਟਿਕਟ ਵਾਲਾ ਸਿਲਸਿਲਾ ਨੇ ਬੰਦ ਕਰਤਾ ਸੀ। ਅੱਛਾ ਜੀ। ਹੁਣ ਇਹਨਾਂ ਨੇ ਰੈਨੋਵੇਸ਼ਨ ਦੇ ਨਾਂ ਤੇ ਕਹਿ ਦਿੱਤਾ ਜੀ 15 ਜੂਨ ਤੱਕ ਉੱਥੇ ਜਿਹੜਾ ਇਹ ਬੰਦ ਰਹੇਗਾ, ਤੇ ਜਿਹੜੇ ਐਤਕੀ 13 ਅਪ੍ਰੈਲ ਨੂੰ ਸਮਾਗਮ ਹੋਣੇ ਉੱਥੇ ਨਹੀਂ ਹੋਣਗੇ, ਵੈਸੇ ਵੀ ਨਹੀਂ ਹੋਣੇ ਚਾਹੀਦੇ, ਕਿਉਂਕਿ ਜਦੋਂ ਅਸੀਂ ਕਹਿੰਦੇ ਵੀ ਇੰਨੇ ਬੰਦੇ ਇਕੱਠੇ ਨਹੀਂ ਕਰਨੇ ਚਾਹੀਦੇ, ਹਾਂਜੀ ਹਾਂਜੀ, ਹੋਣੇ ਚਾਹੀਦੇ ਵੀ ਨਹੀਂ, ਠੀਕ ਕੀਤਾ ਉਹਨਾਂ ਨੇ। ਉਹ 15 ਜੂਨ ਤੱਕ ਇਸ ਕਰਕੇ ਬੰਦ ਕੀਤਾ ਟੋਟਲੀ, ਤੇ ਉਹਦੇ ਵਿੱਚ ਜੇ ਕਿਤੇ ਖੁੱਲਾ ਹੁੰਦਾ ਤੇ ਜਿੰਨੇ ਮੰਗਤੇ ਮੁੰਗਤੇ ਸਾਰੇ ਜਲਿਆਂਵਾਲੇ ਬਾਗਿਆ ਵੜਨੇ ਸੀ, ਹਾਂਜੀ, ਉਹਨਾਂ ਤੋਂ ਰੋਕਣ ਵਾਸਤੇ ਜਿਹੜਾ ਮੈਂ ਕੀਤਾ। ਅੱਜ ਵੀ ਜਿਹੜਾ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਪਲਾਜ਼ਾ ਬਣਿਆ, ਉੱਥੇ ਮੰਗਤੇ ਜਾਂਦੇ ਆ, ਪੁਲਿਸ ਉਹਨਾਂ ਨੂੰ ਉੱਥੋਂ ਤੋਰਦੀ ਆ, ਪਹੁੰਚਾਉਂਦੀ ਆ, ਮੁੜ ਕੇ ਫਿਰ ਉੱਥੇ ਆ ਜਾਂਦੇ ਆ, ਜਾਣ ਕਿੱਥੇ ਵਿਚਾਰੇ, ਹਾਂਜੀ, ਜਿਵੇਂ ਘਰ ਘੱਟ ਕੋਈ ਨੀ। ਜੇ ਕਿਤੇ ਕਾਹਨ ਸਿੰਘ ਪੰਨੂ ਵਰਗਾ DC ਹੁੰਦਾ ਤੇ ਇਹਨਾਂ ਵਾਸਤੇ ਕੋਈ ਰਹਿਣ ਬਸੇਰਾ ਬਣਾ ਕੇ ਇਹਨਾਂ ਉੱਥੇ ਖਾਣਾ ਵੀ ਦਿੰਦਾ, ਉੱਥੇ ਸ਼ੈਲਟਰ ਵੀ ਦਿੰਦਾ ਵੀ ਇੱਥੇ ਰਹੋ ਤੁਸੀਂ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਕਿ ਉਹਨੇ ਸ਼ੁਰੂ ਕੀਤਾ ਸੀ ਸਿਸਟਮ ਇਹ। ਦਾਨੇ ਵਾਲੀਆ ਸਾਹਿਬ 1900 ਮੇਰੇ ਖਿਆਲ ਸ਼ਾਇਦ 93 ਦੀ ਕਿ 94 ਦੀ ਗੱਲ, ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਬੈਠੇ ਇੱਕ ਹੋਟਲ 'ਚ ਰੋਟੀ ਖਾਣ ਲੱਗੇ, ਤੇ ਉਸ ਹੋਟਲ ਦੇ ਵਿੱਚ ਇੱਕ ਬੰਦਾ ਬੈਠਾ ਸੀ, ਉਹ ਮੇਰਾ ਮਿੱਤਰ ਕਹਿੰਦਾ ਵੀ ਉਹ ਕੀ ਹਾਲ ਪ੍ਰਧਾਨ, ਤੇ ਮੈਂ ਉਹਨੂੰ ਪੁੱਛਿਆ ਕੀ ਕੋਕਾ ਦਾ ਪ੍ਰਧਾਨ ਹੈ, ਇਹ ਕਹਿੰਦਾ ਮੰਗਤਾ ਯੂਨੀਅਨ ਦਾ ਪ੍ਰਧਾਨ। ਮੈਂ ਕਿਹਾ ਬੁਲਾਇਆ, ਯੂਨੀਅਨ ਦਾ ਹੀ ਪ੍ਰਧਾਨ ਹੋ ਗਏ, ਅੱਛਾ, ਹਾਂਜੀ, ਮੈਂ ਕਿਹਾ ਬੁਲਾਇਆ ਇਹਨੂੰ, ਉਹਨੂੰ ਅਸੀਂ ਬੁਲਾਇਆ ਜੀ, ਉਹਨੂੰ ਅਸੀਂ ਪੈਕ ਸ਼ੈਕ ਲਵਾਇਆ ਚੰਗੀ ਤਰ੍ਹਾਂ, ਪੈਕ ਸ਼ੈਕ ਲਵਾਉਣ ਤੋਂ ਬਾਅਦ ਸਾਰੀ ਕਹਾਣੀ ਪੁੱਛੀ ਉਹਨੂੰ ਅਸੀਂ। ਅੱਛਾ ਜੀ। ਉਹ ਕਹਿੰਦਾ ਵੀ ਸਾਡੀ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਉਦੋਂ ਦਾਰੂ ਦੇ ਖੁੱਲੇ ਗੱਫੇ ਵਰਤਾਏ ਜਾਂਦੇ ਵਗੈਰਾ ਤੌਰ ਤੇ, ਵੋਟਾਂ ਲੈਣ ਵਾਸਤੇ ਰਿਸ਼ਵਤ ਦਿੱਤੀ ਜਾਂਦੀ ਹੈ, ਤੇ ਮੈਂ ਉਹਨੂੰ ਸਵਾਲ ਕੀਤਾ, ਮੈਂ ਕਿਹਾ ਵੀ ਤੁਹਾਡੇ ਜਿਵੇਂ ਬਾਬੇ ਸ਼ਹੀਦਾਂ ਦੇ ਬਾਹਰ ਇੱਥੇ 50 ਮੰਗਤੇ ਬੈਠੇ ਆ, ਤੇ ਕੋਈ ਬੰਦਾ 5 ਕੰਬਲ ਲੈ ਕੇ ਆਉਂਦਾ ਦੇਖ ਕੇ ਜਾਂਦਾ, ਤੁਹਾਡੇ ਮੰਗਤੇ ਰਮਾਨ ਨਾਲ ਬੈਠੇ ਰਹਿੰਦੇ ਆ, ਉਹ ਪਹਿਲੇ 5 ਨੂੰ ਦੇਖ ਕੇ ਚਲੇ ਜਾਂਦਾ, ਬਾਕੀ ਚਿਰ ਉਹਦੇ ਬੈਠੇ ਹੁੰਦੇ ਆ, ਉਹ ਰੌਲਾ ਕੋਈ ਨੀ ਪਾਉਂਦੇ। ਕਹਿੰਦਾ ਇਹ ਸਭ ਜਿਹੜਾ ਸਾਰਾ ਸਮਾਨ ਆ ਇਹ ਸ਼ਾਮ ਨੂੰ ਸਾਡੇ ਕੋਲ ਆ ਜਾਂਦਾ, ਇਹ ਅਸੀਂ ਵੇਚ ਕੇ ਤੇ ਬਰਾਬਰ ਦੀ ਲਿਸਟ ਬਣੀ ਹੁੰਦੀ ਆ ਵੀ ਇੱਥੇ ਮੰਗਤੇ ਕਿਹੜੇ ਕਿਹੜਾ ਬਹਿੰਦਾ, ਉਹਨੂੰ ਵੰਡੇ ਜਾਂਦੇ ਬਕਾਇਆ ਤੌਰ। ਅੱਛਾ, ਪੁੱਠਾ ਵੇਚ ਦਿੰਦਾ, ਜਿਵੇਂ ਹੁਣ ਅੱਜ ਕੱਲ੍ਹ ਰਾਸ਼ਨ ਵੇਚਦਾ, ਬਿਲਕੁਲ ਪੂਰਾ ਸਿਸਟਮੈਟਿਕ ਸੰਬੰਧ ਸੀਗਾ। ਹਾਂਜੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਨੂੰ ਇਹ ਦੱਸ ਵੀ ਜੇ ਕਿਤੇ ਮੰਗਤਾ ਹੈਰਿਆ ਫਰੀ ਕਰਦਾ ਫੜੇ ਜੇ, ਫਿਰ ਤੁਸੀਂ ਕੀ ਕਰਦੇ ਜੇ? ਕਹਿੰਦਾ ਫਿਰ ਉਹਦੀ ਉਸ ਜਗ੍ਹਾ ਬਦਲੀ ਕਰਦੀ ਜਿੱਥੇ ਕੋਈ ਜਾਂਦਾ ਕੋਈ ਨੀ। ਅੱਛਾ, ਭੁੱਖਾ ਮਾਰ, ਭੁੱਖਾ ਮਾਰ, ਤੇ ਮੈਂ ਕਿਹਾ ਬਦਲੀ ਰੋਕਣ ਦਾ ਤਰੀਕਾ ਕੀ ਆ? ਕਹਿੰਦਾ ਉਹ ਫਿਰ ਸਾਡੀ ਸੇਵਾ ਪਾਣੀ ਕਰਦਾ, ਸਾਨੂੰ ਮੁੜੇ ਥੋੜੇ ਬੜੇ ਪੈਸੇ ਵੀ ਦਿੰਦਾ, ਫਿਰ ਬਦਲੀ ਰੋਕ ਦੇ ਵੀ ਮਸਤੀ ਰੋਕ ਦੇ ਵੀ ਬਦਲੀ ਬਦਲੀ ਰੋਕ ਦੇ ਵੀ ਆ। ਉਹ ਇੱਕ ਮੈਂ ਸਟੋਰੀ ਗੱਲ ਆਈ ਸੀ ਉਦੋਂ ਉਸ ਟਾਈਮ ਦੇ ਉੱਤੇ, ਤੇ ਮੰਗਤਿਆਂ ਦੇ ਪ੍ਰਧਾਨ ਦੀ ਚੋਣ ਚ ਦਾਰੂ ਦੇ ਖੁੱਲੇ ਗੱਫੇ। ਹਾਲੀ ਉਹ ਜਿਹੜਾ ਬੰਦਾ ਸਾਨੂੰ ਮਿਲਿਆ ਸੀ ਉਦੋਂ ਉਹ ਬੰਦਾ ਵਾਈਸ ਪ੍ਰਧਾਨ ਸੀ, ਜੇ ਪ੍ਰਧਾਨ ਦੀ ਕਿੰਨੀ ਜ਼ਹਿਰ ਉਹ ਤੇ ਮੈਨੂੰ ਨਹੀਂ ਪਤਾ। ਤੁਸੀਂ ਪ੍ਰਧਾਨ ਲੱਭ ਲਿਆ, ਨਹੀਂ ਤਾਂ ਇਹਨਾਂ ਦੇ ਲੱਭਣਾ ਕਿੱਥੇ, ਕਿਹਨੇ ਸੀ? ਨਹੀਂ ਉਹ ਗੱਲ ਸੁਣੋ ਜੀ, ਸੰਦੀਪ ਗੋਇਲ ਇੱਥੇ SSP ਹੁੰਦੇ ਸੀਗੇ, ਜਿਹੜੇ ਅੱਜ ਕੱਲ੍ਹ IB ਚੀਜ਼ ਆ। ਅੱਛਾ ਜੀ। IB ਦੀ ਰਾਜ ਲੈ ਕੇ ਛੱਡੇ ਗਏ। ਅੱਛਾ ਜੀ। ਉਹ ਇੱਥੇ ਹੁੰਦੇ ਸੀ ਤੇ ਸਮੰਤ ਗੋਇਲ, ਸਮੰਤ ਗੋਇਲ ਉਹਨਾਂ ਨੂੰ ਉੱਤੋਂ ਆ ਗਿਆ ਜੀ, ਪੁਰਾਣਾ ਆ ਗਿਆ, ਨਾਲ DC ਨੂੰ ਆ ਗਿਆ ਵੀ ਇਹ ਮੰਗਤੇ ਇੱਥੇ ਬੈਠੇ ਨਾ, ਪ੍ਰਬੰਧ ਕਰੋ ਇੱਥੇ ਨਾ ਕੋਈ ਜੀ। ਇਹਨਾਂ ਨੇ ਉਹਨਾਂ ਮੰਗਤਿਆਂ ਨੂੰ ਚੁੱਕਿਆ ਤੇ ਚੁੱਕ ਕੇ ਤੇ ਵੱਖ ਵੱਖ ਫੈਕਟਰੀ ਚ ਲੋਕੀ ਲਵਾਤੀ, ਕਿਸੇ ਨੂੰ ਉਹਨਾਂ ਜਿਹੜਾ 1000 ਰੁਪਏ ਚ ਲਵਾਤੀ, ਕਿਸੇ ਨੂੰ 1500 ਲਵਾਤੀ, ਕਿਸੇ ਨੂੰ 2000 ਲਵਾਤੀ, ਜਿੰਨਾ ਕੋਈ ਕੰਮ ਕਰ ਸਕਦਾ ਜੀ। ਉਹ 15 ਦਿਨ ਬੰਦੇ ਰਹੇ ਤੇ 15 ਦਿਨਾਂ ਬਾਅਦ ਫਿਰ ਇੱਥੇ ਆ ਗਏ। ਉਹਨਾਂ ਨੂੰ ਫਿਰ ਪੁੱਛਿਆ, ਭਾਈ ਤੁਸੀਂ ਇੱਥੇ ਕਿਉਂ ਆ ਗਏ? ਆਂਦਾ ਉੱਥੇ ਸਾਨੂੰ ਮਿਲਣੇ 50 ਰੁਪਏ ਦਿਹਾੜੀ, ਇੱਥੇ ਮਿਲਣੀ ਸਾਨੂੰ 250 ਰੁਪਏ ਦਿਹਾੜੀ, ਅਸੀਂ ਕਰੀ ਜਾ ਕੇ ਉੱਥੇ।
ਇਹ ਹਾਲ ਸੀਗਾ ਮੰਗਤਿਆਂ ਦਾ, ਵੀ ਮੰਗਤਿਆਂ ਦੇ ਪ੍ਰਧਾਨ ਦੀ ਵੀ ਜਿਹੜੀ ਚੋਣ ਵੀ ਬਕਾਇਦ ਉਹਦੇ ਇਲਾਕਾ ਵੰਡਿਆ ਜਾਂਦਾ ਵੀ ਆਹ ਇਲਾਕਾ ਤੇਰਾ ਹੀ, ਜੇ ਇੱਕ ਦੂਜੇ ਇਲਾਕੇ ਜਾਂਦਾ ਲੜਾਈਆਂ ਦਾ ਨਿਯਮ ਬਕਾਇਦ ਤੌਰ ਤੇ ਉੱਥੇ ਸਾਰੇ ਜਾਂਦੇ ਤੇ ਉਦੋਂ ਫਿਰ ਇਹਨਾਂ ਨੂੰ ਕੀਤਾ ਸੀ, ਲੇਕਿਨ ਉਹ ਇਹਨਾਂ ਸਿਸਟਮ ਨਹੀਂ ਸੀ। ਕਾਹਨ ਸਿੰਘ ਪੰਨੂ ਇੱਥੇ ਆਏ, ਉਹਨਾਂ ਨੇ ਫਿਰ ਇਹ ਮੰਗਤੇ ਜਿਹੜੇ ਸੀ, ਪਹਿਲੀ ਗੱਲ ਤੇ ਰਾਤ ਨੂੰ ਕੋਈ ਸੁੱਤਾ ਸਿਆਲ ਦੇ ਵਿੱਚ ਜਾ ਕੇ ਆਪ ਉੱਤੇ ਕੰਬਲ ਪਾਉਂਦੇ ਸੀ ਤੇ ਆਪਣੇ ਥਾਣੇ ਨੂੰ ਇੱਦਾਂ ਕਹਿੰਦੇ ਵੀ ਜਦੋਂ ਸਵੇਰੇ ਉੱਠਿਆ ਨਾ ਇਹਨੂੰ ਚੁੱਪ ਕਰਕੇ ਗੱਡੀ 'ਚ ਪਾਇਆ ਤੇ ਉਹ ਰੈਲ ਬਸੇਰੇ ਪਹੁੰਚਾ ਦਿੱਤਾ। ਅੱਛਾ ਜੀ। ਲੇਕਿਨ ਉੱਥੇ ਭੱਜ ਆਉਂਦੇ ਸੀ ਮੰਗਤੇ, ਭਾਜੇ ਕਰਕੇ ਆਉਂਦੇ ਵੀ ਉੱਥੇ ਮੈਨੂੰ ਰੋਟੀ ਮਿਲਣੀ ਹੈ, ਰਹਿਣ ਨੂੰ ਜਗ੍ਹਾ ਮੈਨੂੰ ਮਿਲਣਾ ਕੱਖ ਨਹੀਂ ਇੱਥੇ। ਮੈਂ ਇੱਥੇ ਜੀ ਲੜਕੀਆਂ ਬੜੀਆਂ ਜਿਹਨੂੰ ਆਪਾਂ ਤੰਦਰੁਸਤ ਕੁੜੀਆਂ ਛੋਟੇ ਛੋਟੇ ਬੱਚੇ ਮੰਗਦੇ ਨੇ, ਮੈਂ ਦੇਖਿਆ, ਮੈਂ ਅੱਜ ਬੜਾ ਧਿਆਨ ਨਾਲ ਦੇਖਿਆ ਕਿ ਉਹਨਾਂ ਨੂੰ ਮੋਟਰਸਾਈਕਲ ਤੇ ਇੱਥੇ ਛੱਡਣਾ ਹੈ ਚੌਂਕ 'ਚ। ਇੱਥੇ ਧੋਬੀਆਣਾ ਬਸਤੀ ਹੈ ਸਾਡੇ, ਪਾਵਰ ਹਾਊਸ ਰੋਡ ਦੇ ਉੱਤੇ ਬੜਾ ਪੌਸ਼ ਏਰੀਆ ਦੱਬਿਆ ਹੋਇਆ, 30,000 ਰੁਪਏ 35,000 ਰੁਪਏ ਗਜ ਦੀ ਜਗ੍ਹਾ ਜੀ, ਜਿੱਥੇ ਝੁੱਗੀ ਝੋਂਪੜੀਆਂ ਪਈਆਂ, 2-3 ਵਾਰੀ ਖਾਲੀ ਹੋ ਗਿਆ, ਪਰ ਵੋਟਾਂ ਨੇ, ਕੌਣ ਇਹਨਾਂ ਨੂੰ ਹੱਥ ਪਾਵੇ। ਹੁਣ ਉਹ ਮੋਟਰਸਾਈਕਲ 'ਤੇ 3 ਕੁੜੀਆਂ 4 ਜਣੇ ਮੋਟਰਸਾਈਕਲ ਦੇ ਉੱਤੇ ਗਏ, ਹੁਣ ਤਾਂ ਚਲੋ ਫਿਰ ਵੀ ਉਹ ਜਿਹੜਾ ਸਵੇਰੇ ਸਵੇਰੇ ਗਲੀਆਂ 'ਚ ਅਤੇ ਘਰਾਂ 'ਚ ਮੰਗਦੇ ਆ, ਇਕੱਠਾ ਕਰਕੇ ਲੈ ਆਉਂਦੇ ਆ। ਚਲੋ ਉਹ ਤਾਂ ਗੱਲ ਛੱਡੋ ਤੁਸੀਂ ਜੀ, ਅੰਮ੍ਰਿਤਸਰ ਦੇ ਵਿੱਚ ਭੰਡਾਰੀ ਪੋਲ ਆ, ਇਹ ਵੀ ਤੁਹਾਨੂੰ ਉਹਨਾਂ ਦਿਨਾਂ ਦੀ ਗੱਲ ਕਰਦਾ ਜੀ। ਮੈਂ ਸੋਚਿਆ ਚੱਲ ਯਾਰ ਚੱਕਰ ਲਾ ਕੇ ਤੇ ਤੁਰ ਕੇ ਜਾਂਦੇ, ਇੱਧਰ ਨਹੀਂ ਜਾਣਾ। ਮੇਰੇ ਨਾਲ ਇੱਕ ਮੁੰਡਾ ਹੋਰ ਸੀ ਪੱਤਰਕਾਰ, 2 ਜਣੇ ਸੀ ਹਾਂਜੀ, ਤੇ ਸਵੇਰ ਦਾ ਟਾਈਮ ਸੀ, ਸਵੇਰੇ ਸਵੇਰ ਦਾ ਹੀ। ਜਦੋਂ ਅਸੀਂ ਗਏ ਤੇ ਇੱਕ ਬੰਦਾ ਉੱਥੇ ਅਪਲਾਈਡ ਫਰਮ ਦੇ ਮੋਟਰਸਾਈਕਲ ਤੇ ਉਹ ਜਿਹੜੇ ਹੁੰਦਾ ਨਾ ਸ਼ਨੀਵਾਰ ਵਾਲੇ ਦਿਨ 2 ਕਿੱਟਾਂ ਰੱਖ ਕੇ ਤੇ ਉੱਤੇ ਕੱਪੜਾ ਜਿਹਾ ਪਾ ਕੇ ਤੇਲ ਰੱਖਤਾ ਵਿੱਚ, ਸ਼ਨੀ ਦੀ ਥੋੜੀ ਜਿਹੀ ਪਾਤੀ, ਇਹ ਉਹਨਾਂ ਗੱਲਾਂ ਕਰਨ ਲੱਗ ਪਏ। ਗੱਲਾਂ ਕਰਦਿਆਂ ਕਰਦਿਆਂ ਮੈਂ ਉਹਨੂੰ ਕਿਹਾ, ਮੈਂ ਕਿਹਾ ਬਾਈ ਜੀ ਮੈਨੂੰ ਦੱਸੋ ਵੀ ਕਿੰਨੇ ਕ ਪੈਸੇ ਬਣ ਜਾਂਦੇ ਹਫ਼ਤੇ ਬਾਅਦ, ਸਾਨੂੰ ਹਫ਼ਤੇ ਦਾ ਜਿਹੜਾ ਸਾਡਾ ਖਰਚਾ ਇੱਥੋਂ ਨਿਕਲ ਜਾਂਦਾ ਇਹਦੇ ਚੋਂ। ਉਹ ਮੈਂ ਕਿਹਾ ਚੱਲ ਜੀ ਬੇਰੁਜ਼ਗਾਰ ਕੁਛ ਕਰ ਲਈਏ, ਸਾਨੂੰ ਦੱਸ ਕੀ ਕਰੀਏ, ਆਹ ਫਲਾਣਾ ਪੁੱਲ ਖਾ ਲਈ ਉੱਥੇ ਤੁਸੀਂ ਰੱਖ ਲਓ ਜਾ ਕੇ ਦੱਸੋ ਕੀ ਪਤਾ ਕਰੂ ਉੱਥੇ। ਫਿਰ ਮੈਂ ਖਬਰ ਲਾਈ ਸੀ ਵੀ ਸ਼ਨੀ ਮਹਾਰਾਜ ਦੀ ਕਿਰਪਾ ਹੈ ਜੀ, ਦੱਸੋ ਸ਼ਨੀ ਦੀ ਕਿਰਪਾ। ਕਾਲ ਲੈ ਲਈਏ ਜੀ। ਸਤਿ ਸ੍ਰੀ ਅਕਾਲ ਜੀ, ਤੁਸੀਂ 91-164 ਤੇ ਆਉਂਦੇ ਰਹੋ। ਚੰਡੀਗੜ੍ਹ ਤੋਂ ਐਲਾਨ ਆਇਆ ਅੰਗਰੇਜ਼ੀ ਦੇ ਵਿੱਚ, ਜਿਹੜਾ ਬੋਲਦੇ ਸੀਗੇ ਕਿ ਇਹ ਅਪ੍ਰੈਲ ਤੱਕ, ਸੋਰੀ ਅਕਤੂਬਰ ਤੱਕ, ਪਹਿਲੀ ਜਿਹੜੀ ਉਹਨਾਂ ਨੇ ਅਕਤੂਬਰ ਦੀ ਗੱਲ ਕੀਤੀ, ਉਹਨਾਂ ਕੱਲ ਉਹ ਪ੍ਰੈਸ ਕੀਤੀ ਆ ਦਿੱਲੀ ਦੇ ਵਿੱਚ ਜੀ। ਅੱਜ ਇਹਨਾਂ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ, ਇਹਨਾਂ ਨੇ ਜਿਹੜੀ ਆਹ ਜਿਹੜਾ ਸਾਡਾ ਕਰਫਿਊ ਆ ਉਹ 1 ਮਈ ਤੱਕ ਵਧਾ ਦਿੱਤਾ ਵਾ ਜੀ। ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਆ ਕੈਪਟਨ ਅਮਰਿੰਦਰ ਸਿੰਘ ਹੋਰਾਂ, ਵੀ ਇਸ ਵੇਲੇ ਅਸੀਂ ਦੂਸਰੀ ਸਟੇਜ ਦੇ ਉੱਤੇ ਹੈਗੇ ਆ, ਤੀਸਰੀ ਸਟੇਜ ਤੇ ਜੇ ਅਸੀਂ ਜੂਨ ਅਗਸਤ ਚਲੇ ਗਏ ਜੁਲਾਈ ਅਗਸਤ ਦੇ ਵਿੱਚ, ਸਾਡੇ ਵਾਸਤੇ ਥੋੜੀ ਭਿਆਨਕ ਹੋਊਗੀ। ਲੇਕਿਨ ਇਹਨੂੰ ਜਿਹੜੀ ਆ ਉਹ ਰੋਕ ਜਿਹੜੀ ਜਾ ਕੇ ਅਕਤੂਬਰ ਲੱਗੇਗੀ, ਸਾਨੂੰ ਅਜੇ ਸਾਡਾ ਖਤਰਾ ਹੀ ਖਤਰਾ ਸਾਡੇ ਤੇ ਹੈਗਾ, ਬਿਲਕੁਲ ਅਸੀਂ ਉਹਦੇ ਵਾਸਤੇ ਸੁਚੇਤ ਰਹੀਏ ਜਿੰਨੇ ਵੀ ਰਹਿ ਸਕਦੇ ਹਾਂ ਜੀ, ਇਹ ਸੀ ਉਹਨਾਂ ਦਾ ਜੀ ਜੀ। ਤੇ ਪੱਟੀ ਸਾਹਿਬ, ਬੜੇ ਸੁੱਖ ਦੀ ਖਬਰ ਵੀ ਕਈ ਵਾਰੀ ਆਉਂਦੀ ਹੈ ਕਿ ਦੇਸ਼ ਦੇ 400 ਜ਼ਿਲ੍ਹੇ ਜਿਹੜੇ ਆ ਉਹ ਹਜੇ ਵੀ ਬਚੇ ਹੋਏ ਆ, ਜਿਨ੍ਹਾਂ 'ਚ ਇੱਕ ਬਠਿੰਡਾ ਵੀ ਹੈ। ਬਿਲਕੁਲ ਜੀ, ਬਿਲਕੁਲ 3 ਜ਼ਿਲ੍ਹੇ ਤਾਂ ਆਪਣੇ ਬਚੇ ਜੀ, ਮੇਰੇ ਖਿਆਲ ਬਠਿੰਡਾ ਤੇ 2 ਹੋਰ ਹੈਗੇ ਆ ਜੀ, ਬਾਕੀ ਜਿਹੜੇ ਟੋਟਲ ਸਾਡੇ 718 ਜ਼ਿਲ੍ਹੇ ਆ ਜੀ ਜੀ, 718 ਜ਼ਿਲ੍ਹਿਆਂ ਦੇ ਵਿੱਚੋਂ 400 ਜ਼ਿਲ੍ਹੇ, ਮਤਲਬ ਅਜੇ ਵੀ ਸਾਡੇ 60% ਜਿਹੜੇ ਆ ਉਹ ਜ਼ਿਲ੍ਹੇ ਬਚੇ ਨੇ ਜਿੱਥੇ ਕੋਰੋਨਾ ਦਾ ਕੋਈ ਪ੍ਰਕੋਪ ਨਹੀਂ ਹੈਗਾ। ਅੱਛਾ ਜੀ, ਉਹ ਬੱਚੇ ਨੇ ਤੇ ਚੰਗੀ ਗੱਲ ਆ। ਤੇ ਇਹ ਸੋਚ ਰਹੇ ਨੇ ਜਿਵੇਂ ਕਰਨਾਟਕਾ ਦੇ ਮੁੱਖ ਮੰਤਰੀ ਜੈਦੀ ਜਰੂਪਾ ਨੇ ਕਿਹਾ ਵੀ ਜਿੰਨਾ ਸਾਡੇ ਜ਼ਿਲ੍ਹਿਆਂ ਦੇ ਵਿੱਚ ਕੋਰੋਨਾ
ਕਰੋਨਾ ਨਹੀਂ, ਅਸੀਂ ਸੋਚਦੇ ਕਿ ਉਹਨਾਂ ਜ਼ਿਲ੍ਹਿਆਂ ਨੂੰ ਖੋਲ੍ਹ ਕੇ ਸੀਲ ਕੀਤਾ ਜਾਵੇ, ਤੁਸੀਂ ਜਿਹੜੇ ਲੋਕ ਜ਼ਿਲ੍ਹੇ ਸੀ ਉਹ ਬਾਹਰ ਕਿਤੇ ਜਾਓ, ਤੁਸੀਂ ਜੀ ਉੱਥੇ ਆਪਣਾ ਕੰਮ ਕਾਰ ਕਰੋ। ਤੇ ਸਾਡੀ ਸਰਕਾਰ ਵੀ ਸੋਚ ਰਹੀ ਹੈ ਵੀ ਜਿਹੜੇ ਲੋਕ ਜਿਹੜੇ ਏਦਾਂ ਜ਼ਿਲ੍ਹੇ ਬਚੇ ਆ, ਸਾਡੀ ਆਰਥਿਕਤਾ ਜਿਹੜੀ ਬੜੀ ਭੁੰਜੇ ਰੱਖੇਗੀ ਤੇ ਅਸੀਂ ਕੁਛ ਨਾ ਕੁਛ ਬਾਰੇ ਕਰੀਏ ਜੀ। ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਕਿਹਾ ਵੀ ਅਸੀਂ ਇੱਕ ਟਾਸਕ ਫੋਰਸ ਬਣਾਵਾਂਗੇ 15 ਮੈਂਬਰੀ, ਤੇ ਉਹਨਾਂ ਨੇ ਅਪੀਲ ਕੀਤੀ ਆ ਸਰਦਾਰ ਮਨਪ੍ਰੀਤ ਸਿੰਘ ਆਹਲੂਵਾਲੀਆ ਜਿਹੜੇ ਬੜੇ ਵੱਡੇ ਅਰਥ ਸ਼ਾਸਤਰੀ ਆ, ਵੀ ਤੁਸੀਂ ਇਹਦੀ ਕਮਾਂਡ ਸੰਭਾਲੋ ਤੇ ਸਾਨੂੰ ਦੱਸੋ ਹੁਣ ਆਪਣੀ ਅਰਥ ਵਿਵਸਥਾ ਨੂੰ ਅਸੀਂ ਕਿਸ ਤਰੀਕੇ ਨਾਲ ਲੀਹੇ ਚਾੜ ਸਕਦੇ ਹਾਂ। ਚੰਗੀ ਗੱਲ ਆ, ਟਾਸਕ ਫੋਰਸ ਤਾਂ ਹੀ ਕੁਛ ਕਰੂ ਨਾ ਜੇ ਲੋਕਾਂ ਨੂੰ ਘਰੋਂ ਬਾਹਰ ਨਿਕਲਣਗੇ, ਤੇ ਤੂੰ ਘਰੋਂ ਕੰਮ ਹੀ ਨਹੀਂ ਕਰਨਾ, ਬਾਹਰ ਨਿਕਲ ਨਹੀਂ ਦੇਣਾ, ਤੇ ਫਿਰ ਟਾਸਕ ਫੋਰਸ ਅਸੀਂ ਕੀ ਕਰੂਗੀ? ਬਿਲਕੁਲ ਸਿਆਣੀ ਗੱਲ ਹੈ। ਫਿਰ ਵੀ ਉਹਨਾਂ ਨੇ ਟਾਸਕ ਫੋਰਸ ਬਣਾਉਣੀ, ਚੰਗੀ ਗੱਲ ਆ, ਉਹ ਆਪੇ ਕੋਈ ਨਾ ਕੋਈ ਆਪਣੀ ਰਾਏ ਦੇਣਗੇ, ਘਰਾਂ ਚ ਕੰਮ ਕਰਨ ਨੂੰ ਦੇਣਗੇ, ਜਿਹੜੀਆਂ ਭਾਵੇਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ, ਜਿਹਨੇ ਮਰਜ਼ੀ ਕਹਿਤਾ, ਪ੍ਰਾਈਵੇਟ ਕੰਪਨੀਆਂ ਵਾਲੇ ਨੇ ਕਹਿਤਾ ਭਾਈ ਤੁਹਾਨੂੰ ਅਪ੍ਰੈਲ ਦੀ ਤਨਖਾਹ ਦੇਤੀ ਆ, ਸਾਡੇ ਕੋਲ ਮਈ ਦੀ ਆਸ ਨਾ ਰੱਖਿਓ ਜੀ। ਮੇਰੇ ਕੋਲ ਅੰਮ੍ਰਿਤਸਰ ਵਿੱਚ ਬੜੀ ਵੱਡੀ ਫਰਮ ਹੈਗੀ ਆ, ਉਹਦੇ ਮੁਲਾਜ਼ਮਾਂ ਦਾ ਫੋਨ ਆਇਆ ਸੀ ਵੀ ਸਾਨੂੰ ਆਹ ਗੱਲ, ਮੈਂ ਕਿਹਾ ਆਪਾਂ ਕੀ ਕਰ ਸਕਦੇ ਦੱਸੋ, ਆਪਾਂ ਕੁਛ ਨਹੀਂ ਕਰ ਸਕਦੇ ਇੱਥੇ, ਜੇ ਉਹ ਮਾਲਕ ਮਾਲਕ ਕਹਿੰਦੇ ਸਾਡੇ ਕੋਲ ਕਮਾਈ ਆਊਗੀ ਤੁਸੀਂ ਦਿਆਂਗੇ ਤੁਹਾਨੂੰ, ਜੇ ਸਾਡੇ ਕੋਲ ਕਮਾਈ ਨੂੰ ਦਿਆਂਗੇ ਤੁਹਾਨੂੰ ਕਿੱਥੋਂ ਅਸੀਂ। ਇਸ ਕਰਕੇ ਹਾਲਾਤ ਜਿਹੜੇ ਆ ਉਹਦੇ ਹਾਲ ਦੀ ਗੱਲ ਵੱਧ ਤੋਂ ਬਦਤਰ ਹੋਣ ਦੀ ਜਿਹੜੀ ਵੱਲ ਵੱਧ ਰਿਹਾ, ਉਹਦਾ ਇੱਕੋ ਹੀ ਹੱਲ ਆ ਵੀ ਇਹੋ ਹੀ ਆਈਸੋਲੇਸ਼ਨ ਜੀ, ਜਿੰਨੀ ਕਰਨੀ ਕਰ ਦਿਓ। ਕੱਲ ਫਿਰ ਉਹਨਾਂ ਦੇਸ਼ ਜਾਰੀ ਕਰ ਦਿੱਤਾ ਵਾ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਖੁੱਲਾ ਨਾ ਰੱਖਿਆ ਜਾਵੇ, ਸਾਰੇ ਧਾਰਮਿਕ ਸਥਾਨ ਵੀ ਬੰਦ ਕੀਤੇ ਜਾਣ, ਲੋਕ ਇਕੱਠੇ ਨਾ ਹੋਣ। ਲੇਕਿਨ ਅਫਸੋਸ ਉਦੋਂ ਹੁੰਦਾ ਵਾ ਜਦੋਂ ਇਹ ਲੀਡਰ ਆਪ ਲੈ ਕੇ 100-100 ਦੀ ਢਾਣੀਆਂ ਤੁਰੇ ਫਿਰਦੇ, ਉਦੋਂ ਕੋਈ ਨੀ ਪੁੱਛਦਾ ਨਾ। ਬਿਲਕੁਲ ਜੀ, ਲੀਡਰ 100-100 ਦੀਆਂ ਢਾਣੀਆਂ, ਪ੍ਰੈਸ ਕਾਨਫਰੰਸ ਕਰਨੀ ਆ ਅਫਸਰਾਂ ਦੇ ਅੱਗੇ, ਸਾਡੇ ਪੱਤਰਕਾਰ ਜਿਹੜੇ ਆ ਮਾਈਕ 100-100 ਮਾਈਕ ਥਾਂ ਲਾ ਦਿੰਦੇ ਆ, ਉਹ ਮਾਈਕ ਦੇ ਵਿੱਚ ਪਤਾ ਨੀ ਕੀ ਕੁਛ ਜਾਂਦਾ, ਉਹਦੇ ਬਾਰੇ ਕੋਈ ਧਿਆਨ ਨੀ। ਬਿਲਕੁਲ ਬਿਲਕੁਲ, ਉਹਦੇ ਤੇ ਕੰਟਰੋਲ ਕਰਨਾ ਪਊਗਾ। ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੇ ਜਿਹੜੇ ਮਾਲ ਮੰਤਰੀ ਨੇ ਤ੍ਰਿਪ ਬਾਜਵਾ ਸਰੀ, ਉਹਨਾਂ ਨੇ ਕਹਿ ਦਿੱਤਾ ਵੀ ਪੰਚਾਇਤੀ ਜ਼ਮੀਨਾਂ ਦੀ ਨਿਲਾਮੀ ਕਰਾਓ ਜੀ। ਉਹਦੇ ਵਿੱਚ ਜਿਹੜੀ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਕਿਹਾ ਜੀ ਸਾਨੂੰ ਸਸਤੇ ਜਿਹੜੀ ਸੀ ਰੇਟ ਤੇ ਤੁਹਾਨੂੰ ਕਿਹਾ ਸੀ, ਥੋੜੇ ਤੁਹਾਡੇ ਕੋਲ ਲੈ ਕੇ ਪੈਸੇ ਸਾਨੂੰ ਦਿੱਤਾ ਜਾਵੇ, ਕਿਉਂ ਅਸੀਂ ਬੱਚੇ ਪਾਲ ਸਕੀਏ ਆਪਣੇ, ਪਹਿਲਾਂ ਕਿਹਾ ਵੀ ਸੀ ਦਿਆਂਗੇ, ਪਰ ਦੇ ਨਹੀਂ ਰਹੇ। ਹੁਣ ਜੇ ਬੋਲੀ ਹੁੰਦੀ ਤੇ ਲੋਕ ਇਕੱਠੇ ਹੋਣਗੇ ਜੀ। ਇਹ ਕੁਛ ਸੁਝਾਅ ਵੀ ਆਇਆ ਵੀ ਜਿਹੜੇ ਪਹਿਲਾਂ ਲੋਕ ਕਾਸ਼ਤ ਕਰ ਰਹੇ ਉਹਨਾਂ ਨੂੰ ਉਸੇ ਰੇਟ ਤੇ ਜਾਂ 1%, 2%, 5% ਵਧਾ ਕੇ ਉਹਨਾਂ ਨੂੰ ਦੇ ਦਿਓ, ਤੇ ਲੋਕ ਇਕੱਠੇ ਨਾ ਕਰੋ। ਸੁਝਾਅ ਵੀ ਠੀਕ ਆ, ਲੇਕਿਨ ਜੇ ਤੁਸੀਂ ਪੰਚਾਇਤੀ ਬੋਲੀਆਂ ਕਰੋਗੇ ਤੇ ਮੇਰੇ ਖਿਆਲ 1.3 ਲੱਖ ਜਿੰਨੀ ਹੈਕਟਰ ਜ਼ਮੀਨ ਹੈਗੀ ਸਾਡੀ ਇੱਥੇ, ਉਹਦੇ ਵਿੱਚ ਜਿਹੜੀ ਹੈਗੀ ਤੇ ਬਿਲਕੁਲ ਬਿਲਕੁਲ 350 ਕਰੋੜ ਰੁਪਇਆ ਜਿਹੜਾ ਉੱਥੇ ਇਕੱਠਾ ਹੋਣਾ ਵਾ ਰੈਵਨਿਊ ਵੇਖ ਕੇ, ਤੇ ਜਿਹੜੀ ਲਾਲਾ ਸਿੰਘ ਡਿੱਗਦੀ ਆ ਨਾ ਜੀ, ਤੁਹਾਨੂੰ ਪਤਾ ਹੀ ਆ। ਤੇ ਪੱਟੀ ਸਾਹਿਬ, ਆਪਾਂ ਨਾਲ ਦੀ ਨਾਲ ਕਈ ਸੱਜਣਾਂ ਦੀਆਂ ਕਾਲਾਂ ਵੀ ਆ ਜਾਂਦੀਆਂ ਨੇ, ਉਹ ਚਲੇ ਜਾਂਦੇ, ਮੇਰੀ ਗੁਜ਼ਾਰਿਸ਼ ਹੁੰਦੀ ਹੈ ਜੀ ਅਸੀਂ ਖਬਰ ਤੋਂ ਬਾਅਦ ਤੁਹਾਡੀ ਗੱਲ ਲੈ ਸਕਦੇ ਹਾਂ, ਵਿਚਾਲੇ ਸਾਨੂੰ ਗੱਲ ਕੱਟਣੀ ਔਖੀ ਲੱਗਦੀ। ਨਹੀਂ ਜਿਹੜਾ ਜਿਹੜੇ ਬੰਦੇ ਕਾਲੇ ਹੁੰਦੇ ਲੈ ਲਓ, ਵੇਖੋ ਵੀਰ ਨੇ ਆਪਣੀ ਗੱਲ ਕੀਤੀ ਤਾਂ ਆਪਾਂ ਨਾਲ ਜਵਾਬ ਦੇ ਦਿੱਤਾ, ਗੱਲ ਗੱਲ ਵਿੱਚੋਂ ਟੁੱਟ ਜਾਂਦੀ ਹੈ ਨਾ ਪੱਟੀ ਸਾਹਿਬ, ਟੁੱਟ ਜਾਂਦੀ ਆਪਣੀ ਲੈ ਟੁੱਟ ਜਾਂਦੀ ਹੈ ਨਾ ਜੀ, ਟੁੱਟ ਜਾਂਦੀ ਗੱਲ ਤਾਂ ਠੀਕ ਟੁੱਟ ਜਾਂਦੀ। ਹਾਂ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੀ ਕੁਰਸੀ ਕਹਿੰਦੇ ਆ ਬਚਾਉਣ ਲਈ ਕਹਿੰਦੇ ਹੋ ਆਪਦਾ ਔੜ ਪੌੜ ਕਰਨ ਲੱਗੇ ਹੋਏ ਨੇ ਜੀ। ਨਹੀਂ ਔੜ ਪੌੜੇ ਆ ਜੀ, ਊਧਮ ਠਾਕਰੇ ਹੋਰੀ MLA ਨਹੀਂ ਬਣੇ, ਉੱਥੇ ਹੁਣ ਜਿਹੜੀ ਵਿਧਾਨ ਪ੍ਰੀਸ਼ਦ ਹੈਗੀ ਹੈ ਉਹਦੇ ਵਿੱਚ ਦੋ ਬੰਦੇ ਜਿਹੜੇ ਨੋਮੀਨੇਟ ਕਰ ਰਹੇ ਹੁੰਦੇ ਰਾਜਪਾਲ ਨੇ ਜੀ, ਉਹ ਰਾਜਪਾਲ ਜਿਹੜਾ ਵਾ ਇਹਨਾਂ ਨੇ ਸਿਫਾਰਿਸ਼ ਕਰਕੇ ਭੇਜੀ ਹੈ ਵੀ ਊਧਮ ਠਾਕਰੇ ਨੂੰ ਤੁਸੀਂ ਨੋਮੀਨੇਟ ਕਰਦੇ ਹੋ ਕਿ ਹਾਲ ਦੀ ਕੜੀ ਕੋਈ ਚੋਣ ਹੋ ਨਹੀਂ ਸਕਦੀ, ਕੋਈ ਵੀ ਚੋਣ ਨਹੀਂ ਹੋ ਸਕਦੀ, ਜੇ ਕਿਸੇ ਮੈਂਬਰ ਨੂੰ ਅਸੀਂ ਵਿਧਾਨ ਸਭਾ
ਵਿਧਾਇਕ ਨੂੰ ਅਸਤੀਫਾ ਦਵਾ ਕੇ ਚੁਣ, ਹੁਣ ਚੋਣ ਹੋ ਨਹੀਂ ਸਕਦੀ। ਤੇ ਫਰਵਰੀ ਮੇਖਾ ਸ਼ਾਇਦ ਮਈ ਸ਼ਾਇਦ 29 ਤੱਕ ਇਹਨਾਂ ਦੀ ਹੈਗੀ ਆ ਪ੍ਰਧਾਨ ਮੁੱਖ ਮੰਤਰੀ ਸ਼ਿਪ ਨੀ, ਤੇ ਫਿਰ ਇਹਨਾਂ ਨੂੰ ਅਸਤੀਫਾ ਦੇ ਕੇ ਦੁਬਾਰਾ ਸਹੁੰ ਚੁੱਕਣੀ ਪਊ, ਦੁਬਾਰਾ ਸਭ ਕੁਛ ਕਰਨਾ ਪਊਗਾ। ਉਹਨਾਂ ਨੇ ਰਾਜਪਾਲ ਨੂੰ ਲਿਖਿਆ ਵਾ, ਪੱਤਰ ਲਿਖਿਆ ਸਾਰਾ ਜਿਹੜਾ ਕੈਬਨਿਟ ਨੇ ਪਾਸ ਕਰਕੇ, ਵੀ ਵੇਖੋ ਇਹ ਤੁਸੀਂ ਜਿਹੜੇ ਬੰਦੇ ਹੋ ਉਦੋਂ ਠਾਕਰੇ ਨੂੰ ਇਹਦੇ ਵਿੱਚ ਜਿਹੜੀ ਆ ਪ੍ਰੀਸ਼ਦ ਦੇ ਵਿੱਚ ਜਿਹੜਾ ਵਾ ਉਹਦੀ ਚੋਣ ਕੀਤੀ ਜਾਵੇ, ਦੋ ਬੰਦੇ ਤੁਸੀਂ ਕਰਨੇ ਕਿਹਨਾਂ ਨੂੰ ਕੀਤਾ ਜਾਵੇ। ਜੀ ਜੀ, ਹੁਣ ਰਾਜਪਾਲ ਦੀ ਡਿਸਕ੍ਰਿਪਸ਼ਨ ਪਾਵਰ ਉਹ ਕਰਦਾ ਕਿ ਨਹੀਂ ਕਰਦਾ? ਜੇ ਤਾਂ ਉਹਨੇ ਕਰਤਾ ਤੇ ਸਰਕਾਰ ਬਾਜੂ, ਜੇ ਨਾ ਕੀਤਾ ਤੇ ਫਿਰ ਉਹਨਾਂ ਨੂੰ ਅਸਤੀਫਾ ਦੇਣਾ ਪਊਗਾ, ਭਾਵੇਂ ਇੱਕ ਦਿਨ ਵਾਸਤੇ ਹੋਵੇ, ਦੋ ਦਿਨ ਵਾਸਤੇ, ਮੁੜ ਕੇ ਫਿਰ ਨਵੇਂ ਸਿਰੇ 6 ਮਹੀਨੇ ਵਾਸਤੇ ਸਹੁੰ ਚੁੱਕਣੀ ਪਏਗੀ, ਫਿਰ ਨਵੇਂ ਸਿਰੇ ਕੰਮ ਕਰਨਾ ਪਿਆ, ਤੇ ਉਹ ਕੰਮ ਲੰਮਾ ਹੋ ਜਾਂਦਾ, ਫਿਰ ਜ਼ੋਰ ਤੋਂ ਵੀ ਸ਼ੁਰੂ ਹੋ ਜਾਂਦੀ ਆ। ਵੇਖੋ ਨਾ, ਮਹਾਰਾਸ਼ਟਰ ਦੀ ਕਬਜ਼ਾ ਕਰਨ ਵਾਸਤੇ ਮੋਦੀ ਸਾਹਿਬ ਨੇ ਜਿਹੜਾ ਸੀ ਕਰਫਿਊ ਲੇਟ ਕੀਤਾ, ਜੇ ਕਿਤੇ ਕਰਫਿਊ ਲੇਟ ਨਾ ਕਰਦੇ ਪਹਿਲਾਂ ਕਰਦੇ ਤੇ ਜਿਹੜੇ ਹਾਲਾਤ ਹੋਣੇ ਇਹ ਵੀ ਨਾ ਹੁੰਦੇ, ਸ਼ਾਇਦ ਥੋੜਾ ਜਿਹਾ ਬਚਾਅ ਹੋ ਜਾਂਦਾ। ਤੇ ਇੱਥੇ ਵੀ ਪੋਸੀਬਿਲਿਟੀ ਵੀ ਇਹਨਾਂ ਨੇ ਕਹਿਣਾ ਵੀ ਜੋ ਮਰਜ਼ੀ ਹੈ, ਬੰਦੇ ਇਕੱਠੇ ਹੁੰਦੇ, ਜੋ ਮਰਜ਼ੀ ਹੁੰਦਾ, ਪਰ ਕਬਜ਼ਾ ਖਰੀ ਕਿਸੇ ਤਰੀਕੇ ਨਾਲ ਕੋਸ਼ਿਸ਼ ਕਰਨੀ ਆ। ਲੇਕਿਨ ਰਾਜਪਾਲ ਸਾਹਿਬ ਨੂੰ ਚਾਹੀਦਾ ਕਿ ਜੇ ਉਹ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਅਪਲਾਈ ਕੀਤਾ, ਸਰਬਸੰਮਤੀ ਨਾਲ ਉਹਨਾਂ ਪਾਸ ਕਰਕੇ ਆਪਣਾ ਮਤਾ ਭੇਜਿਆ ਤੇ ਉੱਤੇ ਗੁਆ ਫਰਮਾਇਆ ਜਾਵੇ, ਤੇ ਨਹੀਂ ਤੇ ਫਿਰ ਉੱਥੇ ਡਾਂਗ ਸੁੱਟਾ ਖੜੂਗਾ, ਕੋਈ ਬੱਸਾ ਦਾ ਕੀ ਹੋਣਾ ਨੀ, ਉਹ ਮਾੜੀ ਗੱਲ ਹੋਏਗੀ। ਆਪਾਂ ਇੱਕ ਕਾਲ ਲੈ ਲਈਏ ਜੀ, ਕਾਲ ਲੈ ਕੇ ਅੱਗੇ ਚੱਲਦੇ। 9849 ਤੇ ਤੁਸੀਂ ਆਉਣ ਰਹੇ ਹੋ ਜੀ, ਸਤਿ ਸ੍ਰੀ ਅਕਾਲ। ਕੌਣ ਸਾਹਿਬ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਮੈਂ ਰਜਿੰਦਰ ਸ਼ਰਮਾ ਬੋਲ ਰਿਹਾ ਜੀ, ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਤੋਂ ਜੀ। ਜੀ 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 ਰਜਿੰਦਰ ਜੀ, ਸਰ ਮੈਂ ਪੁੱਛਣਾ ਚਾਹੁੰਦਾ ਸੀਗਾ, ਪੱਟੀ ਸਾਹਿਬ ਹੈਗੇ ਨੇ ਲਾਈਨ ਤੇ, ਕਿ ਨਵਜੋਤ ਸਿੰਘ ਸਿੱਧੂ ਜੀ ਨੇ ਪਿੱਛੇ ਜੇ ਕੱਲ ਵੀ ਉਹ ਆਪੋ ਬਾਹਰ ਆਏ ਨੇ ਪਬਲਿਕ ਦੇ ਵਿੱਚ, ਤੇ ਉਹਨਾਂ ਨੇ ਰਾਸ਼ਨ ਵਗੈਰਾ ਵੀ ਵੰਡਿਆ ਫੋਟੋਆਂ ਲਗਾ ਕੇ, ਤੇ ਉਸ ਤੋਂ ਇਲਾਵਾ ਹੁਣ ਜਿਹੜਾ ਉਹ ਆਪਣੀ ਜਿਹੜੀ ਪਬਲਿਕ ਦੇ ਵਿੱਚ ਆਏ ਨੇ, ਉਹਨਾਂ ਦਾ ਕੀ ਆਪਣਾ ਆਪਣੇ ਲਈ ਆਏ ਨੀ ਹੈ, ਕੰਸਟੀਟਿਊਐਂਸੀ ਦੇ ਲੋਕਾਂ ਲਈ ਆਏ, ਨਾ ਮੀਡੀਆ ਨਾਲ ਗੱਲ ਕਰਦੇ, ਨਾ ਲੋਕਾਂ ਨਾਲ ਗੱਲ ਕਰਦੇ, ਬਾਹਰ ਆ ਕੇ ਸ਼ਗਲ ਵੱਕੇ ਫਿਰ ਅੰਦਰ ਵੜ ਜਾਂਦੇ ਆ। ਆਪਣੇ ਕੌਂਸਲ ਨੂੰ ਕਹਿ ਦਿੰਦੇ ਵੀ ਆਹ ਚੀਜ਼ਾਂ ਤੁਸੀਂ ਵੰਡ ਦਿਓ, ਉਹਨਾਂ ਆਪਣੀ ਫੋਟੋ ਲਾਈ ਜੀ ਸਦਕੇ ਲਾਉਣ। ਲੇਕਿਨ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਭਾਈ, ਜਿਹੜੇ ਲੋਕ ਗਰੀਬ ਨੇ ਉਹਨਾਂ ਨੂੰ ਰਾਸ਼ਨ ਵੰਡੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਤੇ ਸੋਸ਼ਲ ਮੀਡੀਆ ਤੇ ਨਾ ਪਾਓ, ਉਹਨਾਂ ਦੀ ਗਰੀਬੀ ਦਾ ਮਜ਼ਾਕ ਨਾ ਉਡਾਓ। ਇਸ ਕਰਕੇ ਸਿੱਧੂ ਸਾਹਿਬ ਨੇ ਕਹਿਤਾ ਜੀ ਮੈਂ ਸਲੂਟ ਕਰਦਾ ਜੀ, ਵੇਖੋ ਪੁਲਿਸ ਨੇ ਬੜੇ ਵਧੀਆ ਪ੍ਰਬੰਧ ਕੀਤੇ, ਲੋਕਾਂ ਨੂੰ ਕਹਿਤਾ ਵੀ ਆਈਸੋਲੇਸ਼ਨ ਚ ਰਹੋ, ਤੁਸੀਂ ਆਪਣੇ ਘਰਾਂ ਚ ਰਹੋ, ਇਹਦਾ ਬਚਾਅ ਇੱਕੋ ਹੀ ਹੈਗਾ, ਬਾਕੀ ਕੋਈ ਨੀ। ਹੋਰ ਇਸ ਤੋਂ ਬਾਅਦ ਉਹਨਾਂ ਕੋਈ ਗੱਲ ਕੀਤੀ ਨੀ, ਬਾਕੀ ਉਹਨਾਂ ਆਪਣੇ ਹਲਕੇ ਦੇ ਲੋਕਾਂ ਨੂੰ ਰਾਸ਼ਨ ਵੰਡ ਰਹੇ ਆ। ਸਿਰਫ ਇੱਕੋ ਹੀ ਗੱਲ ਆ ਵੀ ਉਹ ਕਿਸੇ ਲੈ ਨਹੀਂ ਰਹੇ, ਉਹ ਆਪਣੀ ਜੇਬ ਚ ਪੈਸੇ ਖਰਚ ਕਰੇ, ਇਹ ਉਹਨਾਂ ਦੀ ਫਿਦਰਤ ਹੈ। ਤੇ ਪੱਟੀ ਸਾਹਿਬ ਬੜੀ ਚੰਗੀ ਗੱਲ ਹੈ ਜੀ, ਕੁਛ ਲੋਕ ਅੱਗੇ ਹੌਲੀ ਹੌਲੀ, ਪਰ ਗੱਲ ਇਹ ਹੈ ਜਿਵੇਂ ਆਪਾਂ ਆਖਿਆ ਕਿ ਮਦਦ ਕਰਨੀ ਜ਼ਰੂਰੀ ਹੈ, ਤੇ ਮਹਾਮਾਰੀ ਫੈਲਣ ਦੇ ਬਾਵਜੂਦ ਵੀ ਅਮਰੀਕੀ ਲੋਕ ਕਹਿੰਦੇ ਹਥਿਆਰ ਖਰੀਦ ਰਹੇ ਨੇ, ਇਹ ਕਿੱਥੋਂ ਆ ਰਹੀ ਹੈ ਜੀ ਖਬਰ? ਕਿਆ ਬਾਤ ਹੈ ਜੀ, ਕਿਆ ਬਾਤ! ਵੇਖੋ ਮਹਾਮਾਰੀ ਫੈਲੀ ਪਈ ਆ ਤੇ ਉਹਨਾਂ ਲੋਕਾਂ ਨੇ 19 ਲੱਖ ਹਥਿਆਰ ਖਰੀਦੇ, 19 ਲੱਖ। ਅੱਛਾ ਜੀ, ਸਾਨੂੰ ਖਤਰਾ ਪੈਦਾ ਹੋ ਜਾਣਾ ਜੀ, ਇੱਥੇ ਮਹਾਮਾਰੀ ਫੈਲ ਗਈ ਜੀ, ਜੋ ਸਾਡੇ ਕੋਲ ਸਮਾਨ ਫੁੱਲ ਰਹੇ ਭੋਲਿਆ ਗਿਆ, ਹੁਣੇ ਕੱਖ ਨੀ ਲੁੱਟ ਕੇ ਕੀ ਖੜਨ, ਤੁਸੀਂ ਆਪ ਰਹਿਣਾ ਜਿਹੜਾ ਪਤਾ ਕੋਈ ਨੀ ਹੈਗਾ ਜੀ। ਤੇ ਇਹ ਉਹਨਾਂ ਦੀ ਕੀ ਮਾਨਸਿਕਤਾ ਵਾ, ਕਿਉਂ ਉੱਥੇ ਉਹ ਹਿਸਾਬ ਉਹਨਾਂ ਦੇ ਉਤਰਮਨ, ਕਿਉਂਕਿ ਇਹ ਜਿਹੜੇ 19 ਲੱਖ ਹਥਿਆਰ ਖਰੀਦੇ, ਜਿਵੇਂ ਤੁਹਾਨੂੰ ਪਤਾ ਪਿੱਛੇ ਜੇ ਸਕੂਲ ਦੇ 1-2 ਸਕੂਲਾਂ ਦੇ ਵਿੱਚ ਜਾ ਕੇ ਗੜਬੜ ਕੀਤੀ ਗਈ, ਇਹਨਾਂ ਗੋਲੀਆਂ ਚਲਾਈਆਂ ਉੱਥੇ, ਗੋਲੀਆਂ ਚਲਾ ਕੇ ਬੱਚੇ ਵੀ ਮਾਰੇ, ਬੰਦੇ ਵੀ ਮਾਰੇ,
ਇਸ ਕਰਕੇ ਇੰਨੀ ਖੁੱਲ ਨਹੀਂ ਹੋਣੀ ਚਾਹੀਦੀ। ਉਦੋਂ ਥੋੜੀ ਜਿਹੀ ਮੈਂ ਟਾਈਟ ਕੀਤੀ ਸੀ ਢਿੱਲੀ, ਲੇਕਿਨ ਜਿਹੜੇ ਟਰੰਪ ਸਰਕਾਰ ਜਦੋਂ ਬਣੀ, ਟਰੰਪ ਨੇ ਕਹਿਤਾ ਸੀਗਾ ਮੇਰੀ ਸਰਕਾਰ ਪਈ ਹੋਊਗੀ ਤੇ ਹਥਿਆਰਾਂ ਦੀ ਵਿਕਰੀ ਓਪਨ ਹੋਏਗੀ, ਇਹਨਾਂ ਨੇ ਓਪਨ ਕਰਤੀ ਤੇ ਹੁਣ ਲੋਕਾਂ ਨੇ ਇੱਕ ਪਾਸੇ ਰੋਟੀ ਦੇ ਲਾਲੇ ਪਏ, ਲੋਕ ਮਰ ਰਹੇ ਨੇ ਉੱਥੇ ਅਮਰੀਕਾ ਦੇ ਵਿੱਚ ਕੋਰੋਨਾ ਤੋਂ ਪੀੜਤ ਹੋ ਰਹੇ ਆ, ਤੇ ਕੁਛ ਮੇਰੇ ਵਰਗੇ ਬੰਦੇ ਜਿਹੜੇ ਉਹ ਆਪਣੇ ਘਰ ਦੇ ਵਿੱਚ ਸਮਾਨ ਵੀ ਖਰੀਦ ਕੇ ਵੱਡੀ ਗਿਣਤੀ ਚ ਪਾ ਰਹੇ ਆ ਤੇ ਹਥਿਆਰ ਵੀ ਖਰੀਦ ਰਹੇ ਤੇ ਸਾਡੇ ਕੋਲ ਖੋ ਕੇ ਨਾ ਜਾਏ ਕੋਈ। ਦੱਸੋ ਇਹ ਤਾਂ ਵੈਸੇ ਹਾਲਾਤ ਤਾਂ ਜੇ ਲੰਮੇ ਰਹੇ ਜੀ ਤਾਂ ਪੈਣਾ ਤਾਂ ਇਹ ਕਿਤੇ ਵੀ ਹੋ ਸਕਦਾ, ਬਿਲਕੁਲ ਜੀ ਬਿਲਕੁਲ ਵੀ ਜਿੱਥੇ ਨਾ ਹੋ ਸਕੇ। ਤੇ ਇੰਦੌਰ ਦੇ ਵਿੱਚ ਕਹਿੰਦੇ ਇੱਕ ਡਾਕਟਰ ਦੀ ਮੌਤ ਹੋਈ ਹੈ। ਹਾਂ ਜੀ, ਵੈਸੇ ਮੈਂ ਸੋਚਦਾ ਵੀ ਉਹ ਡਾਕਟਰ ਦੀ ਬੜੀ ਬਹਾਦਰੀ ਆ, ਉਹਦੇ ਤਿੰਨ ਬੱਚੇ ਜਿਹੜੇ ਆ ਉਹ ਵਿਦੇਸ਼ ਚ ਰਹਿੰਦੇ ਆ ਇਸ ਵੇਲੇ ਜੀ, ਵਿਦੇਸ਼ ਚ ਰਹਿੰਦੇ ਵੀ ਕਿੱਥੇ ਆ, ਆਸਟ੍ਰੇਲੀਆ ਚ ਰਹਿੰਦੇ ਆ, ਤੇ ਉਹਨਾਂ ਨੂੰ ਹੁਕਮ ਨੀ ਸੀਗਾ ਵੀ ਵਿਚਾਰੇ ਆ ਕੇ ਆਪਣੇ ਫਾਦਰ ਦੀ ਜਿਹੜੀ ਆ ਉਹ ਹੱਥੀ ਨੂੰ ਮੋਢਾ ਦੇ ਸਕਣ, ਔਰ ਉਹਨੇ ਆਪਣੇ ਕੈਬਨ ਚ ਬੈਠ ਕੇ ਪ੍ਰਾਈਵੇਟ ਤੌਰ ਤੇ ਕੋਰੋਨਾ ਮਰੀਜ਼ਾਂ ਦੀ ਡਟ ਕੇ ਜਿਹੜੀ ਸੀ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਦੇ ਇਲਾਜ ਕੀਤਾ ਡਾਕਟਰ ਨੇ ਜੀ। ਤੇ ਜਦੋਂ ਕੋਈ ਪੁੱਛਦਾ ਡਾਕਟਰ ਸਾਹਿਬ ਤੁਹਾਨੂੰ ਆਹ ਯਾਰ ਮੈਂ ਆਪਣੇ ਕੈਬਨ ਚ ਬੈਠਾ ਇਲਾਜ ਕਰਨਾ, ਮੈਨੂੰ ਕੀ ਇੱਥੇ ਹੋਣਾ ਵਾ, ਔਰ ਉਹਨੇ ਮਾਸਕ ਵੀ ਨਹੀਂ ਸੀ ਪਾਇਆ ਜਵਾਨ ਨੇ, 62 ਸਾਲ ਦੀ ਉਮਰ ਸੀ ਤੇ ਕੋਰੋਨਾ ਤੋਂ ਪੀੜਤ ਹੋ ਗਿਆ, ਉਹਦੀ ਡੈਥ ਹੋ ਗਈ, ਉਹਨੇ ਬੜੇ ਮਰੀਜ਼ਾਂ ਨਾਲ ਇਲਾਜ ਕੀਤਾ, ਉਹਦੇ ਬੇਟਿਆਂ ਨੇ ਫਿਰ ਜਿਹੜਾ ਸੀ ਔਨਲਾਈਨ ਔਨਲਾਈਨ ਜਿਹੜਾ ਸੀ ਉਹਦਾ ਸੰਸਕਾਰ ਵੇਖਿਆ, ਲੇਕਿਨ ਆ ਨਹੀਂ ਸੀ ਸਕਦੇ ਇੱਥੇ, ਲੇਕਿਨ ਉਸ ਡਾਕਟਰ ਨੂੰ ਸਲਾਮ ਆ, ਉਹ ਆਪਣੀ ਜਾਨ ਦੀ ਹੋਤੀ ਦੇ ਕੇ ਲੇਕਿਨ ਲੋਕਾਂ ਦਾ ਉਹਨਾਂ ਡਟ ਕੇ 24 ਘੰਟੇ ਇਲਾਜ ਕੀਤਾ, ਉਹ ਕਹਿੰਦੇ ਸੌਂਦਾ ਵੀ ਬੜਾ ਘੱਟ ਸੀ ਡਾਕਟਰ, ਜਦੋਂ ਕੋਈ ਮਰੀਜ਼ ਆ ਗਿਆ ਉਸ ਵੇਲੇ ਕਹਿੰਦਾ ਦੱਸੋ ਜੀ ਕੀ ਪ੍ਰੋਬਲਮ ਹੈਗੀ ਹੈ, ਇਹੋ ਜਿਹੇ ਡਾਕਟਰ ਚਾਹੀਦੇ ਆ ਸਾਡੇ। ਮੇਰੇ ਖਿਆਲ ਇੰਦੌਰ ਦੇ ਵਿੱਚ ਪਹਿਲਾਂ, ਮੱਧ ਪ੍ਰਦੇਸ਼ ਪਹਿਲਾਂ ਕੇਸ ਹੋਇਆ ਵੀ ਡਾਕਟਰ ਦੀ ਮੌਤ ਹੋਈ ਹੈ ਜੀ ਇੱਥੇ ਜੀ 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 ਪੱਟੀ ਸਾਹਿਬ, ਕੋਰੋਨਾ ਦੀ ਬਿਮਾਰੀ ਦਾ ਕੋਈ ਇਲਾਜ ਲੱਭੇਗਾ, ਕੋਈ ਆ ਰਹੀਆਂ ਇਹੋ ਜਿਹੀਆਂ ਖਬਰਾਂ ਵੀ ਜੇ ਕਿਤੇ ਲੱਭ ਲੁੱਭ ਜਾਵੇ, ਬਾਕੀ ਤਾਂ ਕਹਿੰਦੇ ਔੜ ਪੌੜ ਹੀ ਚੱਲ ਰਹੀ ਹੈ ਹਜੇ ਤੱਕ। ਵੇਖੋ ਜੀ, ਜਿਹੜੀ ਜਿਹੜੀ ਹਾਈਡਰੋ ਸਾਡੀ ਹੈਗੀ ਆ, ਹਾਈਡਰੋਕਸੀਕਲੋਰੀਨ ਜਿਹੜੀ ਕਲੋਰੋਕਿਨ ਜਿਹੜੀ ਲਈ ਆ ਸਾਡੇ ਕੋਲ ਅਮਰੀਕਾ ਨੇ ਲਈ ਆ, ਉਹਦੇ ਸਿੱਟੇ ਕੁਝ ਠੀਕ ਨਿਕਲੇ, ਬਹੁਤੇ ਨਹੀਂ, ਇਹ ਨਹੀਂ ਕਿ ਅਸੀਂ ਲੈਵਲ ਕੰਟਰੋਲ ਕੀਤਾ ਉਹਨਾਂ ਨੇ ਜੀ। ਇੰਡੀਆ ਦੇ ਵਿੱਚ ਜਿਹੜੀ ਸਾਨੂੰ BCG ਦੇ ਟੀਕੇ ਲੱਗਦੇ ਰਹੇ ਤਬ ਤੱਕ ਦੇ, ਉਹ ਵੀ ਸਾਡੇ ਕੰਮ ਆ ਰਹੇ ਅੱਜ। ਅੱਛਾ, ਉਹ ਮੁੜ ਕੇ ਫੇਰ ਕੰਮ ਸ਼ੁਰੂ ਹੋ ਰਿਹਾ ਹੋਈ? ਨਹੀਂ ਲੱਗਦੇ ਨੇ, ਜਿਹੜੇ ਸਾਨੂੰ ਲੱਗੇ ਸਾਨੂੰ ਪਹਿਲਾਂ ਲੱਗੇ ਆ ਨਾ, ਉਹ ਵੀ ਇਹਨੂੰ ਕੋਰੋਨਾ ਨੂੰ ਰੋਕਣ ਦੇ ਵਿੱਚ ਤਾਂ ਬੜਾ ਮੋਟਾ ਜਿਹੜਾ ਆਪਣਾ ਰੋਲ ਅਦਾ ਰਹੇ, ਮੈਂ ਨਹੀਂ ਕਹਿ ਰਿਹਾ, ਇਹ ਡਾਕਟਰਾਂ ਦੀ ਰਾਏ ਹੈਗੀ। ਅੱਛਾ ਜੀ, ਤੇ ਨਾਲ ਜਿਹੜੀ ਇਹ ਦਵਾਈ ਹੈ ਜੀ ਕਲੋਰੋਕਵੀਨ, ਇਹ ਤਾਂ ਹੈ ਬੇਸਿਕਲੀ ਬਣਾਈ ਸੀ ਮਲੇਰੀਆ ਵਾਸਤੇ, ਹਾਂਜੀ, ਲੇਕਿਨ ਅਮਰੀਕਾ ਦੇ ਸਾਇੰਸਦਾਨ ਵੀ ਕਹਿੰਦੇ ਆ ਵੀ ਇਹ ਕੋਰੋਨੇ ਤੇ ਥੋੜਾ ਬਹੁਤਾ ਉੱਤੇ ਰੋਕ ਲਗਾਉਣ ਚ ਕਾਮਯਾਬ ਹੋ ਰਹੀ ਆ, ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆ ਵੀ ਭਾਈ ਸਾਹਿਬ ਇਹ ਲੋੜੋਂ ਵੱਧ ਨਾ ਖਾ ਲਓ, ਡਾਕਟਰ ਪੁੱਛਣ ਦੇ ਬਗੈਰ ਇਹ ਹਾਰਟ ਅਟੈਕ ਦਾ, ਜੇ ਜ਼ਿਆਦਾ ਖਾ ਲਈ ਤੇ ਹਾਰਟ ਅਟੈਕ ਲੈ ਕੇ ਬੈਠ ਜਾਂਦਾ, ਬਿਲਕੁਲ ਲੱਗ ਹੀ ਨਾ ਜਾਓ ਕਿਤੇ, ਫਿਰ ਮਿਲ ਗਈ ਤਾਂ ਜੀ ਚਲੋ ਕੁਨੀਨ ਪਈ ਆ ਤੇ, ਬਿਲਕੁਲ ਬਿਲਕੁਲ, ਡਾਕਟਰ ਦੇ ਪੁੱਛਣ ਤੋਂ ਬਗੈਰ ਕੋਈ ਤੰਦਰੁਸਤ ਮਰੀਜ਼ ਇਹ ਗੋਲੀ ਨਾ ਖਾਵੇ ਨਾ ਇਹ ਦਵਾਈ ਲਵੇ ਜੀ। ਹੁਣ ਜਿਹੜੇ ਸਾਡੇ ਜਿਹੜੇ ਕੋਰੋਨਾ ਦਾ ਟੀਕਾ ਤਿਆਰ ਰੁੱਝੇ ਨੇ, ਸਾਡੇ ਦੇਸ਼ ਦੇ ਬਾਇਓਟੈਕਨੋਲੋਜੀ ਕੰਪਨੀ ਭਾਰਤ ਬਾਇਓਟੈਕ ਤੇ ਵਿਸਕਾਸਨ ਯੂਨੀਵਰਸਿਟੀ ਆ, ਉਹ ਦਵਾਈ ਕੰਪਨੀਆਂ ਨੇ ਫਲੂ ਜੈਨ ਤੇ ਵਾਇਰੋਲੋਜਿਸਟਾਂ ਦੀ ਮਦਦ ਨਾਲ ਕਰਨ ਕੋਰੋਨਾ ਵਾਇਰਸ ਦੀ ਵੈਕਸੀਨ ਕੋਰੋਫਲ ਕੋਰੋਫਲੂ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਇਹਨਾਂ ਨੇ। ਕੋਰੋਫਲ ਪ੍ਰੀਖਣ ਦਾ ਜਿਹੜਾ ਅਮਰੀਕਾ ਵਿੱਚ ਪਸ਼ੂਆਂ ਤੇ ਸ਼ੁਰੂ ਹੋ ਗਿਆ ਵਾ, ਅੰਦਾਜ਼ਾ ਲਗਾਇਆ ਜਾ ਰਿਹਾ ਵੀ ਅਗਲੇ 3 ਮਹੀਨਿਆਂ ਬਾਅਦ ਜੁਲਾਈ ਤੱਕ ਮਨੁੱਖ ਦੇ ਦਾ ਪ੍ਰੀਖਣ ਸ਼ੁਰੂ ਹੋ ਜਾਵੇਗਾ। ਜੇਕਰ ਅਮਰੀਕਾ 'ਚ ਵੈਕਸੀਨ ਦਾ ਪ੍ਰੀਖਣ ਸਫਲ ਹੁੰਦਾ ਵਾ, ਇਹਦੀ ਸੁਰੱਖਿਆ ਮਾਪਦੰਡਾਂ ਦੀ ਮਨਜ਼ੂਰੀ ਲੈਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਜੀ, ਕਿਉਂਕਿ ਆਲਰੇਡੀ ਟੈਸਟਡ ਹੈ ਇਹ।
ਬੋਰੀ ਟੈਸਟ ਅਮਰੀਕਾ ਵਿੱਚ ਸੁਰੱਖਿਆ ਮਾਪਦੰਡਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਵੈਕਸੀਨ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਹ ਦੇਸ਼ ਦਾ ਪਹਿਲਾ ਟੀਕਾ ਹੈ ਜੋ ਕੋਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰੇਗਾ ਤੇ ਵਾਇਰਸ ਨੂੰ ਬਚਾਉਣ ਲਈ ਉਸਨੂੰ ਨੱਕ ਚ ਪਾਇਆ ਜਾਵੇਗਾ। ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹ ਦਵਾਈ ਇੰਨੀ ਅਸਰਦਾਇਕ ਆਮ ਫਲੂ ਹੋਣ ਤੇ ਵੀ ਇਸਦੀ ਵਰਤੋਂ ਹੋ ਸਕੇਗੀ, ਕਿੰਨੀ ਜ਼ਬਰਦਸਤ ਬਣਾਈ ਰਹੀ ਹੈ। ਇਹਦੇ ਮੁਕਾਬਲੇ ਜਿਹੜੇ ਸਾਡੇ ਐਂਟੀ ਕੋਰੋਨਾ ਵੈਕਸੀਨ ਬਣਾਉਂਦੀ ਦੁਨੀਆ ਭਰ 8 ਵਿਗਿਆਨੀਆਂ ਦੀ ਟੀਮਾਂ ਬਣੀਆਂ ਨੇ। ਆਸਟ੍ਰੇਲੀਆ ਦੇ ਵਿਗਿਆਨੀ ਜਿਹੜੇ ਆ ਉਦੋਂ ਸੰਭਾਵਿਤ ਕੋਰੋਨਾ ਵਾਇਰਸ ਦੀ ਵੈਕਸੀਨ ਲੈ ਕੇ ਟੈਸਟ ਸ਼ੁਰੂ ਕਰ ਚੁੱਕੇ ਨੇ ਤੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ WHO ਦੇ ਅਨੁਸਾਰ ਆਕਸਫੋਰਡ ਯੂਨੀਵਰਸਿਟੀ ਤੇ ਅਮਰੀਕੀ ਕੰਪਨੀ ਇਨੋਵਿਓ ਫਾਰਮਾਸਿਊਟੀਕਲ ਦੇ ਬਣਾਏ ਵੈਕਸੀਨ ਜਿਹੜਾ ਉਹ ਜਾਨਵਰਾਂ ਦੇ ਸਭ ਪ੍ਰੀਖਣ ਕੀਤਾ ਜਾ ਚੁੱਕਿਆ ਹੈ। ਜੇਕਰ ਵੈਕਸੀਨ ਇਨਸਾਨਾਂ ਦੇ ਪ੍ਰੀਖਣ ਸਫਲ ਪਾਏ ਜਾਂਦੀ ਹੈ ਤੇ ਆਸਟ੍ਰੇਲੀਆ ਦੀ ਸਹਿਜ ਏਜੰਸੀ ਇਸਦਾ ਅੱਗੇ ਮੁਲਾਂਕਣ ਕਰੇਗੀ ਤੇ ਪਿਛਲੇ ਜੇ ਮਹੀਨੇ ਜਿਹੜੀ ਅਮਰੀਕਾ ਸੀ ਉਹਨੇ ਪਹਿਲੀ ਵਾਰ ਇਨਸਾਨਾਂ ਤੇ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਚੁੱਕਾ ਹੈ ਪਰ ਉਸ ਸਮੇਂ ਜਾਨਵਰ ਪ੍ਰੀਖਣ ਕਰਨ ਵਾਲਾ ਪੜਾਅ ਛੱਡ ਦਿੱਤਾ ਗਿਆ ਸੀ। ਹੁਣ ਵੇਖੋ CSIRO ਦੇ ਡਾਕਟਰ ਦੇ ਰਾਬ ਗ੍ਰੀਨਫੀਲਡ ਆ ਉਹਨਾਂ ਦਾ ਕਹਿਣਾ ਵੀ ਆਮ ਤੌਰ ਤੇ ਇਸ ਸਟੇਜ ਤੱਕ ਪਹੁੰਚਣ ਵਿੱਚ 2 ਸਾਲ ਦਾ ਸਮਾਂ ਲੱਗ ਜਾਂਦਾ ਵਾ ਲੇਕਿਨ ਪਿਛਲੇ ਕੁਝ ਦਿਨਾਂ ਵਿੱਚ CSIRO ਦੇ ਉਹ ਜਿਹੜੀ ਟੀਮ ਹੈ ਇਹਨਾਂ ਦੀ ਇਹਨੇ ਵੈਕਸੀਨ ਨੂੰ ਗੰਧ ਮਿਲਾਪ ਨਿਓਲੇ ਦੀ ਜਾਤੀ ਤੱਕ ਚੱਲ ਹੁੰਦਾ ਵਾ ਇਹ ਗੰਧ ਮਿਲਾਪ ਤੇ ਟੈਸਟ ਕੀਤਾ ਵਾ ਇਹ ਸਾਬਤ ਹੋ ਚੁੱਕਾ ਕਿ ਗੰਧ ਮਿਲਾਪ ਚ ਇਨਸਾਨਾਂ ਵਾਂਗ ਹੀ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੁੰਦਾ ਹੈ ਤੇ ਪੂਰੀ ਦੁਨੀਆਂ ਵਿੱਚ ਘੱਟੋ ਘੱਟ 20 ਵੈਕਸੀਨ ਤੇ ਕੰਮ ਚੱਲ ਰਿਹਾ ਹੈ। CSIRO ਦੀ ਟੀਮ ਦੇ 2 ਵੈਕਸੀਨ ਤੇ ਕੰਮ ਕਰ ਰਹੀ ਹੈ ਪਹਿਲਾ ਵੈਕਟਰ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਨੂੰ ਸਿਕਸ਼ਨ ਕੀਤਾ ਗਿਆ ਤੇ ਇਸ ਚ ਕੋਰੋਨਾ ਵਾਇਰਸ ਦੇ ਪ੍ਰੋਟੀਨ ਨੂੰ ਇਮਿਊਨ ਸਿਸਟਮ ਚ ਪਾਉਣ ਲਈ ਅੱਜ ਸ਼ਡ ਸੈਕਸ ਵਿੱਚ ਵਾਇਰਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਫਿਰ ਇਸ ਦੇ ਹੋਣ ਵਾਲੇ ਅਸਰ ਦਾ ਪ੍ਰੀਖਣ ਕੀਤਾ ਜਾਂਦਾ ਹੈ ਤੇ ਉਮੀਦ ਆ ਵੀ ਆਉਣ ਵਾਲੇ ਜਲਦੀ ਇਹ ਵਿਗਿਆਨੀ ਜਿਹੜੇ ਆ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਾਨਵਰਾਂ ਤੇ ਹੋਣ ਵਾਲੇ ਪ੍ਰੀਖਣ ਦੇ ਨਤੀਜੇ ਜੂਨ ਦੀ ਸ਼ੁਰੂਆਤ ਵਿੱਚ ਆ ਸਕਦੇ ਹਨ। ਜੇਕਰ ਨਤੀਜੇ ਸਹੀ ਆਉਂਦੇ ਹਨ ਤਾਂ ਵੈਕਸੀਨ ਨੂੰ ਕਲੀਨਿਕਲ ਪ੍ਰੀਖਣ ਲਈ ਭੇਜਿਆ ਜਾ ਸਕਦਾ ਹੈ ਤੇ ਇਸ ਦੇ ਬਾਅਦ ਮਾਰਕੀਟ ਵਿੱਚ ਇਸ ਦੇ ਆਉਣ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ ਪਰ ਮਾਹਿਰ ਦੱਸਦੇ ਹਨ ਕਿ ਘੱਟੋ ਘੱਟ 18 ਮਹੀਨਿਆਂ ਦਾ ਸਮਾਂ ਇਸ ਦੇ ਬਾਅਦ ਵੀ ਦੂਸਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੇ ਲੱਗ ਸਕਦਾ ਹੈ। ਇਹ ਠੀਕ ਹੈ ਜੀ, ਜਿਹੜਾ ਤੁਹਾਨੂੰ ਦੱਸਿਆ ਮੈਂ ਕੁਰਫ ਨੂੰ ਜੀ। ਸੋ ਪ੍ਰੋਗਰਾਮ ਸ਼ਮਾਦਾ ਦੇ ਵਿੱਚ ਤੁਸੀਂ ਜੁੜੇ ਹੋਏ ਹੋ, ਬਾਕੀ ਕੁਛ ਸਾਨੂੰ ਮੈਨੂੰ ਹੁਣ ਦੇਖ ਰਿਹਾ ਕਿ ਕਹਿੰਦੇ ਬਰਗਾੜੀ ਦੇ ਜਿਹੜੇ ਕਥਿਤ ਦੋਸ਼ੀ ਪੁਲਿਸ ਵਾਲੇ ਆ ਜੀ ਉਹਨਾਂ ਨੇ ਆਪਣੇ ਹੱਕ ਦੇ ਵਿੱਚ ਪੇਜ ਬਣਵਾਏ ਨੇ ਫੇਸਬੁੱਕ 'ਤੇ। ਪੱਟੀ ਸਾਹਿਬ ਅੱਜ ਮੈਂ ਇੱਕ ਨਵਾਂ ਪੇਜ ਦੇਖ ਰਿਹਾ ਵੀ ਸਟੈਂਡ ਵਿਦ ਪਰਮਰਾਜ ਸਿੰਘ ਉਮਰਾਨਗਰ, ਇਹਦੇ ਵਿੱਚ ਲੇਟੈਸਟ 3 ਅਪ੍ਰੈਲ ਦੀ ਅਪਡੇਟ ਦੇਖ ਰਿਹਾ ਕੁਛ ਪਾ ਰਹੇ ਨੇ। ਹੁਣ ਦੇਖੋ ਇਹ ਚੀਜ਼ ਜਿਹੜੀਆਂ ਹੈਗੀਆਂ ਨੇ ਇਹ ਗੱਲਾਂ ਇੱਕ ਆਪਾਂ ਆਖੀਏ ਕਿ ਕਿੱਧਰ ਨੂੰ ਜਾ ਰਹੀਆਂ ਨੇ ਇਹਨੂੰ ਆਪਾਂ ਥੋੜ੍ਹਾ ਜਿਹਾ ਵਿਸਥਾਰ ਨਾਲ ਪੜ੍ਹ ਕੇ ਅੱਗੇ ਗੱਲ ਕਰਾਂਗੇ, ਪਰ ਚੀਜ਼ ਜ਼ਰੂਰ ਸਾਹਮਣੇ ਆਈ ਹੈ ਕਿ ਇਹ ਪੇਜ ਜਿਹੜੇ ਨੇ ਇਹ ਲੋਕਾਂ ਤੋਂ ਆਪਾਂ ਸਿੱਧੇ ਤੌਰ ਦੇ ਉੱਤੇ ਗੱਲ ਕਹੀਏ ਤਾਂ ਸਿੰਪਥੀ ਲੈਣ ਦੇ ਲਈ ਕ੍ਰੀਏਟ ਕੀਤੇ ਗਏ। ਦੇਖੋ ਜੀ ਡਾਕਟਰ ਅਨੁਰਾਗ ਸਿੰਘ ਨੇ ਇੱਕ ਮੀਟਿੰਗ ਹੋਈ ਸੀ SGPC ਦੀ ਵਿਦਵਾਨਾਂ ਦੀ ਸਾਬਕਾ ਜਥੇਦਾਰਾਂ ਦੀ ਜੀ, ਉਹਨੇ ਯੈਸ ਔਰ ਨੋ ਸਵਾਲ ਪੁੱਛਿਆ ਸੀ। ਉਹਨੇ ਵਿਦਾਂਤੀ ਸਾਹਿਬ ਨੂੰ ਕਿਹਾ ਸੀ ਤੁਸੀਂ ਜਥੇਦਾਰ ਅਕਾਲ ਤਖਤ ਖਸੋ ਕੀ ਤੁਸੀਂ ਜਿਹੜੀ ਲਾਇਬ੍ਰੇਰੀ ਚ ਬੀਡ ਲੈ ਕੇ ਗਏ ਕਿ ਨਹੀਂ ਲੈ ਕੇ ਗਏ। ਕਹਿੰਦਾ ਮੈਨੂੰ ਯੈਸ ਔਰ ਨੋ ਜਵਾਬ ਦਿੱਤਾ, ਕਹਿੰਦਾ ਲੈ ਕੇ ਗਏ ਜੀ। ਕਹਿੰਦਾ ਬਸ ਠੀਕ ਆ, ਕਹਿੰਦਾ ਅਸੀਂ ਵਾਪਸ ਕਰਦੇ ਹਾਂ ਨਾ, ਉਹ ਸੈਕੰਡਰੀ ਗੱਲ ਲੈ ਕੇ ਗਿਆ ਨਾ। ਇਸ ਕਰਕੇ ਇਹ ਲੋਕ ਇਹ ਦੱਸਦੇ ਨੇ ਉੱਥੇ ਦੀ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ ਕਿ ਨਹੀਂ ਹੋਈ,
ਦੋ ਬੰਦੇ ਉੱਥੇ ਮਾਰੇ ਗਏ ਕਿ ਨਹੀਂ ਮਾਰੇ, ਉਹ ਕਿਹਨੇ ਮਾਰੇ, ਉਹਦਾ ਜਵਾਬ ਗੈਸ ਸਰਵਰ ਚ ਦੇ ਦੇਣਾ, ਬਸ ਇਹਨੇ ਕਾਫੀ ਜੋ ਮਰਜ਼ੀ ਭੇਜ ਦੇਣਾ। ਬਸ 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 ਤੁਹਾਡੀ ਗੱਲ ਸਹੀ ਹੈ ਜੀ, ਇਹ ਯੈਸ ਔਰ ਨੋ ਨਾਲ ਹੀ ਬਹੁਤ ਕੁਛ ਸਾਹਮਣੇ ਆ ਜਾਂਦਾ। ਤੇ ਕਹਿੰਦੇ ਭਾਪ ਜਾ ਆਗੂ ਹੀ ਥਪੇੜੋ ਥਪੇੜੀ ਹੋ ਗਏ ਕਹਿੰਦੇ। ਜੀ ਜਲੰਧਰ ਦੀ ਕਹਾਣੀ ਹੈ, ਜਲੰਧਰ ਦੇ ਵਿੱਚ ਜਿਹੜੇ ਭਾਜਪਾ ਆਗੂ ਸੀ, ਇੱਕ ਜਿਹੜਾ ਬਲਜੀਤ ਸਿੰਘ ਕੌਂਸਲਰ ਉੱਥੇ ਹੈਗਾ ਵਾ, ਬਲਜੀਤ ਸਿੰਘ ਮੰਡੀ ਦੇ ਵਿੱਚ ਉਹ ਕੌਂਸਲਰ ਸੀ, ਉਹ ਛਿੜਕਾਅ ਕਰ ਰਿਹਾ ਸੀ, ਸੈਨੇਟਾਈਜ਼ ਕਰ ਰਿਹਾ ਸੀ ਉੱਥੇ ਜੀ। ਤੇ ਸੈਨੇਟਾਈਜ਼ ਕਰਦਿਆਂ ਕਰਦਿਆਂ ਜਿਹੜਾ ਸੀ ਇੱਕ ਅਮਿਲ ਕਾਲਾ ਹੈਗਾ ਉਹਦਾ ਸਮਾਨ ਪਿਆ ਸੀ ਭਾਜਪਾ ਆਗੂ ਦਾ, ਤੇ ਉਹਦੇ ਤੇ ਉਹ ਸੈਨੇਟਾਈਜ਼ ਪੈ ਗਿਆ। ਉਹਨੇ ਕਿਹਾ ਵੀ ਉਹਨਾਂ ਤਤਕਾਰ ਹੋ ਗਿਆ, ਉਹ ਕਹਿੰਦਾ ਤੂੰ ਮੇਰੇ ਕਿਉਂ ਪਾਇਆ ਨਾ, ਜਾਂ ਪੈ ਗਿਆ, ਮੈਂ ਦੱਸ ਕੀ ਕਰਾਂ, ਮੈਂ ਕੋਈ ਚੰਗਾ ਕਰ ਰਿਹਾ, ਮਾੜਾ ਸਹੀ ਕਰ ਰਿਹਾ। ਉਹਨਾਂ ਦੇ ਤਤਕਾਰ ਤੋਂ ਬਾਅਦ ਇੱਕ ਜਿਹੜੇ ਸੀ ਅਨਿਲ ਕਾਲਾ ਦੇ ਨਾਲ ਜਿਹੜੇ ਸੀ ਉੱਥੇ ਹੈਗੇ ਸੀ ਸਾਡੇ ਵਿਕਾਸ ਡੰਡਾ ਭਾਜਪਾ ਨੇਤਾ, ਉਹ ਆ ਗਏ। ਅੱਛਾ ਜੀ। ਉਹ ਬਲਜੀਤ ਦੀ ਸਪੋਰਟ ਕਰਦੇ, ਯਾਰ ਗਲਤ ਕੰਮ ਕਰਿਆ ਤੂੰ ਰੋਕ ਦੇ ਉਹਨੂੰ, ਇਸੇ ਗੱਲ ਤੋਂ ਤਤਕਾਰ ਹੋ ਗਿਆ, ਤੇ ਦੋਵੇਂ ਚਪੇੜੇ ਚਪੜੀ ਹੋ ਗਏ, ਤੇ ਵਾਹਵਾ ਚਪੜਿਆ ਨਾਲ ਲਾਲੂ ਬੂਹੇ ਦੋਵਾਂ ਨੇ ਕੀਤੇ ਇੱਕ ਦੂਜੇ ਦੇ ਜੀ। ਮੁੜ ਕੇ ਪੁਲਿਸ ਆਈ, ਪੁਲਿਸ ਨੇ ਮਾਮਲਾ ਠੰਡ ਕੀਤਾ, ਤੇ ਉਸ ਤੋਂ ਬਾਅਦ ਲੱਗਾ ਪਤਾ ਵੀ ਸ਼ਾਇਦ ਇਹਨਾਂ ਦਾ ਰਾਈ ਜਮਾ ਕਰਵਾਤਾ ਉਹਨਾਂ ਨੇ। ਤੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਜਦੋਂ ਮਹਾਂਮਾਰੀ ਫੈਲੀ, ਅੱਜ ਦੀ ਡੇਟ ਸਾਨੂੰ ਏਕਤਾ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ, ਜੇ ਕਿਤੇ ਸਾਡੇ ਪੁਰਾਣੇ ਗੁੱਸੇ ਗਲੇ ਭੁੱਲ ਕੇ ਇਕੱਠੇ ਹੋਣ ਦੀ ਲੋੜ ਸਾਨੂੰ ਜੀ। ਤੇ ਜੇ ਇਹ ਆਗੂ ਏਡੇ ਏਡੇ ਬੰਦੇ ਇਹੋ ਜਿਹੀਆਂ ਗੱਲਾਂ ਕਰਨਗੇ ਆਪਸ ਵਿੱਚ ਚਪੇੜੇ ਚਪੜੀ ਹੋ ਕੇ, ਜਿਹੜੇ ਸੀ ਉਹ ਦੋ ਧਿਰਾਂ 'ਚ ਵੰਡ ਦੇਣਗੇ ਬੰਦਿਆਂ ਨੂੰ ਲੜਨ ਵਾਸਤੇ, ਤੇ ਮਾੜੀ ਗੱਲ ਇਹ ਨਹੀਂ ਹੋਣਾ ਚਾਹੀਦਾ। ਅੱਜ ਦੇਖੋ ਵੱਖ ਗੱਲਾਂ ਵੀ ਆ ਰਹੀਆਂ ਨੇ, ਹਲਕਾ ਵਿਧਾਨ ਸਭਾ ਦੇ ਵਿੱਚ ਕਰੋਨਾ ਤੋਂ ਲਾਕਡਾਊਨ ਦੇ ਵਿੱਚ ਜਿਹੜਾ ਜੀ ਉਹ ਲਖਵੀਰ ਸਿੰਘ ਲੋਧੀ ਲੰਗਲ ਦਾ ਮੇਰੇ ਕੋਲ ਬਿਆਨ ਪੁੱਜਿਆ ਹੁਣੇ, ਉਹਨਾਂ ਨੇ ਮੈਨੂੰ ਵਟਸਐਪ ਦੇ ਉੱਤੇ ਕਿਹਾ, ਉਹਨਾਂ ਕਿਹਾ ਕਿ ਸਰਕਾਰੀ ਰਸਦਾਂ ਦੀ ਵੰਡ ਵਿੱਚ ਕੁਝ ਕਾਂਗਰਸੀਆਂ ਵੱਲੋਂ ਪੱਖਪਾਤ ਕਰਕੇ ਮਾੜੀ ਸਿਆਸਤ ਕੀਤੀ ਜਾ ਰਹੀ ਹੈ, ਜਿਸ ਨੂੰ ਅਸੀਂ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ। ਵੇਖੋ ਜੀ, ਦਾਦਾਨੇ ਵਾਲੀਆ ਸਾਹਿਬ, ਆਪਾਂ ਪਹਿਲੇ ਦਿਨ ਗੱਲ ਕੀਤੀ ਸੀ, ਜਿਹਦੇ ਨਾਲ ਗੱਲ ਕੀਤੀ ਸੀ ਵੀ ਅਸੀਂ ਕੈਪਟਨ ਸਾਹਿਬ ਦੀ ਉੱਤੇ ਮੂਰਤ ਲਾ ਕੇ, ਫੋਟੋ ਲਾ ਕੇ, ਉਹ ਤੋੜੇ ਜਿਹੜੇ ਆ ਤੋੜੇ ਚ ਆਟਾ ਪਾ ਕੇ ਨਾਲ ਸਮਾਨ ਪਾ ਕੇ ਦਿਆਂਗੇ। ਇਹਨਾਂ ਨੇ ਪਹਿਲੇ ਦਿਨ ਹੀ ਗਲਤੀ ਕੀਤੀ ਸੀ ਵੀ ਉਹ ਪਿੰਡਾਂ ਦੇ ਸਰਪੰਚਾਂ ਨੂੰ ਦਿੰਦੇ ਜਾਂ ਪ੍ਰਸ਼ਾਸਨ ਆਪਣੇ ਉੱਤੇ ਸਿੱਧੇ ਰੂਪ ਜਾ ਕੇ ਵੰਡਦਾ, ਇਹਨਾਂ ਦੇ ਉੱਤੇ MLA ਨੂੰ ਜੀ, ਤੇ ਨੈਚੁਰਲੀ ਫਿਰ MLA ਤੇ ਆਪਣੇ ਮਜੇ ਨੂੰ ਦੇਣਗੇ ਨਾ, ਬਾਕੀ ਨੂੰ ਕੀ ਦੇਣਗੇ। ਇਹਦਾ ਦੇਖੋ ਗੱਲ ਤਾਂ ਮੈਂ ਉਹੀ ਕਹਿੰਦਾ ਕਿ ਦੇਖੋ ਹੁਣ ਪਤਾ ਲੱਗਦਾ ਨਾ ਵੀ ਜੇ ਤੁਸੀਂ ਸਾਰੇ ਇੱਕ ਲੀਹਾ ਪਾਉਂਦਾ ਤੇ ਦੂਜਾ ਗੱਡਾ ਤਾਂ ਉਸ ਲੀਹੇ ਨੂੰ ਪਕਾਉਂਦਾ ਹੀ ਆ। ਜਦੋਂ ਹਲਕੇ ਚਾਰਜ ਲਾਉਣੇ ਸ਼ੁਰੂ ਕੀਤੇ, ਉਹ ਹਾਰੇ ਹੋਏ ਬੰਦੇ ਜਿੱਤੇ ਹੋਏ ਬੰਦੇ ਦੇ ਉੱਪਰ ਤੁਸੀਂ ਲਾਉਣੇ ਸ਼ੁਰੂ ਕਰਤੇ, ਮੈਂ ਗੱਲ ਇਸ ਦੀ ਨਿੰਦਾ ਚੁਗਲੀ ਨਹੀਂ ਕਰਦਾ ਗਾ ਇਸ ਗੱਲ ਦੀ, ਮੈਂ ਕਾਂਗਰਸ ਦਾ ਪੱਖ ਨਹੀਂ ਕਰਦਾ। ਜਿਹੜਾ ਬੰਦਾ ਜਿੱਤਿਆ, ਤੁਸੀਂ ਜਿੱਤੇ ਹੋਏ ਵਿਰੋਧੀ ਧਿਰ ਦੇ MLA ਨੂੰ ਤਾਂ ਤੁਸੀਂ ਕੁਰਸੀ 'ਤੇ ਨਹੀਂ ਬੈਠਣ ਦਿੰਦੇ ਗੇ, ਭਾਵੇਂ ਕੋਈ ਵੀ ਪਾਰਟੀ ਹੈ ਜਿਹੜੀ ਸੱਤਾ 'ਚ। ਤੁਹਾਡੇ ਸਮੇਂ ਤੁਹਾਡੇ ਇਲਾਕੇ ਦੀ ਗੱਲ ਕਰਨ, ਜੇ ਮੁਹੰਮਦ ਸਦੀਕ ਜਿਹੜਾ ਸੀ ਉਹ MLA ਬਣ ਗਿਆ ਸੀ ਤੇ ਜਿਹੜਾ ਗੁਰੂ ਸੀ ਹਟ ਗਿਆ ਸੀਗਾ, ਲੇਕਿਨ ਕਿਸੇ ਵੀ ਫੰਕਸ਼ਨ ਦੇ ਵਿੱਚ ਜਾਂਦਾ ਸੀ ਮੁਹੰਮਦ ਸਦੀਕ ਨੂੰ ਪੁੱਛਦਾ ਕੋਈ ਨਹੀਂ ਸੀ MLA ਨੂੰ ਜੀ, ਜਿਹੜਾ ਹਾਰਿਆ ਸੀ ਉਹਨੂੰ ਕੁਰਸੀ ਦਿੱਤੀ ਜਾਂਦੀ ਸੀ, ਉਹਦੇ ਕੋਲ ਪ੍ਰਜੈਂਟ ਕਰਿਆ ਜਾਂਦਾ ਸੀ ਵੀ ਇਹ ਹਲਕਾ ਇੰਚਾਰਜ ਆ ਜੀ ਅਕਾਲੀ ਦਲ ਦਾ। ਅੱਜ ਵੀ ਉਹ ਪਿਰਤਾਂ ਜਿਹੜੀਆਂ ਸਾਡੇ ਇੱਥੇ ਪਈਆਂ, ਇਹ ਮਾੜੀ ਗੱਲ ਆ। ਅੱਜ ਇਹ ਵੇਲਾ ਜਿਹੜਾ ਵਾ ਉਹ ਇਕੱਠੇ ਹੋਣ ਦਾ ਵਾ, ਨਾ ਕਿ ਉਸਦੇ ਵਿਤਕਰੇ ਕਰਨ ਦਾ। ਔਰ ਮੈਂ ਥੋੜਾ ਤੁਹਾਨੂੰ ਹੋਰ ਪਿੱਛੇ ਲੈਦਾ, ਜਦੋਂ ਬਾਦਲ ਸਾਹਿਬ ਨੇ ਯਾਤਰਾ ਸ਼ੁਰੂ ਕੀਤੀ ਸੀ ਧਾਰਮਿਕ ਯਾਤਰਾ, ਮੇਰੀ ਗੱਲ ਦਾ ਵੀਰ ਕੋਈ ਗੁੱਸਾ ਨਾ ਕਰੋ, ਇਸ ਗੱਲ ਦਾ ਸੱਚਾਈ ਹੈ, ਮੈਨੂੰ ਆਪ ਲੋਕਾਂ ਨੇ ਗੱਲ ਦੱਸੀ, ਮੈਂ ਤਾਂ ਗਲਤ ਨਾ ਕਰਨ ਲੱਗਾ, ਮੈਨੂੰ ਨੀ ਪਤਾ ਸੱਚਾਈ ਕੀ ਗਲਤ ਆ। ਮੈਨੂੰ ਕਈ ਲੋਕਾਂ ਦੇ ਫੋਨ ਆਇਆ ਜੀ ਵੇਖੋ ਜੀ ਇਹ ਆਪਣੇ ਬੰਦਿਆਂ ਨੂੰ ਪਾ ਰਿਹਾ, ਜਿਹੜੇ ਬੰਦੇ ਜਾ ਰਹੇ ਨੇ ਇਹ ਜਿੰਨੇ ਵੀ ਯਾਤਰਾ ਚ ਫ੍ਰੀ ਕਰ ਰਹੇ, ਇਹਨਾਂ ਦੇ ਆਪਣੇ ਵਰਕਰ ਨੇ ਅਕਾਲੀ ਦਲ ਦੇ, ਆਮ ਲੋਕਾਂ ਚ ਨਹੀਂ ਬਣਾਉਂਦੇ ਸੀ ਜੀ, ਲੀਡਰ ਹੀ ਲਿਸਟਾਂ ਬਣਾਉਂਦੇ ਸੀ, ਲੀਡਰ ਬਣਾਉਂਦੇ, ਮੁੜ ਕੇ ਅਖਬਾਰਾਂ ਛਪਿਆ ਉਹ ਕਿ ਇਹ ਆਪਣੇ ਬੰਦੇ ਭੇਜਦੇ, ਤੇ ਕਈ ਮੰਨ ਵੀ ਗਿਆ ਸਾਡੇ ਕੋਲ ਆਪਦੀ ਰਿਕਾਰਡ ਦੇ ਵਿੱਚ MLA ਵੀ ਹਾਂ ਜੀ ਆਪਣੇ ਬੰਦੇ ਚ ਗੱਲਾਂ ਕਰਾਂਗੇ, ਫਿਰ ਸੋਚਾਂਗੇ ਬਾਕੀ ਕਰਨਾ ਕੀ ਨਹੀਂ ਕਰਨਾ। ਬਿਲਕੁਲ ਹਾਂਜੀ,
ਇਸ ਕਰਕੇ ਜਿਹੜੀ ਪ੍ਰਕਿਰਿਆ ਵਾ ਇਹ ਪਰੰਪਰਾ ਵਾ ਇਹ ਜਿਹੜਾ ਰਵਾਇਤ ਹੈ ਇਹਨੂੰ ਬੰਦ ਕੀਤਾ ਜਾਣਾ ਚਾਹੀਦਾ। ਜਦੋਂ ਕੋਈ MLA ਬਣ ਜਾਂਦਾ ਵਾ ਉਹ ਇਲਾਕੇ ਦਾ MLA ਹੁੰਦਾ ਨਾ ਕਿ ਕਿਸੇ ਪਾਰਟੀ ਦਾ ਹੁੰਦਾ, ਉਹਨੂੰ ਸਭ ਨੂੰ ਇੱਕ ਬਰਾਬਰ ਰੱਖਣਾ ਚਾਹੀਦਾ। ਬਿਲਕੁਲ ਜੀ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਉਹ ਇਕੱਲੇ ਭਾਜਪਾ ਦੇ ਨਹੀਂ, ਉਹ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ। ਬਿਲਕੁਲ ਜੀ, ਉਹਨਾਂ ਨੂੰ ਇੱਦਾਂ ਟ੍ਰੀਟ ਕਰਨਾ ਚਾਹੀਦਾ। ਤੇ ਇਹ ਪ੍ਰਕਿਰਿਆ ਮਾੜੀ ਆ, ਪਹਿਲੇ ਦਿਨ ਆਪਾਂ ਕਿਹਾ ਸੀ ਵੀ ਇਹ ਜਿਹੜੀ MLA ਕੋਲ ਪਹੁੰਚਾਈ ਜਾ ਰਹੀ ਆ ਤੇ MLA ਨੇ ਆਪਣੇ ਵਰਕਰਾਂ ਨੂੰ ਦੇਣਾ, ਆਪਣੇ ਬੰਦਿਆਂ ਨੂੰ ਦੇਣਾ, ਉਹਦੇ ਚੰਗੇ ਪਿੰਡ ਸਿੰਘ ਦੇ ਜੋ ਵੀ ਚੁੱਕੇ ਲੱਗਣਗੇ ਉੱਥੋਂ ਸਾਨੂੰ ਦੇਣ ਦੀ ਕੋਈ ਗੱਲ ਨਹੀਂ ਜੀ। ਇਹਦਾ ਪਤਾ ਹੀ ਕੋਈ ਨਹੀਂ ਜੀ ਕੀ ਹੋ ਜਾਣਾ, ਰੌਲਾ ਤਾਂ ਆਹੀ ਆ ਪੱਟੀ ਸਾਹਿਬ ਜੀ ਜੀ, ਇਹ ਪਤਾ ਨਹੀਂ ਕਿਹਦੇ ਕੋਲੇ ਜਾਣੀ ਹੈ ਕਿਹਦੇ ਕੋਲੇ ਨਹੀਂ, ਕਿ ਮੁੜ ਕੇ ਦੁਕਾਨਾਂ ਤੇ ਵੇਚਣ ਲਈ ਆਜੂਗੀ। ਹੈ ਜਿਵੇਂ ਮੈਨੂੰ ਇੱਕ ਬੰਦਾ ਬੜੀ ਸੋਹਣੀ ਗੱਲ ਹੈ, ਸੋਸ਼ਲ ਮੀਡੀਆ ਤੇ ਵੀ ਬੜੀ ਚਰਚਾ ਹੋਈ ਸੀ, ਕਹਿੰਦੇ ਕੋਈ ਲੜਕੀ ਵਾਸਤੇ ਰਿਸ਼ਤਾ ਦੇਖਣ ਚਲਾ ਗਿਆ ਬੰਦਾ ਜੀ ਜੀ, ਉਹ ਜਿਹੜਾ ਵਿਚੋਲਾ ਸੀ ਉਹ ਕਹਿੰਦਾ ਜੀ ਘਰ ਬੜਾ ਤਕੜਾ, ਠੈਨੀ ਪੈਸਿਆਂ ਦੀ ਨਹੀਂ ਲੱਗਣੀ, ਕੋਈ ਆਪਾਂ ਖਰਚਾ ਨਹੀਂ ਕਰਾਉਣਾ, ਬਸ ਤਿੰਨ ਕੱਪੜਿਆਂ ਚੋਂ ਲੜਕੀ ਲੈ ਜਾਣਗੇ ਆਓ ਚੱਲੀਏ। ਜਦੋਂ ਉੱਥੇ ਬੈਠੇ ਕਹਿੰਦੇ ਜੀ ਆਓ ਡਰਾਇੰਗ ਰੂਮ 'ਚ, ਕਹਿੰਦਾ ਨਹੀਂ ਬਾਹਰ ਵਿਹੜੇ 'ਚ ਹੀ ਬਹਿੰਦੇ ਹਾਂ। ਉਹ ਵਿਹੜੇ 'ਚ ਬੈਠੇ ਬੈਠੇ ਦੀ ਉਹ ਕੁੜੀ ਦੇ ਬਾਪ ਦੀ ਨਿਗਾਹ ਪੈ ਗਈ ਕਿ ਕਿਸੇ ਚੀਜ਼ ਦੇ ਉੱਤੇ, ਉਹ ਕਹਿੰਦਾ ਵੀ ਆ ਚੱਲੀਏ, ਉਹ ਕਹਿੰਦਾ ਵੀ ਚਾਹ ਪਾਣੀ, ਕਹਿੰਦਾ ਨਹੀਂ ਆਪਾਂ ਘਰੇ ਜਾ ਕੇ ਪੀਆਂਗੇ, ਮਤਲਬ ਕਿ ਅੰਦਰ ਤਾਂ ਹਜੇ ਚਾਹ ਬਣੀ ਰਹਿ ਗਈ ਅਤੇ ਉੱਠ ਕੇ ਤੁਰ ਪਿਆ। ਜੋ ਰਾਹ 'ਚ ਆਇਆ ਕਹਿੰਦਾ ਕੀ ਗੱਲ, ਕੋਈ ਗੱਲ ਤਾਂ ਦੱਸ, ਐਡੀ ਸੋਹਣੀ ਕੋਠੀ, ਐਨੀਆਂ ਗੱਡੀਆਂ, ਇੰਨਾ ਸਾਰਾ ਕੁਝ, ਤੂੰ ਪੈਰ ਹੀ ਲਾਏ। ਕਹਿੰਦਾ ਉੱਥੇ ਨਾ ਨੀਲੇ ਕਾਰਡਾਂ ਵਾਲੇ ਸਰਕਾਰੀ ਜਿਹੜਾ 2 ਰੁਪਏ ਕਿਲੋ ਵਾਲੀ ਕਣਕ ਦਾ ਗੱਟਾ ਪਿਆ ਸੀ। ਕਹਿੰਦਾ ਭਰਾਵਾ ਮੇਰਿਆ, ਕਹਿੰਦਾ ਕਹਿੰਦਾ ਸਭ ਕੁਛ ਭਰ ਸਕਦਾ, ਕਹਿੰਦਾ ਨੀਤ ਨਹੀਂ ਭਰ ਸਕਦੀ, ਜੇ ਸਰਪੰਚ ਹੋ ਕੇ 2 ਰੁਪਏ ਕਿਲੋ ਵਾਲੀ ਕਣਕ ਇਹਨੇ ਛਕਣੀ ਆ ਨਾ, ਤੇ ਮੇਰੀ ਕੁੜੀ ਇੱਥੇ ਸੁਖੀ ਨਹੀਂ ਵੱਸ ਸਕਦੀ। ਸੰਡੇ ਵਾਲੇ ਦਿਨ ਇੱਕ ਡਾਕਟਰ ਹਰਸ਼ਿੰਦਰ ਕੌਰ ਦੀ ਸਟੋਰੀ ਛਪੀ ਹੈ ਜੀ, ਦੇਸ਼ ਸੇਵਕ ਦੇ ਮੈਗਜ਼ੀਨ ਪੇਜ ਦੇ ਉੱਤੇ, ਉਹ ਪੜ੍ਹ ਲਿਓ ਜੀ। ਉਹ ਵੀ ਸੇਮ ਚੀਜ਼ ਆ, ਉਹਨੇ ਕੁਛ ਹੋਰ ਤਰੀਕੇ ਨਾਲ ਡਿਸਕ੍ਰਾਈਬ ਕੀਤਾ, ਇਹ ਕੁਛ ਥੋੜ੍ਹੇ ਹੋਰ ਹੈ। ਲੇਕਿਨ ਜੋ ਤੁਸੀਂ ਕਹਿ ਰਹੇ ਹੋ ਨਾ, ਹਾਂਜੀ, ਅਮੀਰ ਘਰਾਂ ਦੇ ਕਾਕੇ ਜਿਹੜੇ ਨਸ਼ੇੜੀ ਹੋ ਜਾਂਦੇ, ਹਮੇਸ਼ਾ ਨਸ਼ੇ ਰਹਿੰਦੇ, ਤੇ ਘਰ ਵਾਲੇ ਕਹਿੰਦੇ ਸਾਨੂੰ ਕੁੜੀ ਮਿਲ ਜੇ, ਭਾਵੇਂ ਗਰੀਬ ਘਰ ਦੀ ਮਿਲ ਜੇ, ਸਾਡੇ ਘਰ ਆ ਜੇ। ਉਹ ਕੁੜੀ ਕਹਿੰਦੀ ਵੀ 3 ਮਹੀਨਿਆਂ ਦੇ ਵਿੱਚ ਮੈਨੂੰ ਸਿਰਫ 2 ਵਾਰੀ ਅਹਿਸਾਸ ਹੋਇਆ ਵੀ ਮੈਂ ਪਤਨੀ ਕਿਸੇ ਦੀ ਹੈਗੀ ਹੈ। ਅੱਛਾ, ਦੱਸੋ। ਘਰ ਵਾਲਾ ਟੀਕਾ ਲਾ ਕੇ ਸੁੱਤ ਰਹਿੰਦੇ, ਮਨ ਨਾ ਪਤਾ ਹੀ ਕਿਸ ਨੂੰ ਨਹੀਂ ਹੈਗਾ। ਤੇ ਮਾਂ ਨੇ ਇੰਨੀ ਗੱਲ ਕੀ, ਜਦੋਂ ਬੰਦਾ ਆਇਆ ਘਰ, ਘਰ ਆਇਆ ਗੱਡੀ ਤੇ ਆਇਆ, ਬੜੀ ਵਧੀਆ ਗੱਡੀ ਤੇ ਆਇਆ, ਆ ਕੇ ਉਹਨੇ 8,000 ਰੁਪਏ ਫੜਾਇਆ, ਲੈ ਵੀ ਤੇਰੀ ਕੁੜੀ ਦਾ ਰਿਸ਼ਤਾ ਅਸੀਂ ਪੱਕਾ ਕਰਤਾ, ਅਸੀਂ ਕੁੜੀ ਚਾਹੀਦੀ, ਕੁਛ ਨੀ ਚਾਹੀਦਾ। ਉਹ ਕੁੜੀ ਕਿਹਨੂੰ, ਕਿਉਂ ਆਪਣੇ ਮਾਂ ਪਿਓ ਨੂੰ ਕਦੀ ਮਾਫ਼ ਕਰੂੰਗੀ, ਉਹ ਕਦੀ ਸਮਾਜ ਨੂੰ ਮਾਫ਼ ਕਰੂੰਗੀ ਕਦੀ। ਉਹਨੇ ਡਾਕਟਰ ਹਰਸ਼ਿੰਦਰ ਕੌਰ ਨੇ ਬੜੀ ਸੋਹਣੇ ਤਰੀਕੇ ਨਾਲ ਉਸ ਚੀਜ਼ ਨੂੰ ਡਿਸਕ੍ਰਾਈਬ ਕੀਤਾ, ਬਹੁਤ ਵਧੀਆ ਲਿਖੀ ਸਟੋਰੀ ਉਹਨਾਂ ਨੇ ਆਪਣੀ, ਜਿਹੜੀ ਬੜਾ ਸਮਾਜ ਨਾਲ ਨੇੜੇ ਤੋਂ ਜੁੜੀਆਂ ਗੱਲਾਂ ਉਹ ਲਿਖਦੇ ਨੇ। ਬਿਲਕੁਲ ਜੀ, ਤੇ ਇੱਕ ਆਪਾਂ ਹੋਰ ਗੱਲ ਕਰਾਂਗੇ ਜੀ, ਜਿਹੜੇ ਉਹ ਫੜਿਆ ਸੀ ਮੁਲਜ਼ਮ ਇਹਨਾਂ ਕਰੋਨਾ ਵਾਲਾ, ਹਾਂਜੀ ਹਾਂਜੀ, ਕਰੋਨਾ ਵਾਲਾ ਮੁਲਜ਼ਮ ਇਹਨਾਂ ਫੜ ਲਿਆ ਜੀ, ਮੇਰੇ ਖਿਆਲ ਸ਼ਾਇਦ ਜਲੰਧਰ ਦੀ ਕਹਾਣੀ, ਨਾ ਲੁਧਿਆਣੇ ਦੀ ਹੈ ਜੀ, ਲੁਧਿਆਣੇ ਦੀ ਹੈ, ਲੁਧਿਆਣੇ ਦੀ ਕਹਾਣੀ ਹੈ ਜੀ ਉਹ। ਹਾਂ ਹਾਂ, ਲੁੱਟ ਖੋਹ ਦੇ ਵਿੱਚ 2 ਬੰਦੇ ਇਹਨਾਂ ਫੜੇ, ਬੰਦੇ ਫੜ ਕੇ ਉਹਨਾਂ ਨੂੰ ਮਾੜਾ ਮੋਟਾ ਇੰਟੈਰੋਗੇਟ ਵੀ ਕੀਤਾ ਹੋਊਗਾ, ਉਹਨੂੰ ਫੜ ਕੇ ਬਰਾਮਦਗੀ ਬਸ ਵੀ ਤੇ ਲੈ ਕੇ ਹੋਣਗੇ, ਸਮਾਨ ਵੀ ਬਰਾਮਦ ਕੀਤਾ ਹੋਊਗਾ, ਤੇ ਇਹਨਾਂ ਨੇ ਕਹਿਤਾ ਜੀ ਨਾਕੇ ਤੋਂ ਫੜਿਆ। ਹਾਂਜੀ, ਉਹ ਤਾਂ ਆਤੀ ਹੈ ਇਹਨਾਂ ਦੀ ਪੁਰਾਣੀ। ਹਾਂਜੀ, ਉਹ ਮੁੜ ਕੇ 10ਵੀਂ ਤਰ੍ਹਾਂ ਫੜਿਆ ਕਿਵੇਂ, ਜਦੋਂ ਸਾਰੀ ਗੱਲ ਯਾਦ ਬਾਹਰ ਆ ਗਈ। ਉਹਨਾਂ ਨੂੰ ਜਦੋਂ ਅਦਾਲਤ ਪੇਸ਼ ਕੀਤਾ ਗਿਆ, ਅਦਾਲਤ ਪੇਸ਼ ਕਰਨ ਤੋਂ ਬਾਅਦ ਉਹਨਾਂ ਨੇ ਮੈਡੀਕਲ ਕਰਾਉਣਾ ਸੀਗਾ ਜੀ। ਜਦੋਂ ਮੈਡੀਕਲ ਕਰਾਉਣ ਗਏ ਤੇ ਡਾਕਟਰ ਨੂੰ ਸ਼ੱਕ ਪਿਆ ਵੀ ਇਹ ਬੰਦੇ ਨੂੰ ਕਰੋਨਾ ਹੋ ਸਕਦਾ। ਉਹ ਡਾਕਟਰ ਨੇ ਕਿਹਾ ਵੀ ਚਲੋ ਬਾਕੀ ਬਾਹਰ ਬੈਠੋ, ਮੈਂ ਚੈੱਕ ਕਰਾਂ ਜੀ। ਡਾਕਟਰ ਨੇ ਚੈੱਕ ਕੀਤਾ ਤੇ ਵਾਕਿਆ ਉਹਨੂੰ ਕਰੋਨਾ ਪਾਇਆ ਗਿਆ। ਅੱਛਾ ਜੀ, ਜਦੋਂ ਉਸ ਮੁਜਰਮ ਨੂੰ ਕਰੋਨਾ ਪਾਇਆ ਗਿਆ ਤੇ ਫਿਰ ਹਾਲਾਤ ਵੇਖੋ ਕੀ ਬਣਦੇ ਆ। ਫਿਰ ਇਮੀਜ਼ੀਏਟਲੀ ਜਿਹੜੀ ਜੱਜ ਸੀ ਜਿਹਦੇ ਕੋਲ ਪੇਸ਼ ਕੀਤਾ ਗਿਆ ਸੀ, ਉਹਨੂੰ ਵੀ ਆਈਸੋਲੇਟ ਕੀਤਾ ਗਿਆ ਜੀ।
ਉਹਨੂੰ ਵੀ ਕੁਆਰੰਟਾਈਨ ਆਪਣੇ ਹਾਊਸ ਚ ਕਰਤਾ ਵੀ ਬੀਬੀ ਘਰ ਚਲ ਜਾ ਚੁੱਪ ਕਰਕੇ, ਹੁਣ ਤੂੰ ਘਰ ਕੇ ਮਿਲੀ ਨਾ ਹੁਣ। ਜਿਹੜਾ ਦੂਜਾ ਬੰਦਾ ਪੁਲਿਸ ਇੰਨੀ ਘਬਰਾ ਗਈ, ਇੰਨੀ ਘਬਰਾ ਗਈ ਜਾਂ ਭੱਜ ਕੇ ਜਾਂ ਭਜਾ ਤਾ, ਪੁਲਿਸ ਨੇ ਵੇਖਿਆ ਲੋ ਜੀ ਅਸੀਂ ਲੈ ਕੇ ਆਏ, ਸਾਨੂੰ ਇਹਦੇ ਹੱਥ ਲੱਗੇ ਤਾਂ ਮਤਲਬ ਅਸੀਂ ਫਸ ਗਏ, ਅਸੀਂ ਫਸ ਗਏ। ਹਾਂਜੀ, ਹੁਣ ਪੁਲਿਸ ਨੇ ਉਹ ਵੀ ਕੁਆਰੰਟਾਈਨ ਕਰ ਦਿੱਤੇ ਬੰਦੇ ਤੇ ਨਾਲ ਜਿਹੜੇ ਇਹ ਲੰਬ ਰਹੇ ਨੇ, ਕਿੱਥੇ ਕਿੱਥੇ ਬੰਦਾ ਗਿਆ, ਕਿੱਥੇ ਕਿੱਥੇ ਕਿਹਨੂੰ ਜਾ ਕੇ ਮਿਲਿਆ, ਸਾਰੇ ਨੂੰ ਲੱਭੋ ਕਿੱਥੇ ਕਿੱਥੇ ਹੈਗੇ ਨੇ ਸਾਰੇ। ਮਤਲਬ ਉਹਨੇ ਇੱਕ ਸਿਆਪਾ ਤੇ ਪਾਉਣਾ ਸੀ, ਦੂਜਾ ਸਿਆਪਾ ਹੋਰ ਪਾਤਾ ਪੁਲਿਸ ਦੇ ਭਾਰ ਦਾ ਜੀ। ਹੁਣ ਬਾਅਦ ਪੁਲਿਸ ਨੇ ਫੜ ਲੱਗੇ ਨਵੀਂ ਸੋਚੂਗੀ ਬੰਦਾ ਫੜੀ ਕਿੰਨੇ ਫੜੀ ਸੀ। ਦੱਸੋ ਆਪਾਂ ਕਾਲ ਲੈ ਲਈਏ ਜੀ ਪੱਟੀ ਸਾਹਿਬ ਤੇ ਜਿਹੜਾ ਬੰਦਾ ਦੂਜਾ ਸੀ ਭੱਜ ਗਿਆ ਉੱਥੋਂ ਦੀ। ਬਿਲਕੁਲ ਹਾਂਜੀ 9164 ਤੇ ਆਉਂਦੇ ਰਹੋ ਜੀ ਤੁਸੀਂ। ਹੈਲੋ ਹਾਂਜੀ ਸਤਿ ਸ੍ਰੀ ਅਕਾਲ ਦਾਨੇ ਵਾਲੇ ਸਰ, ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਸਤਿ ਸ੍ਰੀ ਅਕਾਲ ਕਰਾਂ ਜੀ ਪਟਿਆਲੇ ਤੋਂ ਜੀ। ਜੀ ਸੰਜੀਵ ਜੀ 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 ਹਾਂਜੀ ਬਾਈ ਆਪਣੀ ਤੁਸੀਂ ਹੁਣ ਗੱਲ ਕਰ ਰਹੇ ਸੀ ਨਾ ਵੀ ਆਪਣੇ ਹਰਸਿੰਦਰ ਕੌਰ ਮੈਡਮ ਨੇ ਇੱਕ ਆਰਟੀਕਲ ਪਾਇਆ ਸੀ ਜਿਹੜਾ ਆਪਣੇ, ਤੇ ਤੁਹਾਨੂੰ ਇੱਕ ਗੱਲ ਅਸੀਂ ਸੁਣੀ ਆਪਣਾ ਸ਼ਾਦੀ ਵਿਆਹ ਲਈ ਜੀ ਵੀ ਉਹ ਕੁੜੀ ਦਾ ਵਿਆਹ ਕਰਨ ਗਿਆ ਸੀ ਸਰਪੰਚ ਦੇ ਘਰ, ਤੇ ਭਾਜੀ ਆਪਣੀ ਜਿਵੇਂ ਅੱਜ ਕੱਲ ਆਪਣੇ ਕਈ ਆਪਣੇ ਮਾਤਾ ਪਿਤਾ ਨੇ ਆਪਣੇ ਇਹ ਕਾਫੀ ਆਪਣੇ ਕੰਜ਼ਰਵੇਟਿਵ ਸੋਚਦੇ ਨੇ ਜੀ, ਤੇ ਜਿਵੇਂ ਆਪਾਂ ਗੱਲ ਕਰੀ ਹਾਂਜੀ ਸਾਰੀ ਉਮਰ ਕੱਟਤੀ ਵੀ ਸਾਡੀ ਤਾਂ ਹੁਣ ਵੀ ਘਰਦਿਆਂ ਨੇ ਬਿਨਾਂ ਪੁੱਛ ਪਿਆ ਬਿਨਾਂ ਸਾਡੀ ਮੁਲਾਕਾਤ ਕਰੇ ਕੱਟਤੀ ਸੀਗੀ, ਠੀਕ ਹੈ ਜੀ। ਪਰ ਹੁਣ ਆਪਾਂ ਇਹਨਾਂ ਨੂੰ ਕਹੀਏ ਵੀ ਅੱਜ ਕੱਲ ਦਾ ਇਹ ਟਾਈਮ ਨੀ ਜਿੱਤੋ ਜਵਾਬ ਆਉਂਦੇ, ਕਹਿੰਦੇ ਆਹੀ ਜਵਾਬ ਰਹਿੰਦਾ, ਕਹਿੰਦੇ ਅਸੀਂ ਕੱਟਦੇ ਹੁਣ ਤੁਸੀਂ ਕਿਉਂ ਨੀ ਕੱਢ ਸਕਦੇ ਜੀ, ਇਹਦੇ ਬਾਰੇ ਦੱਸਣਾ ਜੀ ਕੀ ਵਿਚਾਰ ਤੁਹਾਡੇ ਜੀ। ਦੱਸੋ ਜੀ, ਕਹਿੰਦੇ ਵੀ ਡਿਵੋਰਸ ਜੇ ਕਹਿੰਦੇ ਵੀ ਹੁਣ ਕਹਿੰਦੇ ਪਲੱਗ ਕੱਢਣਾ ਹੋਵੇ ਪੱਖੇ ਦਾ ਸਵਿੱਚ ਚੋਂ, ਕਹਿੰਦੇ ਉਹ ਕੱਢਣਾ ਬੜਾ ਔਖਾ ਜੇਕਰ ਕੋਈ ਨੁਕਸ ਪੈ ਜੇ ਤਾਂ, ਕਹਿੰਦੇ ਵੀ ਸਾਡਾ ਸਮਾਜ ਆ ਪੱਟੀ ਸਾਹਿਬ ਇਹ, ਇੱਥੇ ਅਸੀਂ ਸਮਝਾ ਬੁਝਾ ਕੇ ਜੇਕਰ ਆਪਾਂ ਰਹਿਤ ਮਰਿਆਦਾ ਦੀ ਗੱਲ ਕਰੀਏ ਤਾਂ ਸਾਡੇ ਸਿੱਖੀ ਦੇ ਵਿੱਚ ਤਾਂ ਆਨੰਦ ਕਾਰਜ ਜਦੋਂ ਹੋ ਜਾਂਦਾ ਉਹਦੇ ਵਿੱਚ ਤਾਂ ਤਲਾਕ ਸ਼ਬਦ ਵੀ ਹੈ ਨੀਗਾ, ਉੱਥੇ ਤਾਂ ਇਹੀ ਗੱਲ। ਬਿਲਕੁਲ ਜੀ, ਮੈਂ ਤੁਹਾਨੂੰ ਇਹੀ ਗੱਲ ਕਰਨ ਲੱਗਾ ਸੀ ਵੀ ਸਿੱਖੀ ਦੇ ਵਿੱਚ ਆਨੰਦ ਘਰ ਰਹਿੰਦਾ, ਉਹਦੇ ਵਿੱਚ ਜੋ ਹੋ ਗਿਆ ਬਸ ਠੀਕ, ਕੋਈ ਤਲਾਕ ਵਾਲੀ ਗੱਲ ਨੀ ਹੈਗੀ ਜੀ। ਉਹ ਮਾੜਾ ਵਾ ਚੰਗਾ ਵਾ ਲੂਲਾ ਵਾ ਲੰਗੜਾ, ਤੁਹਾਨੂੰ ਤਾਂ ਆਪਣੀ ਜ਼ਿੰਦਗੀ ਬਤਾਉਣੀ ਪੈਣੀ ਹੈ। ਫਿਰ ਦੋ ਗੱਲਾਂ ਹੈਗੀਆਂ ਜਿਹੜੀ ਰਹਿਤ ਮਰਿਆਦਾ ਵੀ ਕਹਿੰਦੀ ਆ, ਜੇ ਕਿਸੇ ਨੇ ਦੂਸਰੀ ਸ਼ਾਦੀ ਕਰ ਲਈ ਆ ਤੇ ਇਹਦਾ ਮਤਲਬ ਪਹਿਲਾਂ ਮਰਦ ਜਾਂ ਔਰਤ ਦੀ ਡੈਥ ਹੋ ਜਾਵੇ ਤੇ ਫਿਰ ਦੂਸਰੀ ਸ਼ਾਦੀ ਹੋ ਸਕਦੀ ਆ। ਦੂਸਰਾ, ਜੇ ਕਿਸੇ ਦੇ ਘਰ ਕੋਈ ਬੱਚਾ ਨਾ ਹੋਵੇ ਤੇ ਜਿਹੜੀ ਪਹਿਲੀ ਘਰ ਹੋਵੇ ਉਹਦੀ ਰਜ਼ਾਮੰਦਗੀ ਨਾਲ ਦੂਸਰੀ ਸ਼ਾਦੀ ਕਰ ਸਕਦਾ। ਸਾਡੇ ਚ ਇਹ ਕੋਈ ਪਰੰਪਰਾ ਨੀ, ਜਦੋਂ ਅਸੀਂ ਤਲਾਕ ਲੈਣ ਜਾਂਦੇ ਹਾਂ ਉਦੋਂ ਆਨੰਦ ਮੈਰਿਜ ਐਕਟ ਨੀ, ਉਦੋਂ ਹਿੰਦੂ ਮੈਰਿਜ ਐਕਟ ਦੇ ਤਹਿਤ ਤਲਾਕ ਲੈਂਦੇ ਹਾਂ ਅਸੀਂ। ਆਨੰਦ ਮੈਰਿਜ ਐਕਟ ਵੀ ਜਿਹੜਾ ਵਾ ਉਹ ਵੀ ਜਿਹੜਾ ਵਾ ਤੁਹਾਡਾ ਹਿੰਦੂ ਮੈਰਿਜ ਐਕਟ ਦਾ, ਸਾਨੂੰ ਸਿੱਖ ਮੈਰਿਜ ਐਕਟ ਚਾਹੀਦਾ ਸੀਗਾ, ਉਹ ਸਾਨੂੰ ਬਣਾਇਆ ਨੀ ਇਹਨਾਂ ਨੇ। ਸਿੱਖ ਮੈਰਿਜ ਐਕਟ ਬਣਾਉਂਦੇ ਉਹਦੇ ਚ ਆਪਣੀਆਂ ਧਾਰਾਵਾਂ ਪਾਉਂਦੇ ਵੀ ਸਾਡੀ ਕਿਹੜੀ ਕਿਹੜੀ ਮੰਗ ਹੈਗੀ, ਇਹਦੇ ਵਿੱਚ ਇਹ ਧਾਰਾ ਪਾਉਂਦੇ ਇਹ ਮੱਤ ਪਾਉਂਦੇ, ਉਹ ਨੀ ਬਣਾਇਆ ਸੀ ਅਸੀਂ। ਉਹਦਾ ਰੂਪ ਜਿਹੜਾ ਪਹਿਲਾਂ ਬਣਿਆ ਸੀ ਆਨੰਦ ਮੈਰਿਜ ਐਕਟ, ਜਿਵੇਂ ਅਸੀਂ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਕਰਦੇ ਹਾਂ, ਜੇ 2003 ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਬਣ ਗਿਆ ਸੀ, ਇੱਕ ਵਧੀਆ ਕੈਲੰਡਰ ਬਣ ਗਿਆ ਸੀ, ਲੋਕਾਂ ਨੇ ਪ੍ਰਵਾਨ ਕਰ ਲਿਆ ਸੀ, ਸਰਕਾਰਾਂ ਨੇ ਪ੍ਰਵਾਨ ਕਰ ਲਿਆ ਸੀ, ਤੇ ਫਿਰ 2010 'ਚ ਬਦਲਣ ਦੀ ਕੀ ਲੋੜ ਪੈ ਗਈ? ਉਹਦੀ ਡਿਟੇਲ 'ਚ ਆਪਾਂ ਨਹੀਂ ਜਾਵਾਂਗੇ ਤੇ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜੇ ਕਰਾਂਗੇ ਤੇ ਫਿਰ ਕਿਤੇ ਕਰ ਲਾਂਗੇ ਉਹਦੀ ਡਿਟੇਲ। ਇੱਕ ਹੋਰ ਬੜੀ ਸ਼ੁਗਲੇ ਦੀ ਵਾਲੀ ਖਬਰ ਲੈ ਕੇ ਮੈਂ ਤੁਹਾਡੇ ਤੋਂ ਇਜਾਜ਼ਤ ਲਊਂਗਾ। ਕਹਿੰਦੇ SSP ਮੋਹਾਲੀ ਦੀ ਕੋਠੀ ਦੇ ਕੋਲੇ 4000 ਰੁਪਿਆ ਡਿੱਗਿਆ ਸੀ, ਸਾਰਾ ਦਿਨ ਲੋਕ ਲੰਘਦੇ ਰਹੇ, ਡਰਦੇ ਰਹੇ, ਕਿਸੇ ਨੇ ਚੱਕਿਆ ਹੀ ਨਹੀਂ। ਚੁੱਕਿਆ ਹੀ ਨਹੀਂ, ਚੁੱਕਿਆ ਖੇਡ ਬਿਲਕੁਲ ਸਹੀ ਗੱਲ ਹੈ ਜੀ। ਹਾਂ, SSP ਦੀ ਕੋਠੀ ਦੇ ਕੋਲ ਪੈਸੇ ਡਿੱਗੇ, 500-500 ਨੋਟ ਸੀ, ਚੁੱਕਿਆ ਕਿਸੇ ਨੇ ਵੀ, ਜਿਹੜੇ ਉਹ ਤੁਸੀਂ ਵੇਖਿਆ ਨੀ ਇੱਕ ਵੀਡੀਓ ਆਈ ਸੀ ਵੀ ਇੱਕ ਬੰਦਾ ਜਿਹੜਾ ਵਾ ਉਹ ਮੂੰਹ ਨਾ ਪੂੰਝ ਕੇ ਨੋਟ ਜਿਹੜੇ 500-500 ਮੂੰਹ ਪੂੰਝ ਲਿਆ ਵਾ। ਇੱਕ ਲੋਕਾਂ ਧਾਰਨਾ ਪਈ ਕਿ ਜਿਹੜੇ ਮੁਸਲਿਮ ਲੋਕ ਆ ਜੀ ਇਹ ਇਹਨਾਂ ਨੂੰ ਆਪਣਾ ਜਿਹੜਾ ਥੁੱਕ ਲਾ ਕੇ ਸੁੱਟ ਰਹੇ ਨੇ, ਤੇ ਚੁੱਕਣਾ ਸੀ ਲੋਕੀ ਵੀ 5-5 ਕਿਲੋਮੀਟਰ ਦੂਰ ਹੋ ਗਏ, ਤੇ ਕੋਈ ਭੱਜੋ ਇੱਥੋਂ ਵੀ ਕਿਤੇ ਉਹਦਾ ਕਰੋਨਾ ਦਾ ਕਿਤੇ ਹੋਵੇ।
ਬਿਲਕੁਲ ਧੰਨਵਾਦ ਜੀ ਪੱਟੀ ਸਾਹਿਬ, ਤੁਹਾਡਾ ਸ਼ੁਕਰੀਆ, ਮਿਹਰਬਾਨੀ ਤੁਸੀਂ, ਸ਼ੁਕਰੀਆ, ਧੰਨਵਾਦ ਜੀ, ਧੰਨਵਾਦ। ਸੋ ਇਸ ਸੰਸਦ ਜਸਵੀਰ ਸਿੰਘ ਪੱਟੀ ਹੋਰੀ ਜੀ ਅਤੇ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਅਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਆਪਾਂ ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਾਂਗੇ। ਪੱਟੀ ਸਾਹਿਬ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਸ਼ੁਕਰੀਆ ਜੀ। ਪੱਟੀ ਸਾਹਿਬ, ਕਰੋਨਾ ਦੀ ਬਿਮਾਰੀ ਦਾ ਕੋਈ ਇਲਾਜ ਲੱਭੇਗਾ? ਕੋਈ ਆ ਰਹੀਆਂ ਇਹੋ ਜਿਹੀਆਂ ਖਬਰਾਂ ਵੀ ਜੇ ਕਿਤੇ ਲੱਭ ਲੁੱਭ ਜਾਵੇ? ਬਾਕੀ ਤਾਂ ਕਹਿੰਦੇ ਔੜ ਪੌੜ ਹੀ ਚੱਲ ਰਹੀ ਹੈ ਹਜੇ ਤੱਕ। ਵੇਖੋ ਜੀ, ਜਿਹੜੀ ਜਿਹੜੀ ਹਾਈਡਰੋ ਸਾਡੀ ਹੈਗੀ ਆ, ਹਾਈਡਰੋਕਸੀਕਲੋਰੀਨ ਜਿਹੜੀ ਕਲੋਰੋਕੀਨ ਜਿਹੜੀ ਆ ਲਈ ਆ ਸਾਡੇ ਕੋਲ, ਅਮੈਰੀਕਾ ਨੇ ਲਈ ਆ, ਉਹਦੇ ਸਿੱਟੇ ਕੁਝ ਠੀਕ ਨਿਕਲੇ, ਬਹੁਤੇ ਨੀ, ਇਹ ਨੀ ਕਿਸੇ ਲੈਵਲ ਕੰਟਰੋਲ ਕੀਤਾ ਉਹਨਾਂ ਨੇ ਜੀ। ਇੰਡੀਆ ਦੇ ਵਿੱਚ ਜਿਹੜੀ ਸਾਨੂੰ BCG ਦੇ ਟੀਕੇ ਲੱਗਦੇ ਰਹੇ ਤਬ ਤੱਕ ਦੇ, ਉਹ ਵੀ ਸਾਡੇ ਕੰਮ ਆ ਰਹੇ ਅੱਜ। ਅੱਛਾ, ਉਹ ਮੁੜ ਕੇ ਫੇਰ ਕੰਮ ਸ਼ੁਰੂ ਹੋ ਰਿਹਾ ਹੋਈ? ਨਹੀਂ ਨਹੀਂ ਨਹੀਂ, ਲੱਗ ਨਹੀਂ, ਜਿਹੜੇ ਸਾਨੂੰ ਲੱਗੇ ਸਾਨੂੰ ਪਹਿਲਾਂ ਲੱਗੇ ਆ ਨਾ, ਉਹ ਵੀ ਇਹਨੂੰ ਕਰੋਨਾ ਨੂੰ ਰੋਕਣ ਦੇ ਵਿੱਚ ਤਾਂ ਬੜਾ ਮੋਟਾ ਜਿਹੜਾ ਆਪਣਾ ਰੋਲ ਅਦਾ ਰਹੇ। ਮੈਂ ਨੀ ਕਹਿ ਰਿਹਾ, ਇਹ ਡਾਕਟਰਾਂ ਦੀ ਰਾਏ ਹੈਗੀ। ਅੱਛਾ ਜੀ। ਤੇ ਨਾਲ ਜਿਹੜੀ ਇਹ ਦਵਾਈ ਹੈ ਜੀ ਕਲੋਰੋਕੁਇਨ, ਇਹ ਤਾਂ ਹੈ ਬੇਸਿਕਲੀ ਬਣਾਈ ਸੀ ਮਲੇਰੀਆ ਵਾਸਤੇ। ਹਾਂਜੀ। ਲੇਕਿਨ ਅਮੈਰੀਕਾ ਦੇ ਸਾਇੰਸਦਾਨ ਵੀ ਕਹਿੰਦੇ ਆ ਵੀ ਇਹ ਕਰੋਨੇ ਤੇ ਥੋੜਾ ਬਹੁਤਾ ਉੱਤੇ ਰੋਕ ਲਗਾਉਣ ਚ ਕਾਮਯਾਬ ਹੋ ਰਹੀ ਆ, ਤੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਭਾਈ ਸਾਹਿਬ ਇਹ ਲੋੜੋਂ ਵੱਧ ਨਾ ਖਾ ਲਓ, ਡਾਕਟਰ ਪੁੱਛਣ ਦੇ ਬਗੈਰ। ਇਹ ਹਾਰਟ ਅਟੈਕ ਦਾ ਜੇ ਜ਼ਿਆਦਾ ਖਾ ਲਈ ਤੇ ਹਾਰਟ ਅਟੈਕ ਲੈ ਕੇ ਲੱਗ ਹੀ ਨਾ ਜਾਓ ਕਿਤੇ, ਫਿਰ ਮਿਲ ਗਈ ਤਾਂ ਜੀ ਚਲੋ ਕਨੀਨ ਪਈ ਆ। ਬਿਲਕੁਲ ਬਿਲਕੁਲ, ਡਾਕਟਰ ਦੇ ਪੁੱਛਣ ਦੇ ਬਗੈਰ ਕੋਈ ਤੰਦਰੁਸਤ ਮਰੀਜ਼ ਇਹ ਗੋਲੀ ਨਾ ਖਾਵੇ ਨਾ ਇਹ ਦਵਾਈ ਲਵੇ ਜੀ। ਹੁਣ ਜਿਹੜੇ ਸਾਡੇ ਜਿਹੜੇ ਕਰੋਨਾ ਦਾ ਟੀਕਾ ਤਿਆਰ ਰੁੱਝੇ ਨੇ, ਸਾਡੇ ਦੇਸ਼ ਦੇ ਬਾਇਓਟੈਕਨੋਲੋਜੀ ਕੰਪਨੀ ਭਾਰਤ ਬਾਇਓਟੈਕ ਤੇ ਵਿਸਕਾਸਨ ਯੂਨੀਵਰਸਿਟੀ ਆ, ਉਹ ਦਵਾਈ ਕੰਪਨੀਆਂ ਨੇ ਫਲੂ ਜੈਨ ਤੇ ਵਾਇਰੋਲੋਜਿਸਟਾਂ ਦੀ ਮਦਦ ਨਾਲ ਕਰਨ ਕਰੋਨਾ ਵਾਇਰਸ ਦੀ ਵੈਕਸੀਨ ਕੋਰੋਫਲੂ ਦਾ ਪ੍ਰੀਖਣ ਸ਼ੁਰੂ ਕਰ ਦਿੱਤਾ ਇਹਨਾਂ ਨੇ। ਕੋਰੋਫਲੂ ਦੇ ਪ੍ਰੀਖਣ ਦਾ ਜਿਹੜਾ ਅਮਰੀਕਾ ਵਿੱਚ ਪਸ਼ੂਆਂ ਤੇ ਸ਼ੁਰੂ ਹੋ ਗਿਆ ਵਾ, ਅੰਦਾਜ਼ਾ ਲਗਾਇਆ ਜਾ ਰਿਹਾ ਵੀ ਅਗਲੇ 3 ਮਹੀਨਿਆਂ ਤੋਂ ਜੁਲਾਈ ਤੱਕ ਮਨੁੱਖ ਦੇ ਦਾ ਪ੍ਰੀਖਣ ਸ਼ੁਰੂ ਹੋ ਜਾਵੇਗਾ। ਜੇਕਰ ਅਮਰੀਕਾ 'ਚ ਵੈਕਸੀਨ ਦਾ ਪ੍ਰੀਖਣ ਸਫਲ ਹੁੰਦਾ ਵਾ, ਇਹਦੀ ਸੁਰੱਖਿਆ ਮਾਪਦੰਡਾਂ ਦੀ ਮਨਜ਼ੂਰੀ ਲੈਣ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਜੀ, ਕਿਉਂਕਿ ਆਲਰੇਡੀ ਟੈਸਟਡ ਹੈ ਇਹ, ਆਲਰੇਡੀ ਟੈਸਟਡ। ਅਮਰੀਕਾ ਵਿੱਚ ਸੁਰੱਖਿਆ ਮਾਪਦੰਡਾਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਵੈਕਸੀਨ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਹ ਦੇਸ਼ ਦਾ ਪਹਿਲਾ ਟੀਕਾ ਹੈ ਜੋ ਕਰੋਨਾ ਵਾਇਰਸ ਇਨਫੈਕਸ਼ਨ ਤੋਂ ਬਚਾਉਣ ਦਾ ਕੰਮ ਕਰੇਗਾ, ਤੇ ਵਾਇਰਸ ਨੂੰ ਬਚਾਉਣ ਲਈ ਉਸਨੂੰ ਨੱਕ ਚ ਪਾਇਆ ਜਾਵੇਗਾ। ਇਹ ਦਾਅਵਾ ਕੀਤਾ ਜਾ ਰਿਹਾ ਕਿ ਇਹ ਦਵਾਈ ਇੰਨੀ ਅਸਰਦਾਇਕ ਹੈ, ਆਮ ਫਲੂ ਹੋਣ ਤੇ ਵੀ ਇਹਦੀ ਵਰਤੋਂ ਹੋ ਸਕੇਗੀ। ਕਿੰਨੀ ਜ਼ਬਰਦਸਤ ਬਣਾਈ ਰਹੀ ਹੈ ਜੀ। ਇਹਦੇ ਮੁਕਾਬਲੇ ਜਿਹੜੇ ਸਾਡੇ ਐਂਟੀ ਕੋਰੋਨਾ ਵੈਕਸੀਨ ਬਣਾਉਂਦੀ ਦੁਨੀਆ ਭਰ 8 ਵਿਗਿਆਨੀਆਂ ਦੀ ਟੀਮਾਂ ਬਣੀਆਂ ਨੇ। ਆਸਟ੍ਰੇਲੀਆ ਦੇ ਵਿਗਿਆਨੀ ਜਿਹੜੇ ਆ ਉਦੋਂ ਸੰਭਾਵਿਤ ਕੋਰੋਨਾ ਵਾਇਰਸ ਦੀ ਵੈਕਸੀਨ ਲੈ ਕੇ ਟੈਸਟ ਸ਼ੁਰੂ ਕਰ ਚੁੱਕੇ ਨੇ ਜੀ, ਤੇ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ WHO ਦੇ ਅਨੁਸਾਰ ਆਕਸਫੋਰਡ ਯੂਨੀਵਰਸਿਟੀ ਤੇ ਅਮਰੀਕੀ ਕੰਪਨੀ ਇਨੋਵਿਓ ਫਾਰਮਾਸਿਊਟੀਕਲ ਦੇ ਬਣਾਏ ਵੈਕਸੀਨ ਜਿਹੜਾ ਉਹ ਜਾਨਵਰਾਂ ਦੇ ਸਭ ਪ੍ਰੀਖਣ ਕੀਤਾ ਜਾ ਚੁੱਕਿਆ ਹੈ ਜੀ। ਜੇਕਰ ਵੈਕਸੀਨ ਇਨਸਾਨਾਂ ਤੇ ਪ੍ਰੀਖਣ ਸਫਲ ਪਾਏ ਜਾਂਦੀ ਹੈ ਤੇ ਆਸਟ੍ਰੇਲੀਆ ਦੀ ਸਹਿਜ ਏਜੰਸੀ ਇਸਦਾ ਅੱਗੇ ਮੁਲਾਂਕਣ ਕਰੇਗੀ। ਤੇ ਪਿਛਲੇ ਜੇ ਮਹੀਨੇ ਜਿਹੜੀ ਅਮਰੀਕਾ ਸੀ ਉਹਨੇ ਪਹਿਲੀ ਵਾਰ ਇਨਸਾਨਾਂ ਤੇ ਵੈਕਸੀਨ ਦਾ ਪ੍ਰੀਖਣ ਕੀਤਾ ਜਾ ਚੁੱਕਾ ਹੈ, ਪਰ ਉਸ ਸਮੇਂ ਜਾਨਵਰ ਪ੍ਰੀਖਣ ਕਰਨ ਵਾਲਾ ਪੜਾਅ ਛੱਡ ਦਿੱਤਾ ਗਿਆ ਸੀ ਜੀ। ਹੁਣ ਵੇਖੋ CSIRO ਦੇ ਡਾਕਟਰ ਦੇ ਰਾਬ ਗ੍ਰੀਨਫੀਲਡ ਆ, ਉਹਨਾਂ ਦਾ ਕਹਿਣਾ ਵੀ ਆਮ ਤੌਰ ਤੇ ਇਸ ਸਟੇਜ ਤੱਕ ਪਹੁੰਚਣ ਵਿੱਚ 2 ਸਾਲ ਦਾ ਸਮਾਂ ਲੱਗ ਜਾਂਦਾ ਵਾ ਜੀ, ਲੇਕਿਨ ਪਿਛਲੇ ਕੁਝ ਦਿਨਾਂ ਵਿੱਚ CSIRO ਦੇ ਉਹ ਜੀ ਟੀਮ ਹੈ ਇਹਨਾਂ ਦੀ, ਇਹਨੇ ਵੈਕਸੀਨ ਨੂੰ ਗੰਧ ਮਿਲਾਪ ਨਿਓਲੇ ਦੀ ਜਾਤੀ ਤੱਕ ਜਾਂਦਾ ਹੁੰਦਾ ਵਾ ਜੀ, ਇਹ ਗੰਧ ਮਿਲਾਪ ਤੇ ਟੈਸਟ ਕੀਤਾ ਵਾ, ਇਹ ਸਾਬਤ ਹੋ ਚੁੱਕਾ ਕਿ ਗੰਧ ਮਿਲਾਪ ਚ ਇਨਸਾਨਾਂ ਵਾਂਗ ਹੀ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਹੁੰਦਾ ਹੈ।
ਤੇ ਪੂਰੀ ਦੁਨੀਆਂ ਵਿੱਚ ਘੱਟੋ ਘੱਟ 20 ਵੈਕਸੀਨ ਤੇ ਕੰਮ ਚੱਲ ਰਿਹਾ ਹੈ। ਸੀ ਐਸ ਆਈ ਆਰ ਓ ਦੀ ਟੀਮ ਦੇ 2 ਵੈਕਸੀਨ ਤੇ ਕੰਮ ਕਰ ਰਹੀ ਹੈ। ਪਹਿਲਾ ਵੈਕਟਰ ਵੈਕਸੀਨ ਆਕਸਫੋਰਡ ਯੂਨੀਵਰਸਿਟੀ ਨੂੰ ਸਿਕਸਿਤ ਕੀਤਾ ਗਿਆ ਤੇ ਇਸ ਕੋਰੋਨਾ ਵਾਇਰਸ ਦੇ ਪ੍ਰੋਟੀਨ ਨੂੰ ਇਮਿਊਨ ਸਿਸਟਮ ਚ ਪਾਉਣ ਲਈ ਅੱਜ ਸ਼ਡ ਸੈਕਸ ਵਿੱਚ ਵਾਇਰਸ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਫਿਰ ਇਸ ਦੇ ਹੋਣ ਵਾਲੇ ਅਸਰ ਦਾ ਪ੍ਰੀਖਣ ਕੀਤਾ ਜਾਂਦਾ ਹੈ ਤੇ ਉਮੀਦ ਆ ਵੀ ਆਉਣ ਵਾਲੇ ਜਲਦੀ ਇਹ ਵਿਗਿਆਨੀ ਜਿਹੜੇ ਆ ਵਿਗਿਆਨੀਆਂ ਦਾ ਮੰਨਣਾ ਹੈ ਕਿ ਜਾਨਵਰਾਂ ਤੇ ਹੋਣ ਵਾਲੇ ਪ੍ਰੀਖਣ ਦੇ ਨਤੀਜੇ ਜੂਨ ਦੀ ਸ਼ੁਰੂਆਤ ਵਿੱਚ ਆ ਸਕਦੇ ਹਨ। ਜੇਕਰ ਨਤੀਜੇ ਸਹੀ ਆਉਂਦੇ ਹਨ ਤਾਂ ਵੈਕਸੀਨ ਨੂੰ ਕਲੀਨਿਕਲ ਪ੍ਰੀਖਣ ਲਈ ਭੇਜਿਆ ਜਾ ਸਕਦਾ ਹੈ ਤੇ ਇਸ ਦੇ ਬਾਅਦ ਮਾਰਕੀਟ ਵਿੱਚ ਇਸ ਦੇ ਆਉਣ ਦੀ ਪ੍ਰਕਿਰਿਆ ਤੇਜ਼ ਹੋ ਸਕਦੀ ਹੈ। ਪਰ ਮਾਹਿਰ ਦੱਸਦੇ ਹਨ ਕਿ ਘੱਟੋ ਘੱਟ 18 ਮਹੀਨਿਆਂ ਦਾ ਸਮਾਂ ਇਸ ਦੇ ਬਾਅਦ ਵੀ ਦੂਸਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੇ ਲੱਗ ਸਕਦਾ ਹੈ। ਇਹ ਠੀਕ ਹੈ ਜੀ, ਜਿਹੜਾ ਤੁਹਾਨੂੰ ਦੱਸਿਆ ਮੈਂ ਕੁਰਖ ਨੂੰ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਜੁੜੇ ਹੋਏ ਹੋ, ਬਾਕੀ ਕੁਛ ਸਾਨੂੰ ਮੈਨੂੰ ਹੁਣ ਦੇਖ ਰਿਹਾ ਕਿ ਕਹਿੰਦੇ ਬਰਗਾੜੀ ਦੇ ਜਿਹੜੇ ਕਥਿਤ ਦੋਸ਼ੀ ਪੁਲਿਸ ਵਾਲੇ ਆ ਜੀ, ਉਹਨਾਂ ਨੇ ਆਪਣੇ ਹੱਕ ਦੇ ਵਿੱਚ ਪੇਜ ਬਣਵਾਏ ਨੇ ਫੇਸਬੁੱਕ 'ਤੇ। ਪੱਟੀ ਸਾਹਿਬ, ਅੱਜ ਮੈਂ ਇੱਕ ਨਵਾਂ ਪੇਜ ਦੇਖ ਰਿਹਾ, ਵੀ ਸਟੈਂਡ ਵਿਦ ਪਰਮਰਾਜ ਸਿੰਘ ਉਮਰਾਨਗਰ, ਇਹਦੇ ਵਿੱਚ ਲੇਟੈਸਟ 3 ਅਪ੍ਰੈਲ ਦੀ ਅਪਡੇਟ ਦੇਖ ਰਿਹਾ, ਕੁਛ ਪਾ ਰਹੇ ਨੇ। ਹੁਣ ਦੇਖੋ ਇਹ ਚੀਜ਼ ਜਿਹੜੀਆਂ ਹੈਗੀਆਂ ਨੇ, ਇਹ ਗੱਲਾਂ ਇੱਕ ਆਪਾਂ ਆਖੀਏ ਕਿ ਕਿੱਧਰ ਨੂੰ ਜਾ ਰਹੀਆਂ ਨੇ, ਇਹਨੂੰ ਆਪਾਂ ਥੋੜ੍ਹਾ ਜਿਹਾ ਵਿਸਥਾਰ ਨਾਲ ਪੜ੍ਹ ਕੇ ਅੱਗੇ ਗੱਲ ਕਰਾਂਗੇ। ਪਰ ਚੀਜ਼ ਜ਼ਰੂਰ ਸਾਹਮਣੇ ਆਈ ਹੈ ਕਿ ਇਹ ਪੇਜ ਜਿਹੜੇ ਨੇ ਇਹ ਲੋਕਾਂ ਤੋਂ, ਆਪਾਂ ਸਿੱਧੇ ਤੌਰ ਦੇ ਉੱਤੇ ਗੱਲ ਕਹੀਏ ਤਾਂ, ਸਿੰਪਥੀ ਲੈਣ ਦੇ ਲਈ ਕ੍ਰੀਏਟ ਕੀਤੇ। ਦੇਖੋ ਜੀ, ਡਾਕਟਰ ਅਨੁਰਾਗ ਸਿੰਘ ਨੇ ਇੱਕ ਮੀਟਿੰਗ ਹੋਈ ਸੀ SGPCT ਵਿਦਵਾਨਾਂ ਦੀ ਸਾਬਕਾ ਜਥੇਦਾਰਾਂ ਦੀ ਜੀ, ਉਹਨੇ ਯੈਸ ਔਰ ਨੋ ਸਵਾਲ ਪੁੱਛਿਆ ਸੀ। ਉਹਨੇ ਵਿਦਾਂਤੀ ਸਾਹਿਬ ਨੂੰ ਕਿਹਾ ਸੀ ਤੁਸੀਂ ਜਥੇਦਾਰ ਅਕਾਲ ਤਖ਼ਤ ਖਸੋ, ਕੀ ਤੁਸੀਂ ਜਿਹੜੀ ਲਾਇਬ੍ਰੇਰੀ ਚ ਬੀਡ ਲੈ ਕੇ ਗਏ ਕਿ ਨਹੀਂ ਲੈ ਕੇ ਗਏ? ਕਹਿੰਦਾ ਮੈਨੂੰ ਯੈਸ ਔਰ ਨੋ ਜਵਾਬ ਦਿੱਤਾ, ਕਹਿੰਦਾ ਲੈ ਕੇ ਗਏ ਜੀ। ਕਹਿੰਦਾ ਬਸ ਠੀਕ ਆ, ਕਹਿੰਦਾ ਅਸੀਂ ਵਾਪਸ ਕਰਦੇ ਹਾਂ ਨਾ, ਉਹ ਸੈਕੰਡਰੀ ਗੱਲ ਲੈ ਕੇ ਗਿਆ ਨਾ। ਇਸ ਕਰਕੇ ਇਹ ਲੋਕ ਇਹ ਦੱਸਦੇ ਨੇ ਉੱਥੇ ਵੀ ਗੁਰੂ ਸਾਹਿਬ ਦੀ ਬੇਦ ਵੀ ਹੋਈ ਆ ਕਿ ਨਹੀਂ ਹੋਈ, ਦੋ ਬੰਦੇ ਉੱਥੇ ਮਾਰੇ ਗਏ ਕਿ ਨਹੀਂ ਮਾਰੇ, ਉਹ ਕਿਹਨੇ ਮਾਰੇ, ਉਹਦਾ ਜਵਾਬ ਯੈਸ ਔਰ ਨੋ ਚ ਦੇ ਦੇਣਾ, ਬਸ ਇਹਨੇ ਕਾਫੀ, ਫਿਰ ਜੋ ਮਰਜ਼ੀ ਭੇਜ ਬਣਾ। ਬਸ 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 ਬਸ, ਤੁਹਾਡੀ ਗੱਲ ਸਹੀ ਹੈ ਜੀ, ਇਹ ਯੈਸ ਔਰ ਨੋ ਨਾਲ ਹੀ ਬਹੁਤ ਕੁਛ ਸਾਹਮਣੇ ਆ ਜਾਂਦਾ ਤੇ ਕਹਿੰਦੇ ਭਾਪ ਜਾ ਆਗੂ ਹੀ ਥਪੇੜੋ ਥਪੇੜੀ ਹੋ ਗਏ ਕਹਿੰਦੇ। ਜੀ ਜਲੰਧਰ ਦੀ ਕਹਾਣੀ ਹੈ, ਜਲੰਧਰ ਦੇ ਵਿੱਚ ਜਿਹੜੇ ਭਾਜਪਾ ਆਗੂ ਸੀ, ਇੱਕ ਜਿਹੜਾ ਬਲਜੀਤ ਸਿੰਘ ਕੌਂਸਲਰ ਉੱਥੇ ਹੈਗਾ ਵਾ, ਬਲਜੀਤ ਸਿੰਘ ਮੰਡੀ ਦੇ ਵਿੱਚ ਉਹ ਕੌਂਸਲਰ ਸੀ, ਉਹ ਛਿੜਕਾਅ ਕਰ ਰਿਹਾ ਸੀ, ਸੈਨੇਟਾਈਜ਼ ਕਰ ਰਿਹਾ ਸੀ ਉੱਥੇ ਜੀ, ਤੇ ਸੈਨੇਟਾਈਜ਼ ਕਰਦਿਆਂ ਕਰਦਿਆਂ ਜਿਹੜਾ ਸੀ ਇੱਕ ਅਮਨਿਲ ਕਾਲਾ ਹੈਗਾ ਉਹਦਾ ਸਮਾਨ ਪਿਆ ਸੀ ਭਾਜਪਾ ਆਗੂ ਦਾ, ਤੇ ਉਹਦੇ ਤੇ ਉਹ ਸੈਨੇਟਾਈਜ਼ ਪੈ ਗਿਆ। ਉਹਨੇ ਕਿਹਾ ਵੀ ਉਹਨਾਂ ਤਤਕਾਰ ਹੋ ਗਿਆ, ਉਹ ਕਹਿੰਦਾ ਤੂੰ ਮੇਰੇ ਕਿਉਂ ਪਾਇਆ ਜਾਂ ਪੈ ਗਿਆ, ਮੈਂ ਦੱਸ ਕੀ ਕਰਾਂ, ਮੈਂ ਕੋਈ ਚੰਗਾ ਕਰ ਰਿਹਾ ਮਾੜਾ ਸਹੀ ਕਰ ਰਿਹਾ। ਉਹਨਾਂ ਦੇ ਤਤਕਾਰ ਤੋਂ ਬਾਅਦ ਇੱਕ ਜਿਹੜੇ ਸੀ ਅਨਿਲ ਕਾਲਾ ਦੇ ਨਾਲ ਜਿਹੜੇ ਸੀ ਉੱਥੇ ਹੈਗੇ ਸੀ ਸਾਡੇ ਵਿਕਾਸ ਡੰਡਾ ਭਾਜਪਾ ਨੇ, ਤਾਂ ਉਹ ਆ ਗਏ। ਅੱਛਾ ਜੀ, ਉਹ ਬਲਜੀਤ ਦੀ ਸਪੋਰਟ ਕਰਕੇ ਯਾਰ ਗਲਤ ਕੰਮ ਕਰਿਆ, ਤੂੰ ਕਰੋਗੇ ਉਹਨੂੰ, ਇਸੇ ਗੱਲ ਤੋਂ ਤਤਕਾਰ ਹੋ ਗਿਆ ਤੇ ਦੋਵੇਂ ਚਪੜੇ ਚਪੜੀ ਹੋ ਗਏ ਤੇ ਵਾਹਵਾ ਚਪੜਿਆ, ਤਾਂ ਲਾਲੂ ਬੂਹੇ ਦੋਵਾਂ ਨੇ ਕੀਤੇ ਇੱਕ ਦੂਜੇ ਦੇ ਜੀ, ਮੁੜ ਕੇ ਪੁਲਿਸ ਆਈ, ਪੁਲਿਸ ਨੇ ਮਾਮਲਾ ਠੰਡ ਕੀਤਾ ਤੇ ਉਸ ਤੋਂ ਬਾਅਦ ਲੱਗਾ ਪਤਾ ਵੀ ਸ਼ਾਇਦ ਉਹਨਾਂ ਨੇ ਰਾਈ ਜਮਾ ਕਰਵਾਤਾ ਉਹਨਾਂ ਨੇ ਤੇ, ਲੇਕਿਨ ਅੱਜ ਦੀ ਡੇਟ ਦੇ ਵਿੱਚ ਜਦੋਂ ਮਹਾਂਮਾਰੀ ਫੈਲੀ, ਅੱਜ ਦੀ ਡੇਟ ਸਾਨੂੰ ਏਕਤਾ ਦੀ ਲੋੜ ਹੈ, ਇਕੱਠੇ ਹੋਣ ਦੀ ਲੋੜ ਹੈ, ਜੇ ਕਿਤੇ ਸਾਡੇ ਪੁਰਾਣੇ ਗੁੱਸੇ ਗਲੇ ਉਹ ਭੁੱਲ ਕੇ ਇਕੱਠੇ ਹੋਣ ਦੀ ਲੋੜ ਸਾਨੂੰ ਜੀ, ਤੇ ਜੇ ਇਹ ਆਗੂ ਏਡੇ ਏਡੇ ਬੰਦੇ ਉਹ ਜਿਹੀਆਂ ਗੱਲਾਂ ਕਰਨਗੇ ਆਪਸ ਵਿੱਚ ਚਪੜੇ ਚਪੜੀ ਹੋ ਕੇ ਜਿਹੜੇ ਸੀ ਉਹ ਦੋ ਧਿਰਾਂ 'ਚ ਵੰਡਣਗੇ ਬੰਦਿਆਂ ਨੂੰ ਲੜਨ ਵਾਸਤੇ, ਤੇ ਮਾੜੀ ਗੱਲ ਹੈ, ਇਹ ਨਹੀਂ ਹੋਣਾ ਚਾਹੀਦਾ। ਅੱਜ ਦੇਖੋ ਵੱਖ ਗੱਲਾਂ ਵੀ ਆ ਰਹੀਆਂ ਨੇ,
ਹਲਕਾ ਵਿਧਾਨ ਸਭਾ ਦੇ ਵਿੱਚ ਕਰੋਨਾ ਤੋਂ ਲਾਕਡਾਊਨ ਦੇ ਵਿੱਚ ਜਿਹੜਾ ਜੀ ਉਹ ਲਖਵੀਰ ਸਿੰਘ ਲੋਧੀ ਲੰਗਰ ਦਾ ਮੇਰੇ ਕੋਲ ਬਿਆਨ ਪੁੱਜਿਆ ਹੁਣੇ ਉਹਨਾਂ ਨੇ ਮੈਨੂੰ ਵਟਸਐਪ ਦੇ ਉੱਤੇ ਕਿਹਾ। ਉਹਨਾਂ ਕਿਹਾ ਕਿ ਸਰਕਾਰੀ ਰਸਦਾਂ ਦੀ ਵੰਡ ਵਿੱਚ ਕੁਝ ਕਾਂਗਰਸੀਆਂ ਵੱਲੋਂ ਪੱਖਪਾਤ ਕਰਕੇ ਮਾੜੀ ਸਿਆਸਤ ਕੀਤੀ ਜਾ ਰਹੀ ਹੈ ਜਿਸ ਨੂੰ ਅਸੀਂ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ। ਵੇਖੋ ਜੀ, ਧੰਨਵਾਦ ਸਾਹਿਬ, ਆਪਾਂ ਪਹਿਲੇ ਦਿਨ ਗੱਲ ਕੀਤੀ ਸੀ, ਜਿਸ ਦਿਨ ਗੱਲ ਕੀਤੀ ਸੀ ਵੀ ਅਸੀਂ ਕੈਪਟਨ ਸਾਹਿਬ ਦੀ ਉੱਤੇ ਮੂਰਤ ਲਾ ਕੇ ਫੋਟੋ ਲਾ ਕੇ ਉਹ ਤੋੜੇ ਜਿਹੜੇ ਆ ਤੋੜੇ ਚ ਆਟਾ ਪਾ ਕੇ ਨਾਲ ਸਮਾਨ ਪਾ ਕੇ ਦਿਆਂਗੇ। ਇਹਨਾਂ ਨੇ ਪਹਿਲੇ ਦਿਨ ਹੀ ਗਲਤੀ ਕੀਤੀ ਸੀ ਵੀ ਉਹ ਪਿੰਡਾਂ ਦੇ ਸਰਪੰਚਾਂ ਨੂੰ ਦਿੰਦੇ ਜਾਂ ਪ੍ਰਸ਼ਾਸਨ ਆਪਣੇ ਆਪ ਤੇ ਸਿੱਧੇ ਰੂਪ ਜਾ ਕੇ ਵੰਡਦਾ, ਇਹਨਾਂ ਦਿੱਤੇ MLA ਨੂੰ ਜੀ, ਚਾਰਜ ਲਾਉਣੇ ਸ਼ੁਰੂ ਕੀਤੇ ਹੋ ਹਾਰੇ ਹੋਏ ਬੰਦੇ ਜਿੱਤੇ ਹੋਏ ਬੰਦੇ ਦੇ ਉੱਪਰ ਤੁਸੀਂ ਲਾਉਣੇ ਸ਼ੁਰੂ ਕਰਤੇ। ਮੈਂ ਗੱਲ ਇਸ ਦੀ ਨਿੰਦਾ ਚੁਗਲੀ ਨਹੀਂ ਕਰਦਾ ਗਾ ਇਸ ਗੱਲ ਦੀ, ਮੈਂ ਕਾਂਗਰਸ ਦਾ ਪੱਖ ਨਹੀਂ ਕਰਦਾ। ਜਿਹੜਾ ਬੰਦਾ ਜਿੱਤਿਆ, ਤੁਸੀਂ ਜਿੱਤੇ ਹੋਏ ਵਿਰੋਧੀ ਧਿਰ ਦੇ MLA ਨੂੰ ਤਾਂ ਤੁਸੀਂ ਕੁਰਸੀ ਤੇ ਨਹੀਂ ਬੈਠਣ ਦਿੰਦੇ ਗੇ, ਭਾਵੇਂ ਕੋਈ ਵੀ ਪਾਰਟੀ ਹੈ ਜਿਹੜੀ ਸੱਤਾ ਚ। ਤੁਹਾਡੇ ਤੁਹਾਡੇ ਸਮੇਂ ਤੁਹਾਡੇ ਇਲਾਕੇ ਦੀ ਗੱਲ ਕਰਨ, ਜੇ ਮੁਹੰਮਦ ਸਦੀਕ ਜਿਹੜਾ ਸੀ ਉਹ MLA ਬਣ ਗਿਆ ਸੀ ਤੇ ਜਿਹੜਾ ਗੁਰੂ ਸੀ ਹਟ ਗਿਆ ਸੀ, ਲੇਕਿਨ ਕਿਸੇ ਵੀ ਫੰਕਸ਼ਨ ਦੇ ਵਿੱਚ ਜਾਂਦਾ ਸੀ ਮੁਹੰਮਦ ਸਦੀਕ ਨੂੰ ਪੁੱਛਦਾ ਕੋਈ ਨਹੀਂ ਸੀ MLA ਨੂੰ ਜੀ, ਜਿਹੜਾ ਹਾਰਿਆ ਸੀ ਉਹਨੂੰ ਕੁਰਸੀ ਦਿੱਤੀ ਜਾਂਦੀ ਸੀ, ਉਹਦੇ ਕੋਲ ਪ੍ਰਜੈਂਟ ਕਰਿਆ ਜਾਂਦਾ ਸੀ ਵੀ ਇਹ ਹਲਕਾ ਇੰਚਾਰਜ ਆ ਜੀ ਅਕਾਲੀ ਦਲ ਦਾ। ਅੱਜ ਵੀ ਉਹ ਪਿਰਤਾਂ ਜਿਹੜੀਆਂ ਸਾਡੇ ਇੱਥੇ ਪਈਆਂ, ਇਹ ਮਾੜੀ ਗੱਲ ਆ। ਅੱਜ ਇਹ ਵੇਲਾ ਜਿਹੜਾ ਵਾ ਉਹ ਇਕੱਠੇ ਹੋਣ ਦਾ ਵਾ, ਨਾ ਕਿ ਉਹਦੇ ਵਿਤਕਰੇ ਕਰਨ ਦਾ। ਔਰ ਮੈਂ ਥੋੜਾ ਤੁਹਾਨੂੰ ਹੋਰ ਪਿੱਛੇ ਲੈਦਾ, ਜਦੋਂ ਬਾਦਲ ਸਾਹਿਬ ਨੇ ਯਾਤਰਾ ਸ਼ੁਰੂ ਕੀਤੀ ਸੀ ਧਾਰਮਿਕ ਯਾਤਰਾ, ਮੇਰੀ ਗੱਲ ਦਾ ਵੀਰ ਕੋਈ ਗੁੱਸਾ ਨਾ ਕਰੋ, ਇਸ ਗੱਲ ਦਾ ਸੱਚਾਈ ਹੈ, ਮੈਨੂੰ ਆਪ ਲੋਕਾਂ ਨੇ ਗੱਲ ਦੱਸੀ, ਮੈਂ ਤਾਂ ਗਲਤ ਨਾ ਕਰਨ ਲੱਗਾ, ਮੈਨੂੰ ਨੀ ਪਤਾ ਸੱਚਾਈ ਕੀ ਗਲਤ ਆ। ਮੈਨੂੰ ਕਈ ਲੋਕਾਂ ਦੇ ਫੋਨ ਆਇਆ ਜੀ, ਵੇਖੋ ਜੀ ਇਹ ਆਪਣੇ ਬੰਦਿਆਂ ਨੂੰ ਪਾ ਰਿਹਾ, ਜਿਹੜੇ ਬੰਦੇ ਜਾ ਰਹੇ ਨੇ ਇਹ ਜਿੰਨੇ ਵੀ ਯਾਤਰਾ ਚ ਫ੍ਰੀ ਕਰ ਰਹੇ, ਇਹਨਾਂ ਦੇ ਆਪਣੇ ਵਰਕਰ ਨੇ ਅਕਾਲੀ ਦਲ ਦੇ, ਆਮ ਲੋਕਾਂ ਚ ਨਹੀਂ ਬਣਾਉਂਦੇ ਸੀ ਜੀ, ਲੀਡਰ ਹੀ ਲਿਸਟਾਂ ਬਣਾਉਂਦੇ ਸੀ, ਲੀਡਰ ਬਣਾਉਂਦੇ, ਮੁੜ ਕੇ ਅਖਬਾਰਾਂ ਛਪਿਆ ਹੋ ਕਿ ਇਹ ਆਪਣੇ ਬੰਦੇ ਭੇਜਦੇ, ਤੇ ਕਈ ਮੰਨ ਵੀ ਗਿਆ ਸਾਡੇ ਕੋਲ ਆਪਦੀ ਰਿਕਾਰਡ ਦੇ ਵਿੱਚ MLA ਵੀ ਹਾਂ ਜੀ ਆਪਣੇ ਬੰਦੇ ਸੀ, ਪਹਿਲਾਂ ਕਰਾਂਗੇ ਫਿਰ ਸੋਚਾਂਗੇ ਬਾਕੀ ਕਰਨਾ ਕੀ ਨਹੀਂ ਕਰਨਾ। ਬਿਲਕੁਲ ਹਾਂਜੀ, ਇਸ ਕਰਕੇ ਜਿਹੜੀ ਪ੍ਰਕਿਰਿਆ ਵਾ, ਇਹ ਪਰੰਪਰਾ ਵਾ, ਇਹ ਜਿਹੜਾ ਰਵਾਇਤ ਹੈ, ਇਹਨੂੰ ਬੰਦ ਕੀਤਾ ਜਾਣਾ ਚਾਹੀਦਾ। ਜਦੋਂ ਕੋਈ MLA ਬਣ ਜਾਂਦਾ ਵਾ ਉਹ ਇਲਾਕੇ ਦਾ MLA ਹੁੰਦਾ, ਨਾ ਕਿ ਕਿਸੇ ਇੱਕ ਪਾਰਟੀ ਦਾ ਹੁੰਦਾ, ਉਹਨੂੰ ਸਭ ਨੂੰ ਇੱਕ ਬਰਾਬਰ ਰੱਖਣਾ ਚਾਹੀਦਾ। ਬਿਲਕੁਲ ਜੀ, ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਉਹ ਇਕੱਲੇ ਭਾਜਪਾ ਦੇ ਨਹੀਂ, ਉਹ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ। ਬਿਲਕੁਲ ਜੀ, ਉਹਨਾਂ ਨੂੰ ਇੱਦਾਂ ਟ੍ਰੀਟ ਕਰਨਾ ਚਾਹੀਦਾ। ਤੇ ਇਹ ਪ੍ਰਕਿਰਿਆ ਮਾੜੀ ਆ, ਪਹਿਲੇ ਦਿਨ ਆਪਾਂ ਕਿਹਾ ਸੀ ਵੀ ਇਹ ਜਿਹੜੀ MLA ਕੋਲ ਪਹੁੰਚਾਈ ਜਾ ਰਹੀ ਆ, ਤੇ MLA ਨੇ ਆਪਣੇ ਵਰਕਰਾਂ ਨੂੰ ਦੇਣਾ, ਆਪਣੇ ਬੰਦਿਆਂ ਨੂੰ ਦੇਣਾ, ਉਹਦੇ ਚੰਗੇ ਸਿੰਘ ਜੋ ਵੀ ਚੁੱਕੇ ਲੱਗ ਜਾਣਗੇ ਉੱਥੋਂ, ਸਾਨੂੰ ਦੇਣ ਦੀ ਕੋਈ ਗੱਲ ਨਹੀਂ ਜੀ, ਇਹਦਾ ਪਤਾ ਹੀ ਕੋਈ ਨੀ ਜੀ ਕੀ ਹੋ ਜਾਣਾ, ਰੌਲਾ ਤਾਂ ਆਹੀ ਆ ਪੱਟੀ ਸਾਹਿਬ ਜੀ, ਇਹ ਪਤਾ ਨੀ ਕਿਹਦੇ ਕੋਲੇ ਜਾਣੀ ਹੈ, ਕਿਹਦੇ ਕੋਲੇ ਨਹੀਂ, ਕਿ ਮੁੜ ਕੇ ਦੁਕਾਨਾਂ ਤੇ ਵੇਖਣ ਲਈ ਆਜੂਗੀ। ਹੈ ਜਿਵੇਂ ਮੈਨੂੰ ਇੱਕ ਬੰਦਾ, ਬੜੀ ਸੋਹਣੀ ਗੱਲ ਹੈ, ਸੋਸ਼ਲ ਮੀਡੀਆ ਤੇ ਵੀ ਬੜੀ ਚਰਚਾ ਹੋਈ ਸੀ, ਕਹਿੰਦੇ ਕੋਈ ਲੜਕੀ ਵਾਸਤੇ ਰਿਸ਼ਤਾ ਦੇਖਣ ਚਲਾ ਗਿਆ ਬੰਦਾ, ਉਹ ਜਿਹੜਾ ਵਿਚੋਲਾ ਸੀ ਉਹ ਕਹਿੰਦਾ ਜੀ ਘਰ ਬੜਾ ਤਕੜਾ, 98 ਪੈਸਿਆਂ ਦੀ ਨਹੀਂ ਲੱਗਣੀ, ਕੋਈ ਆਪਾਂ ਖਰਚਾ ਨਹੀਂ ਕਰਾਉਣਾ, ਬਸ 3 ਕੱਪੜਿਆਂ 'ਚੋਂ ਲੜਕੀ ਲੈ ਜਾਣਗੇ, ਆਓ ਚੱਲੀਏ। ਜਦੋਂ ਉੱਥੇ ਬੈਠੇ ਕਹਿੰਦੇ ਜੀ ਆਓ ਡਰਾਇੰਗ ਰੂਮ 'ਚ, ਕਹਿੰਦਾ ਨਹੀਂ ਬਾਹਰ ਵਿਹੜੇ 'ਚ ਹੀ ਬਹਿੰਦੇ ਹਾਂ। ਉਹ ਵਿਹੜੇ 'ਚ ਬੈਠੇ ਬੈਠੇ ਦੀ ਉਹ ਕੁੜੀ ਦੇ ਬਾਪ ਦੀ ਨਿਗਾਹ ਪੈ ਗਈ ਕਿ ਕਿਸੇ ਚੀਜ਼ ਦੇ ਉੱਤੇ, ਉਹ ਕਹਿੰਦਾ ਵੀ ਆ ਚੱਲੀਏ, ਉਹ ਕਹਿੰਦਾ ਵੀ ਚਾਹ ਪਾਣੀ, ਕਹਿੰਦਾ ਨਹੀਂ ਆਪਾਂ ਘਰੇ ਜਾ ਕੇ ਪੀਵਾਂਗੇ, ਮਤਲਬ ਕਿ ਅੰਦਰ ਤਾਂ ਹਜੇ ਚਾਹ ਬਣੀ ਰਹਿ ਗਈ, ਅਤੇ ਉੱਠ ਕੇ ਤੁਰ ਪਿਆ। ਜੋ ਰਾਹ 'ਚ ਆਇਆ ਕਹਿੰਦਾ ਕੀ ਗੱਲ, ਕੋਈ ਗੱਲ ਤਾਂ ਦੱਸ, ਐਡੀ ਸੋਹਣੀ ਕੋਠੀ, ਐਨੀਆਂ ਗੱਡੀਆਂ, ਇੰਨਾ ਸਾਰਾ ਕੁਝ, ਤੂੰ ਪੈਰ ਹੀ ਨਹੀਂ ਲਾਏ। ਕਹਿੰਦਾ ਉੱਥੇ ਨਾ ਨੀਲੇ ਕਾਰਡਾਂ ਵਾਲੇ ਸਰਕਾਰੀ ਜਿਹੜਾ 2 ਰੁਪਏ ਕਿਲੋ ਵਾਲੀ ਕਣਕ ਦਾ ਗੱਟਾ ਪਿਆ ਸੀ। ਕਹਿੰਦਾ ਭਰਾਵਾ ਮੇਰਿਆ, ਕਹਿੰਦਾ
ਕਹਿੰਦਾ ਸਭ ਕੁਛ ਭਰ ਸਕਦਾ, ਕਹਿੰਦਾ ਨੀਤ ਨਹੀਂ ਭਰ ਸਕਦੀ, ਜੇ ਸਰਪੰਚ ਹੋ ਕੇ 2 ਰੁਪਏ ਕਿਲੋ ਵਾਲੀ ਕਣਕ ਇਹਨੇ ਛਕਣੀ ਆ ਨਾ, ਤੇ ਮੇਰੀ ਕੁੜੀ ਇੱਥੇ ਸੁਖੀ ਨਹੀਂ ਵੱਸ ਸਕਦੀ। ਸੰਡੇ ਵਾਲੇ ਦਿਨ ਇੱਕ ਡਾਕਟਰ ਹਰਛਿੰਦਰ ਕੌਰ ਦੀ ਸਟੋਰੀ ਛਪੀ ਆ ਜੀ ਦੇਸ਼ ਯੁਗ ਦੇ ਮੈਗਜ਼ੀਨ ਪੇਜ ਦੇ ਉੱਤੇ, ਉਹ ਪੜ੍ਹ ਲਿਓ ਜੀ। ਉਹ ਵੀ ਸੇਮ ਚੀਜ਼ ਆ, ਉਹਨੇ ਕੁਛ ਹੋਰ ਤਰੀਕੇ ਨਾਲ ਡਿਸਕ੍ਰਾਈਬ ਕੀਤਾ, ਇਹ ਕੁਛ ਥੋੜੇ ਹੋਰ ਆ, ਲੇਕਿਨ ਜੋ ਤੁਸੀਂ ਕਹਿ ਰਹੇ ਹੋ ਨਾ, ਹਾਂਜੀ, ਅਮੀਰ ਘਰਾਂ ਦੇ ਕਾਕੇ ਜਿਹੜੇ ਨਸ਼ੇੜੀ ਹੋ ਜਾਂਦੇ ਹਮੇਸ਼ਾ ਨਸ਼ੇ ਰਹਿੰਦੇ, ਤੇ ਘਰ ਵਾਲੇ ਕਹਿੰਦੇ ਸਾਨੂੰ ਕੁੜੀ ਮਿਲ ਜੇ, ਭਾਵੇਂ ਗਰੀਬ ਘਰ ਦੀ ਮਿਲ ਜੇ, ਸਾਡੇ ਘਰ ਆ ਜੇ। ਉਹ ਕੁੜੀ ਕਹਿੰਦੀ ਵੀ 3 ਮਹੀਨਿਆਂ ਦੇ ਵਿੱਚ ਮੈਨੂੰ ਸਿਰਫ 2 ਵਾਰੀ ਅਹਿਸਾਸ ਹੋਇਆ ਵੀ ਮੈਂ ਪਤਨੀ ਕਿਸੇ ਦੀ ਹੈਗੀ ਹੈ। ਅੱਛਾ, ਦੱਸੋ। ਘਰ ਵਾਲਾ ਟੀਕਾ ਲਾ ਕੇ ਸੁੱਤਰ ਇੰਦਰ ਮਨ ਨਾ ਪਤਾ ਹੀ ਕਿਸ ਨੂੰ ਨਹੀਂ ਹੈਗਾ। ਤੇ ਮਾਂ ਨੇ ਇੰਨੀ ਗੱਲ ਕੀ, ਜਦੋਂ ਬੰਦਾ ਆਇਆ ਘਰ, ਆ ਘਰ ਆਇਆ ਗੱਡੀ ਤੇ ਆਇਆ, ਬੜੀ ਵਧੀਆ ਗੱਡੀ ਤੇ ਆਇਆ, ਆ ਕੇ ਉਹਨੇ 8000 ਰੁਪਏ ਫੜਾਇਆ, ਲੈ ਵੀ ਤੇਰੀ ਕੁੜੀ ਦਾ ਰਿਸ਼ਤਾ ਅਸੀਂ ਪੱਕਾ ਕਰਤਾ ਜੀ, ਅਸੀਂ ਕੁੜੀ ਚਾਹੀਦੀ, ਕੁਛ ਨੀ ਚਾਹੀਦਾ। ਉਹ ਕੁੜੀ ਕਿਹਨੂੰ, ਕਿਉਂ ਆਪਣੇ ਮਾਂ ਪਿਓ ਨੂੰ ਕਦੀ ਮਾਫ਼ ਕਰੂੰਗੀ? ਉਹ ਸਮਾਜ ਨੂੰ ਮਾਫ਼ ਕਰੂੰਗੀ ਕਦੀ? ਉਹਨੇ ਡਾਕਟਰ ਹਰਛਿੰਦਰ ਕੌਰ ਨੇ ਬੜੀ ਸੋਹਣੇ ਤਰੀਕੇ ਨਾਲ ਉਸ ਚੀਜ਼ ਨੂੰ ਡਿਸਕ੍ਰਾਈਬ ਕੀਤਾ, ਬਹੁਤ ਵਧੀਆ ਲਿਖੀ ਸਟੋਰੀ ਉਹਨਾਂ ਨੇ ਆਪਣੀ, ਜਿਹੜੀ ਬੜਾ ਸਮਾਜ ਨਾਲ ਨੇੜੇ ਤੋਂ ਜੁੜੀਆਂ ਗੱਲਾਂ ਉਹ ਲਿਖਦੇ ਨੇ। ਬਿਲਕੁਲ ਜੀ, ਤੇ ਇੱਕ ਆਪ ਹੋਰ ਗੱਲ ਕਰਾਂਗਾ ਜੀ, ਜਿਹੜੇ ਉਹ ਫੜਿਆ ਸੀ ਮੁਲਜ਼ਮ ਇਹਨਾਂ ਕਰੋਨਾ ਵਾਲਾ, ਹਾਂਜੀ ਹਾਂਜੀ, ਕਰੋਨਾ ਵਾਲਾ ਮੁਲਜ਼ਮ ਇਹਨਾਂ ਫੜ ਲਿਆ ਜੀ, ਮੇਰੇ ਖਿਆਲ ਸ਼ਾਇਦ ਜਲੰਧਰ ਦੀ ਕਹਾਣੀ, ਲੁਧਿਆਣੇ ਦੀ ਹੈ ਜੀ, ਲੁੱਟ ਖੋਹ ਦੇ ਵਿੱਚ 2 ਬੰਦੇ ਇਹਨਾਂ ਫੜੇ, ਬੰਦੇ ਫੜ ਕੇ ਉਹਨਾਂ ਨੂੰ ਮਾੜਾ ਮੋਟਾ ਇੰਟੈਰੋਗੇਟ ਵੀ ਕੀਤਾ ਹੋਊਗਾ, ਉਹਨੂੰ ਫੜ ਕੇ ਬਰਾਮਦਗੀ ਬਸ ਵੀ ਤੇ ਲੈ ਕੇ ਹੋਣਗੇ, ਸਮਾਨ ਵੀ ਬਰਾਮਦ ਕੀਤਾ ਹੋਊਗਾ, ਤੇ ਇਹਨਾਂ ਨੇ ਕਹਿਤਾ ਜੀ ਨਾਕੇ ਤੋਂ ਫੜਿਆ। ਹਾਂਜੀ, ਉਹ ਤਾਂ ਆਦਤ ਹੀ ਹੈ ਇਹਨਾਂ ਦੀ ਪੁਰਾਣੀ। ਹਾਂਜੀ, ਉਹ ਮੁੜ ਕੇ 10ਵੀਂ ਤਰ੍ਹਾਂ ਫੜਿਆ ਕਿਵੇਂ, ਜਦੋਂ ਸਾਰੀ ਗੱਲ ਯਾਦ ਬਾਹਰ ਆ ਗਈ। ਉਹਨਾਂ ਨੂੰ ਜਦੋਂ ਅਦਾਲਤ ਚ ਪੇਸ਼ ਕੀਤਾ ਗਿਆ, ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਉਹਨਾਂ ਨੇ ਮੈਡੀਕਲ ਕਰਾਉਣਾ ਸੀਗਾ ਜੀ। ਜਦੋਂ ਮੈਡੀਕਲ ਕਰਾਉਣ ਗਏ ਤੇ ਡਾਕਟਰ ਨੂੰ ਸ਼ੱਕ ਪਿਆ ਵੀ ਇਹ ਬੰਦੇ ਨੂੰ ਕਰੋਨਾ ਹੋ ਸਕਦਾ। ਉਹ ਡਾਕਟਰ ਨੇ ਕਿਹਾ ਵੀ ਚਲੋ ਬਾਕੀ ਬਾਹਰ ਬੈਠੋ, ਮੈਂ ਚੈੱਕ ਕਰਾਂ ਜੀ। ਡਾਕਟਰ ਨੇ ਚੈੱਕ ਕੀਤਾ ਤੇ ਵਾਕਿਆ ਉਹਨੂੰ ਕਰੋਨਾ ਪਾਇਆ ਗਿਆ। ਅੱਛਾ ਜੀ, ਜਦੋਂ ਉਸ ਮੁਜਰਮ ਨੂੰ ਕਰੋਨਾ ਪਾਇਆ ਗਿਆ ਤੇ ਫਿਰ ਹਾਲਾਤ ਵੇਖੋ ਕੀ ਬਣਦੇ ਆ। ਫਿਰ ਇਮੀਡੀਏਟਲੀ ਜਿਹੜੀ ਜੱਜ ਸੀ ਜਿਹਦੇ ਕੋਲ ਪੇਸ਼ ਕੀਤਾ ਗਿਆ ਸੀ, ਉਹਨੂੰ ਵੀ ਆਈਸੋਲੇਟ ਕੀਤਾ ਗਿਆ ਜੀ। ਉਹਨੂੰ ਵੀ ਕੁਆਰੰਟਾਈਨ ਆਪਣੇ ਹਾਊਸ ਕਰਤਾ ਵੀ ਬੀਬੀ ਘਰ ਚਲ ਜਾ ਚੁੱਪ ਕਰਕੇ, ਹੁਣ ਤੂੰ ਘਰ ਕੇ ਮਿਲੀ ਨਾ ਹੁਣ। ਜਿਹੜਾ ਦੂਜਾ ਬੰਦਾ, ਪੁਲਿਸ ਇੰਨੀ ਘਬਰਾ ਗਈ, ਇੰਨੀ ਘਬਰਾ ਗਈ ਜਾਂ ਭੱਜ ਕੇ ਜਾਂ ਭਜਾ ਤਾ, ਪੁਲਿਸ ਨੇ ਵੇਖਿਆ ਲਓ ਜੀ ਅਸੀਂ ਲੈ ਕੇ ਆਏ, ਸਾਨੂੰ ਇਹਦੇ ਹੱਥ ਲੱਗੇ ਤਾਂ ਮਤਲਬ ਅਸੀਂ ਫਸ ਗਏ, ਅਸੀਂ ਫਸ ਗਏ। ਹਾਂਜੀ, ਹੁਣ ਪੁਲਿਸ ਨੇ ਉਹ ਵੀ ਕੁਆਰੰਟਾਈਨ ਕਰ ਦਿੱਤੇ ਬੰਦੇ, ਤੇ ਨਾਲ ਜਿਹੜੇ ਇਹ ਲੰਬ ਰਹੇ ਵੀ ਕਿੱਥੇ ਕਿੱਥੇ ਬੰਦਾ ਗਿਆ, ਕਿੱਥੇ ਕਿੱਥੇ ਕਿਹਨੂੰ ਜਾ ਕੇ ਮਿਲਿਆ, ਸਾਰੇ ਨੂੰ ਲੱਭੋ ਕਿੱਥੇ ਕਿੱਥੇ ਹੈਗੇ ਸਾਰੇ। ਮਤਲਬ ਉਹਨੇ ਇੱਕ ਸਿਆਪਾ ਤੇ ਪਾਉਣਾ ਸੀ, ਦੂਜਾ ਸਿਆਪਾ ਹੋਰ ਪਾਤਾ ਪੁਲਿਸ ਦੇ ਭਾਰ ਦਾ ਜੀ। ਹੁਣ ਬਾਅਦ ਪੁਲਿਸ ਲਈ ਫੜ ਲੱਗੇ ਨਵੀਂ ਸੋਚੂਗੀ ਬੰਦਾ ਫੜੀਏ ਕਿੰਨੇ ਫੜੀਏ ਸੀ। ਦੱਸੋ, ਆਪਾਂ ਇੱਕ ਕਾਲ ਲੈ ਲਈਏ ਜੀ ਪੱਟੀ ਸਾਹਿਬ, ਤੇ ਜਿਹੜਾ ਬੰਦਾ ਦੂਜਾ ਸੀ ਭੱਜ ਗਿਆ ਉੱਥੋਂ ਦੀ। ਬਿਲਕੁਲ, ਹਾਂਜੀ 92-164 ਤੇ ਆਉਂਦੇ ਰਹੋ ਜੀ ਤੁਸੀਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਦਾਨੇਵਾਲੇ ਸਰ, ਸਤਿ ਸ਼੍ਰੀ ਅਕਾਲ ਪੱਟੀ ਸਾਹਿਬ, ਸਤਿ ਸ਼੍ਰੀ ਅਕਾਲ ਕਰਾਂ ਜੀ ਪਟਿਆਲੇ ਤੋਂ ਜੀ। ਜੀ ਸੰਜੀਵ ਜੀ, ਜੀ ਜੀ ਹਾਂਜੀ, ਬਈ ਆਪਣੀ ਤੁਸੀਂ ਹੁਣ ਗੱਲ ਕਰ ਰਹੇ ਸੀ ਨਾ ਵੀ ਆਪਣੇ ਹਰਸਿੰਦਰ ਕੌਰ ਮੈਡਮ ਨੇ ਇੱਕ ਆਰਟੀਕਲ ਪਾਇਆ ਸੀ ਜਿਹੜਾ ਆਪਣੇ, ਤੇ ਤੁਹਾਨੂੰ ਇੱਕ ਗੱਲ ਅਸੀਂ ਸੁਣੀ, ਆਪਣਾ ਸ਼ਾਦੀ ਵਿਆਹ ਲਈ ਜੀ, ਵੀ ਉਹ ਕੁੜੀ ਦਾ ਵਿਆਹ ਕਰਨ ਗਿਆ ਸੀ ਸਰਪੰਚ ਦੇ ਘਰ, ਤੇ ਭਾਜੀ ਆਪਣੀ ਜਿਵੇਂ ਅੱਜ ਕੱਲ੍ਹ ਆਪਣੇ ਕਈ ਆਪਣੇ ਮਾਤਾ ਪਿਤਾ ਨੇ ਆਪਣੇ ਇਹ ਕਾਫੀ ਆਪਣੇ ਕੰਜ਼ਰਵੇਟਿਵ ਸੋਚਦੇ ਨੇ ਜੀ, ਤੇ ਜਿਵੇਂ ਆਪਾਂ ਗੱਲ ਕਰੀਏ। ਹਾਂਜੀ, ਸਾਡੇ ਵਰਗੇ ਇਹਨਾਂ ਨਾਲ ਗੱਲ ਕਰਦੇ ਨੇ ਜਿਵੇਂ ਕੋਈ ਮੈਰਿਜ ਦੀ ਆ ਕੋਈ ਹੋਰ ਜੀ, ਤੇ ਇਹਨਾਂ ਵੱਲੋਂ ਜਿਵੇਂ ਆਪਾਂ ਕਹਿੰਦੇ ਵੀ ਸ਼ਾਦੀ ਕਹਿੰਦੇ ਸਾਡੀ ਤਾਂ ਜਿਵੇਂ ਸ਼ਾਦੀ ਕਹਿੰਦੇ ਅਸੀਂ ਤਾਂ ਸਾਰੀ ਉਮਰ ਕੱਟਤੀ ਵੀ ਸਾਡੀ ਤਾਂ ਹੁਣ ਵੀ ਘਰਦੇ ਨੇ ਬਿਨਾਂ ਪੁੱਛ ਪਿਆ ਬਿਨਾਂ ਸਾਡੀ ਮੁਲਾਕਾਤ ਕਰੇ ਕਰਤੀ ਸੀਗੀ, ਠੀਕ ਹੈ ਜੀ। ਪਰ ਜੇ ਹੁਣ ਆਪਾਂ ਇਹਨਾਂ ਨੂੰ ਕਹੀਏ ਵੀ ਅੱਜ ਕੱਲ ਦਾ ਇਹ ਟਾਈਮ ਦੀ ਜੁੱਤੋਂ ਜਵਾਬ ਆਉਂਦੇ, ਕਹਿੰਦੇ ਆਹੀ ਜਵਾਬ ਰਹਿੰਦਾ, ਕਹਿੰਦੇ ਅਸੀਂ ਕੱਢਦੇ ਹੁਣ ਤੁਸੀਂ ਕਿਉਂ ਨੀ ਕੱਢ ਸਕਦੇ ਜੀ, ਇਹਦੇ ਬਾਰੇ ਦੱਸਣਾ ਜੀ ਕੀ ਵਿਚਾਰ ਤੁਹਾਡੇ ਜੀ।
ਦੱਸੋ ਜੀ, ਕਹਿੰਦੇ ਵੀ ਡਿਵੋਰਸ ਦੇ, ਕਹਿੰਦੇ ਵੀ ਹੁਣ ਕਹਿੰਦੇ ਪਲੱਗ ਕੱਢਣਾ ਹੋਵੇ ਪੱਖੇ ਦਾ ਸਵਿੱਚ ਚੋਂ, ਕਹਿੰਦੇ ਉਹ ਕੱਢਣਾ ਬੜਾ ਔਖਾ ਜੇਕਰ ਕੋਈ ਨੁਕਸ ਪੈ ਜੇ ਤਾਂ। ਕਹਿੰਦੇ ਵੀ ਸਾਡਾ ਸਮਾਜ ਆ ਪੱਟੀ ਸਾਹਿਬ ਇਹ, ਇੱਥੇ ਅਸੀਂ ਸਮਝਾ ਬੁਝਾ ਕੇ, ਜੇਕਰ ਆਪਾਂ ਰਹਿਤ ਮਰਿਆਦਾ ਦੀ ਗੱਲ ਕਰੀਏ ਤਾਂ ਸਾਡੇ ਸਿੱਖੀ ਦੇ ਵਿੱਚ ਤਾਂ ਆਨੰਦ ਕਾਰਜ ਜਦੋਂ ਹੋ ਜਾਂਦਾ ਉਹਦੇ ਵਿੱਚ ਤਾਂ ਤਲਾਕ ਸ਼ਬਦ ਵੀ ਹੈ ਨੀਗਾ, ਉੱਥੇ ਤਾਂ ਇਹੀ ਗੱਲ। ਬਿਲਕੁਲ ਜੀ, ਮੈਂ ਤੁਹਾਨੂੰ ਇਹੀ ਗੱਲ ਕਰਨ ਲੱਗਾ ਸੀ ਵੀ ਸਿੱਖੀ ਦੇ ਵਿੱਚ ਆਨੰਦ ਘਰ ਰਹਿੰਦਾ, ਉਹਦੇ ਵਿੱਚ ਜੋ ਹੋ ਗਿਆ ਬਸ ਠੀਕ, ਕੋਈ ਤਲਾਕ ਵਾਲੀ ਗੱਲ ਨੀ ਹੈਗੀ ਜੀ। ਉਹ ਮਾੜਾ ਵਾ ਚੰਗਾ ਵਾ ਲੂਲਾ ਵਾ ਲੰਗੜਾ, ਤੁਹਾਨੂੰ ਆਪਣੀ ਜ਼ਿੰਦਗੀ ਬਚਾਉਣੀ ਪੈਣੀ ਹੈ। ਫਿਰ ਦੋ ਗੱਲਾਂ ਹੈਗੀਆਂ ਜਿਹੜੀ ਰਹਿਤ ਮਰਿਆਦਾ ਵੀ ਕਹਿੰਦੀ ਆ, ਜੇ ਕਿਸੇ ਨੇ ਦੂਸਰੀ ਸ਼ਾਦੀ ਕਰ ਲਈ ਆ ਤੇ ਇਹਦਾ ਮਤਲਬ ਪਹਿਲਾਂ ਮਰਦ ਜਾਂ ਔਰਤ ਦੀ ਡੈਥ ਹੋ ਜਾਵੇ ਤੇ ਫਿਰ ਦੂਸਰੀ ਸ਼ਾਦੀ ਹੋ ਸਕਦੀ ਆ। ਦੂਸਰਾ, ਜੇ ਕਿਸੇ ਦੇ ਘਰ ਕੋਈ ਬੱਚਾ ਨਾ ਹੋਵੇ ਤੇ ਜਿਹੜੀ ਪਹਿਲੀ ਘਰ ਵਾਲੀ ਉਹਦੀ ਰਜ਼ਾਮੰਦਗੀ ਨਾਲ ਦੂਸਰੀ ਸ਼ਾਦੀ ਕਰ ਸਕਦਾ। ਸਾਡੇ ਚ ਇਹ ਕੋਈ ਪਰੰਪਰਾ ਨੀ, ਜਦੋਂ ਅਸੀਂ ਤਲਾਕ ਲੈਣ ਜਾਂਦੇ ਹਾਂ ਉਦੋਂ ਆਨੰਦ ਮੈਰਿਜ ਐਕਟ ਨੀ, ਉਦੋਂ ਹਿੰਦੂ ਮੈਰਿਜ ਐਕਟ ਦੇ ਤਹਿਤ ਤਲਾਕ ਲੈਂਦੇ ਹਾਂ ਅਸੀਂ ਜੀ। ਜੀ, ਆਨੰਦ ਮੈਰਿਜ ਐਕਟ ਵੀ ਜਿਹੜਾ ਵਾ ਉਹ ਵੀ ਜਿਹੜਾ ਵਾ ਤੁਹਾਡਾ ਹਿੰਦੂ ਮੈਰਿਜ ਐਕਟ ਦਾ, ਸਾਨੂੰ ਸਿੱਖ ਮੈਰਿਜ ਐਕਟ ਚਾਹੀਦਾ ਸੀਗਾ, ਉਹ ਸਾਨੂੰ ਬਣਾਇਆ ਨੀ ਇਹਨਾਂ ਨੇ। ਸਿੱਖ ਮੈਰਿਜ ਐਕਟ ਬਣਾਉਂਦੇ ਉਹਦੇ ਚ ਆਪਣੀਆਂ ਧਾਰਾਵਾਂ ਪਾਉਂਦੇ ਵੀ ਸਾਡੀ ਕਿਹੜੀ ਕਿਹੜੀ ਮੰਗ ਹੈਗੀ, ਇਹਦੇ ਵਿੱਚ ਇਹ ਧਾਰਾ ਪਾਉਂਦੇ ਇਹ ਮੱਤ ਪਾਉਂਦੇ, ਉਹ ਨੀ ਬਣਾਇਆ ਸੀ ਅਸੀਂ। ਉਹਦਾ ਰੂਪ ਜਿਹੜਾ ਪਹਿਲਾਂ ਬਣਿਆ ਸੀ ਆਨੰਦ ਮੈਰਿਜ ਐਕਟ, ਜਿਵੇਂ ਅਸੀਂ ਨਾਨਕ ਸ਼ਾਹੀ ਕੈਲੰਡਰ ਦੀ ਗੱਲ ਕਰਦੇ ਹਾਂ, ਜੇ 2003 ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਬਣ ਗਿਆ ਸੀ, ਇੱਕ ਵਧੀਆ ਕੈਲੰਡਰ ਬਣ ਗਿਆ ਸੀ, ਲੋਕਾਂ ਨੇ ਪ੍ਰਵਾਨ ਕਰ ਲਿਆ ਸੀ, ਸਰਕਾਰਾਂ ਨੇ ਪ੍ਰਵਾਨ ਕਰ ਲਿਆ ਸੀ, ਤੇ ਫਿਰ 2010 ਚ ਬਦਲਣ ਦੀ ਕੀ ਲੋੜ ਪੈ ਗਈ? ਉਹਦੀ ਡਿਟੇਲ ਚ ਆਪਾਂ ਨਹੀਂ ਜਾਵਾਂਗੇ ਕਿ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਜੇ ਕਰਾਂਗੇ ਤੇ ਫਿਰ ਕਿਤੇ ਕਰ ਲਾਂਗੇ ਉਹਦੀ ਡਿਟੇਲ। ਦੇਖੋ ਜੀ, ਇੱਕ ਹੋਰ ਬੜੀ ਸ਼ੁਗਲੇ ਦੀ ਵਾਲੀ ਖਬਰ ਲੈ ਕੇ ਮੈਂ ਤੁਹਾਡੇ ਤੋਂ ਇਜਾਜ਼ਤ ਲਊਂਗਾ। ਕਹਿੰਦੇ SSP ਮੋਹਾਲੀ ਦੀ ਕੋਠੀ ਦੇ ਕੋਲੇ 4,000 ਰੁਪਇਆ ਡਿੱਗਿਆ ਸੀ, ਸਾਰਾ ਦਿਨ ਲੋਕ ਲੰਘਦੇ ਰਹੇ, ਡਰਦੇ ਰਹੇ, ਕਿਸੇ ਨੇ ਚੱਕਿਆ ਹੀ ਨਹੀਂ, ਚੁੱਕਿਆ ਹੀ ਨਹੀਂ, ਖੇਲ ਚੁੱਕੇ ਖੇਲ। ਬਿਲਕੁਲ ਸਹੀ ਗੱਲ ਹੈ ਜੀ। ਹਾਂ, SSP ਦੀ ਕੋਠੀ ਦੇ ਕੋਲ ਪੈਸੇ ਡਿੱਗੇ, 500-500 ਦੇ ਨੋਟ ਸੀ, ਚੁੱਕਿਆ ਕਿਸੇ ਨੇ ਵੀ, ਜਿਹੜੇ ਉਹ ਤੁਸੀਂ ਵੇਖਿਆ ਨਾ ਇੱਕ ਵੀਡੀਓ ਆਈ ਸੀ ਵੀ ਇੱਕ ਬੰਦਾ ਜਿਹੜਾ ਵਾ ਉਹ ਮੂੰਹ ਨਾ ਪੂੰਝ ਕੇ ਨੋਟ ਜਿਹੜੇ 500 ਰੁਪਏ ਮੂੰਹ ਪੂੰਝ ਲਿਆ ਵਾ। ਇੱਕ ਲੋਕਾਂ ਧਾਰਨਾ ਪਈ ਕਿ ਜਿਹੜੇ ਮੁਸਲਿਮ ਲੋਕ ਆ ਜੀ ਇਹ ਇਹਨਾਂ ਨੂੰ ਆਪਣਾ ਜਿਹੜਾ ਥੁੱਕ ਲਾ ਕੇ ਸੁੱਟ ਰਹੇ ਨੇ, ਤੇ ਚੁੱਕਣਾ ਸੀ ਲੋਕੀ ਮੈਂ 5-5 ਕਿਲੋ ਦੂਰ ਹੋ ਗਏ, ਤਾਂ ਕੋਈ ਭਾਜੋ ਇੱਥੋਂ ਵੀ ਕਿਤੇ ਉਹਦਾ ਕੋਰੋਨਾ ਦਾ ਕਿਤੇ ਹੋਵੇ। ਜੀ ਜੀ ਜੀ, ਬਿਲਕੁਲ, ਧੰਨਵਾਦ ਜੀ ਪੱਟੀ ਸਾਹਿਬ, ਤੁਹਾਡਾ ਸ਼ੁਕਰੀਆ, ਮਿਹਰਬਾਨੀ ਤੁਸੀਂ, ਸ਼ੁਕਰੀਆ, ਧੰਨਵਾਦ ਜੀ, ਧੰਨਵਾਦ। ਸੋ ਇਹ ਸੰਸਦਾ ਜਸਵੀਰ ਸਿੰਘ ਪੱਟੀ ਹੋਰੀ ਜੀ, ਤੇ ਪ੍ਰੋਗਰਾਮ ਸ਼ਮਾਦਾਨ ਬਾਦ ਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ ਜੀ। ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਫਿਰ ਆਪਾਂ ਖਬਰਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਾਂਗੇ।